ਸ਼ਗਨਾ ਦਾ ਮੋਬਾਈਲ ਖੋ ਕੇ ਦੌੜਿਆ, ਕੁੜੀਆਂ ਦੇ ਪਿੱਛੇ ਨੱਸ ਰਹੀਆਂ ਸੀ। ਚੋਰ 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 ਤੇ ਚੋਰ ਹੈਗਾ ਪੱਕਾ ਇੱਕ ਨੰਬਰ ਦਾ। ਲਾ ਹੁਣ ਇਹਦੇ ਚਿੱਤਰ। ਤੁਸੀਂ ਚਲੋ ਆਪਣਾ ਐਡਰੈਸ ਲਿਖਾ ਦਿਓ ਜਰਾ ਮਾੜਾ ਜਿਹਾ। ਹਾਂ ਵੀ ਦੱਸ ਹੀਰੋ, ਉਹ ਮੋਬਾਈਲ ਕਿੱਥੇ? ਉਹ ਤਾਂ ਜੀ ਚੋਰ ਲੈ ਕੇ ਦੌੜ ਗਏ ਜੀ। ਉਹ ਤਾਂ ਚੋਰ ਲੈ ਕੇ ਦੌੜ ਗਏ, ਤੇ ਤੂੰ ਕਿਵੇਂ ਫੜਿਆ ਗਿਆ? ਤੂੰ ਕਿਉਂ ਦੌੜ ਰਿਹਾ ਸੀ? ਮੈਂ ਤਾਂ ਚੋਰਾਂ ਪਿੱਛੇ ਦੌੜ ਰਿਹਾ ਸੀ ਜੀ, ਉਹਨਾਂ ਨੂੰ ਫੜਨ ਲਈ। ਉਹ ਪਿੱਛੇ ਪਿੱਛੇ ਕੁੜੀਆਂ ਰੋਲਾ ਪਾ ਰਹੀਆਂ ਸੀ, ਫੜੋ ਫੜੋ। ਪਤਾ ਨੀ ਆਂਟੀ ਕਿੱਥੋਂ ਬਾਹਰ ਨਿਕਲ ਆਈ, ਉਹ ਫੜ ਕੇ ਮੈਨੂੰ ਉਰੇ ਲਿਆਈ। ਲੱਗਦਾ ਤੂੰ ਡਰਾਮੇ ਕਰ ਰਿਹਾ। ਤੂੰ ਅੱਜ ਯੋਗਰਾਜ ਸਿੰਘ ਦੀ ਦਿਲਗੀ ਵੇਖੀ ਨਹੀਂ ਆ ਪੁੱਤ, ਜਦੋਂ ਆਣ ਮੈਨੂੰ ਸੱਜਣਾ ਤੇਰੇ ਢੂਈ ਤੇ ਤਿੰਨ ਚਾਰ ਪੈ ਨਾ। ਤੂੰ ਦੱਸ ਦੇਣਾ ਡਾਂਗ ਮਾਰ ਕੇ ਸਿਰ ਪਾੜ ਦੇ ਕੇ ਦੱਸ ਮੋਬਾਈਲ ਕਿੱਥੇ ਆ? ਨਹੀਂ ਸਰ, ਇਹ ਸੱਚ ਕਹਿ ਰਹੇ ਨੇ। ਸਾਡਾ ਰੋਲਾ ਸੁਣ ਕੇ ਤਾਂ ਚੋਰਾਂ ਦੇ ਪਿੱਛੇ ਦੌੜ ਰਹੇ ਸੀ, ਤੇ ਉਹ ਮੈਡਮ ਨੇ ਪਤਾ ਨਹੀਂ ਕੀ ਸਮਝਿਆ, ਉਹ ਫੜ ਕੇ ਤੁਹਾਡੇ ਕੋਲ ਲਿਆਏ। ਚਲ ਫਿਰ ਕੀ ਕਰੀਏ ਇਹਦਾ ਆਪਾਂ? ਛੱਡ ਦੋ। ਛੱਡ ਦਈਏ ਸਰ, ਹੁਣ ਤਾਂ ਛੱਡਣਾ ਬਣਦਾ ਸਰ। ਗੱਲ ਸੁਣ, ਜੇ ਅੱਗੇ ਤੋਂ ਮੈਂ ਤੈਨੂੰ ਕੁੜੀਆਂ ਦੇ ਆਲੇ ਦੁਆਲੇ ਵੇਖ ਲਿਆ ਨਾ, ਮਾਂ ਤੇਰੇ ਦਾ ਡਾਂਗ ਵਰਤਾਂਗਾ ਤੇ ਯਾਦ ਰੱਖੇਗਾ ਜਦ ਤੋਂ ਹੋਇਆ ਗੜਾ। ਥੈਂਕ ਯੂ ਸਰ। ਕੁਝ ਮੈਂ ਗੈਟ ਆਊਟ ਯੋਗਰਾ ਸਿੰਘ ਕਲੀਨ ਇੰਸਪੈਕਟਰ ਕੀ ਗੱਲ ਕਰਦਾ? ਕਿਹਨੇ ਬਣਾਇਆ ਤੈਨੂੰ ਯਾਰ? ਜਦੋਂ ਮਰਜ਼ੀ ਵੱਜਣਾ ਸ਼ੁਰੂ ਕਰ ਦਿੰਦਾ। ਹੈਲੋ, ਉਹ ਸੁੱਖੀ ਭੈਣ? ਹਾਂ, ਪਰ ਤੂੰ ਦਿਨ ਵੇਲੇ ਫੋਨ ਕਿਉਂ ਨਹੀਂ ਕਰਦੀ? ਤੇ ਦਿਨ ਹੋਏਗਾ ਪਰ ਇੱਥੇ ਤਾਂ ਰਾਤ ਹੈ ਨਾ। ਅੱਛਾ ਚੱਲ ਦੱਸ ਕੀ ਗੱਲ ਹੈ? ਕੀ ਨਾਮ ਕੀ ਦੱਸਿਆ ਸੀ ਉਹਦਾ? ਪ੍ਰੀਤੀ, ਥਰਡ ਈਅਰ ਚ ਪੜ੍ਹਦੀ ਹੈ। ਚੱਲ ਠੀਕ ਹੈ, ਮੈਂ ਕੱਲ ਕਾਲਜ ਵਿੱਚ ਜਾ ਕੇ ਉਹਦਾ ਗਿਫਟ ਦੇ ਆਊਂਗਾ। ਠੀਕ ਹੈ, ਜੋ ਵੀ ਹੈ ਹੈ ਬੜਾ ਸਮਾਰਟ। ਉਹ ਤਾਂ ਹੈ, ਪਰ ਇੱਥੇ ਕੀ ਕਰ ਰਿਹਾ ਹੈ? ਜਦ ਵੀ ਕਿਸੇ ਆਸ਼ਿਕ ਦੀ ਮੌਤ ਆਉਂਦੀ ਹੈ ਤਾਂ ਉਹ ਕੁੜੀਆਂ ਦੇ ਕਾਲਜ ਆ ਜਾਂਦਾ ਹੈ। ਆਸ਼ਿਕ ਨਹੀਂ ਪਰ ਉੱਲੂ ਜ਼ਰੂਰ ਹੈ। ਜਿਹੜਾ ਉੱਥੇ ਖੜਾ ਇੱਧਰ ਉੱਧਰ ਚਾਤੀਆਂ ਮਾਰੀ ਜਾਂਦਾ, ਮੈਨੂੰ ਇੱਥੇ ਖੜੀ ਇੰਨੀ ਸੋਹਣੀ ਕੁੜੀ ਨਹੀਂ ਦਿਖਾਈ ਦਿੰਦੀ। ਲੈ ਦੇਖ ਲਿਆ ਉਹਨੇ, ਪਰ ਉਹਦਾ ਆ ਵੀ ਇੱਧਰ ਹੀ ਰਿਹਾ। ਚੱਲ ਆਣ ਦੇ, ਇਹਨੂੰ ਅੱਜ ਦੱਸ ਦਿੰਦੇ ਹਾਂ ਉੱਲੂ ਦਾ ਪੱਠਾ ਕਿਵੇਂ ਬਣਾਈਦਾ ਚੰਗੇ ਭਲੇ ਬੰਦੇ ਨੂੰ। ਹੈਲੋ ਹੈਲੋ ਜੀ, ਥਰਡ ਈਅਰ ਦੀ ਕਲਾਸ ਇਹੀ ਹੈ? ਕਿਉਂ ਤੁਸੀਂ ਦਾਖਲ ਹੋਣਾ? ਨਹੀਂ ਜੀ, ਮੈਂ ਕਿਸੇ ਨੂੰ ਮਿਲਣਾ ਸੀ। ਤਾਂ ਮਿਲੋ ਨਾ, ਮਿਲਦੇ ਕਿਉਂ ਨਹੀਂ? ਕਿਹਨੂੰ? ਥਰਡ ਈਅਰ ਦੀ ਕਲਾਸ ਨੂੰ। ਥਰਡ ਈਅਰ ਦੀ ਕਲਾਸ ਹੈ? ਨਹੀਂ ਜੀ, ਮੈਂ ਪ੍ਰੀਤੀ ਨੂੰ ਮਿਲਣਾ ਹੈ। ਮੈਂ ਪ੍ਰੀਤੀ ਹਾਂ? ਨਹੀਂ ਨਹੀਂ, ਮੈਂ ਪ੍ਰੀਤੀ ਹਾਂ। ਨਹੀਂ ਨਹੀਂ, ਮੈਂ ਇੱਕੋ ਪ੍ਰੀਤੀ ਨੂੰ ਮਿਲਣਾ ਹੈ। ਨਹੀਂ ਨਹੀਂ,
ਨਹੀਂ ਜੀ, ਮੈਂ ਇੱਕੋ ਪ੍ਰੀਤ ਨੂੰ ਮਿਲਣਾ ਤੇ ਮੈਨੂੰ ਉਹੀ ਚਾਹੀਦੀ ਹੈ। ਹਟੋ ਪਿੱਛੇ ਕੀ ਹੋ ਰਿਹਾ? ਐਕਸਕਿਊਜ਼ ਮੀ, ਤੁਸੀਂ ਕੌਣ? ਜੀ ਮੈਂ ਰਾਹੁਲ। ਓ ਸੁਖੀ ਦਾ ਭਰਾ? ਜੀ ਹਾਂ। ਹਾਂ, ਮੈਨੂੰ ਥੋੜੀ ਦੇਰ ਪਹਿਲਾਂ ਹੀ ਸੁਖੀ ਦਾ ਫੋਨ ਆਇਆ ਸੀ ਕਿ ਤੁਸੀਂ ਆਉਣ ਵਾਲੇ ਹੋ। ਇਹਨਾਂ ਨੂੰ ਨਹੀਂ ਆਇਆ ਲੱਗਦਾ। ਛੜਾ ਪਾਗਲਾ, ਇਹ ਮੇਰੀ ਕੈਨੇਡਾ ਵਾਲੀ ਫਰੈਂਡ ਸੁਖੀ ਦਾ ਭਰਾ ਹੈ। ਆਈ ਐਮ ਸੌਰੀ ਜੇ ਇਹਨਾਂ ਨੇ ਤੁਹਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਹੋਵੇ ਤਾਂ। ਇੱਕ ਅੱਧੀ ਕੀਤੀ ਹੋਵੇ ਤਾਂ ਦੱਸਾਂ। ਤੁਸੀਂ ਆਪਣਾ ਗਿਫਟ ਫੜੋ, ਮੈਂ ਚੱਲਦਾ। ਨਹੀਂ ਨਹੀਂ, ਤੁਸੀਂ ਕਿਉਂ ਜਾਂਦੇ ਹੋ? ਜਾਣ ਤੇ ਸਾਨੂੰ ਚਾਹੀਦਾ। ਚਾਹੀਦਾ ਤਾਂ ਜਾਂਦੀਆਂ ਕਿਉਂ ਨਹੀਂ? ਉਹ ਤਾਂ ਸੱਚ। ਓਕੇ ਓਕੇ, ਸੌਰੀ ਸੌਰੀ। ਓਕੇ ਰਾਹੁਲ, ਆਮ ਰੀਲੀ ਸੌਰੀ, ਇਹਨਾਂ ਨੇ ਤੁਹਾਡੇ ਨਾਲ ਜਿਹੜੀ ਵੀ ਬਦਤਮੀਜ਼ੀ ਕੀਤੀ ਹੈ। ਇਟਸ ਓਕੇ, ਮੈਂ ਚੱਲਦਾ। ਹਾਂ, ਜਾਣਾ ਤਾਂ ਪੈਣਾ ਹੀ ਹੈ, ਇਹ ਤਾਂ ਗਰਲਸ ਕਾਲਜ ਹੈ ਨਾ, ਤੇ ਨਾਲੇ ਫਿਰ ਬੰਦ ਵੀ ਹੋ ਗਿਆ। ਤਾਂ ਤੁਸੀਂ ਜਾ ਕਿਹੜੇ ਪਾਸੇ ਰਹੇ ਹੋ? ਮੈਂ ਆਦਰਸ਼ ਨਗਰ। ਲੈ, ਮੇਰਾ ਘਰ ਵੀ ਉੱਥੇ ਹੀ ਹੈ, ਤੁਸੀਂ ਪਲੀਜ਼ ਮੈਨੂੰ ਉੱਥੇ ਤੱਕ ਲਿਫਟ ਦੇ ਦਿਓਗੇ? ਕੋਈ ਗੱਲ ਹੀ ਨਹੀਂ ਜੀ, ਨੇਕੀ ਔਰ ਪੁੱਛ ਪੁੱਛ। ਵੈਸੇ ਇਹ ਫਿਲਮੀ ਸਵਾਲ ਮੈਨੂੰ ਪੁੱਛਣਾ ਚਾਹੀਦਾ ਸੀ। ਚਲੀਏ, ਪਰ ਪਹਿਲਾਂ ਲਿਪਸਟਿਕ ਤਾਂ ਪੂੰਝ ਲਓ। Belated happy birthday. Oh, thank you so much. Aajo phir? No, thank you. Bas main ta tonu chhadne aaya si. Ha, oh ta mainu bhi pata. Actually, main bhi aayi kya si. Ta main chalna phir? Dekh lo. Haan je mummy daddy nu milan da risk lena hai ta aajo phir andar. Na baba, mainu risk lena to bahut dar lagda hai. Acha, okay. Bye. Okay, bye bye. Thank you. ਵੈਸੇ ਰਿਸਕ ਤਾਂ ਲਿਆ ਜਾ ਸਕਦਾ ਹੈ। ਮੇਰਾ ਪਰਸ ਕਿੱਥੇ ਰਹਿ ਗਿਆ? ਪਰਸ ਆ ਤਾਂ, ਓ ਵਾਹ ਓਏ, ਹੁਣ ਤਾਂ ਪੰਗਾ ਪਊ ਪਊ। ਪਰ ਉਹ ਤਾਂ ਕਹਿੰਦੀ ਸੀ ਕਿ ਰਿਸਕ ਹੈ, ਪਰ ਇੰਨਾ ਕੁ ਰਿਸਕ ਲੈਣਾ ਤਾਂ ਬਣਦਾ। ਮੈਂ ਇਸੇ ਨੂੰ ਹੀ ਲੱਭ ਰਹੀ ਸੀਗੀ। ਥੈਂਕ ਯੂ ਸੋ ਮੱਚ, ਆ ਜਾਓ ਪਲੀਜ਼, ਕਮ ਇਨ। ਥੈਂਕ ਯੂ। ਤੁਸੀਂ ਤਾਂ ਪਰਸ ਦਿਨ ਘਰ ਹੀ ਆ ਗਏ। ਹਾਂ, ਤੁਸੀਂ ਆਪਣਾ ਪਰਸ ਮੇਰੀ ਗੱਡੀ ਵਿੱਚ ਭੁੱਲ ਆਏ ਸੀ, ਤੇ ਮੈਂ ਸੋਚਿਆ ਜਾ ਕੇ ਦੇਵਾਂ, ਤੁਹਾਨੂੰ ਚਾਹੀਦਾ ਹੋਊ ਨਾ। ਹਾਂ, ਚਾਹੀਦਾ ਤਾਂ ਸੀ, ਪਰ ਤੁਹਾਨੂੰ ਮੇਰੇ ਘਰੇ ਨਹੀਂ ਆਉਣਾ ਚਾਹੀਦਾ ਸੀ। ਕਿਉਂ? ਤੁਹਾਨੂੰ ਮੇਰੀ ਮੰਮੀ ਦਾ ਨਹੀਂ ਪਤਾ। ਪਤਾ ਤਾਂ ਮੈਨੂੰ ਤੇਰੇ ਡੈਡੀ ਦਾ ਵੀ ਨਹੀਂ ਸੀ। ਤਾਂ ਫਿਰ ਤੁਹਾਡਾ ਰਿਸਕ ਕਿਉਂ ਲਿੱਤਾ? ਰਿਸਕ? ਓ ਮਤਲਬ ਤੁਹਾਡੇ ਡੈਡੀ ਕੋਈ ਉਹ ਪੁਲਿਸ ਟਾਈਪ ਦੀ ਚੀਜ਼ ਹੈ? ਨਹੀਂ 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 ਨਹੀਂ, ਡੈਡੀ ਨਹੀਂ, ਮੰਮੀ, ਉਹਦੇ ਪੁਲਿਸ ਤੋਂ ਵੀ ਉੱਪਰ ਦੀ ਚੀਜ਼ ਨੇ। ਤਾਂ ਮੈਂ ਫਿਰ ਚੱਲਦਾ ਹਾਂ। ਨਹੀਂ ਨਹੀਂ ਨਹੀਂ, ਪਲੀਜ਼ ਤੁਸੀਂ ਬੈਠੋ, ਮੈਂ 2 ਮਿੰਟ ਚਾਹ ਬਣਾ ਕੇ ਲੈ ਕੇ ਆਉਣੀ ਆ, ਪਲੀਜ਼ ਬੈਠੋ ਤੇ ਸਹੀ। ਤੁਸੀਂ, ਤੁਹਾਨੂੰ ਚਾਹ ਬਣਾਉਣੀ ਆਉਂਦੀ ਹੈ? ਨਹੀਂ ਆਉਂਦੀ ਤਾਂ ਨਹੀਂ, ਪਰ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ ਨਾ। ਕੋਸ਼ਿਸ਼? ਓਕੇ ਠੀਕ ਹੈ। ਪ੍ਰੀਤੀ ਪ੍ਰੀਤੀ, ਮੰਮੀ ਕਿੱਥੇ? ਬਾਤ ਆ ਗਏ ਨੇ। ਫਿਰ ਕੀ ਹੋਇਆ? ਮੇਰੇ ਮੰਮੀ ਬਹੁਤ ਸ਼ੱਕੀ ਸੁਭਾਅ ਦੇ ਨੇ। ਚੱਲ ਮੈਨੂੰ ਕਿਤੇ ਡਸਟਬਿਨ ਚ ਲੁਕਾ ਦੇ, ਜਾਂ ਫਿਰ ਆ ਗਮਲੇ ਪਿੱਛੇ ਛੁਪਾ ਦੇ। ਚੱਲ ਇੱਥੋਂ। ਓ ਜਾਂ ਫਿਰ ਪੋਸਟਰ ਬਣਾ ਕੇ ਦੀਵਾਰ ਤੇ ਛਪਾ। ਚੱਲ ਉਹ ਕਿੱਥੇ ਰਹਿ ਗਈ ਹੈ? ਬੂਹਾ ਕੋਈ ਨਹੀਂ ਖੋਲਦੀ ਪਈ। ਇੱਧਰ ਲੁਕ, ਚੱਲ ਚੱਲ। ਕਿੱਥੇ ਲੁਕਣਾ ਪੈਣਾ? ਪਿੱਛੇ ਉਹ ਗਮਲੇ ਕੋਲ। ਆ ਟੇਬਲ ਥੱਲੇ। ਪ੍ਰੀਤੀ ਯਾਰ ਕਿੱਧਰ? ਇੱਧਰ ਇੱਧਰ। ਪ੍ਰੀਤੀ
ਕਿੱਥੇ ਲੁਕਿਆ ਰਹੀ ਤੇ ਜਮਾ ਨਾ ਹਿੱਲੀ ਤੇ ਫਿਰ ਕੀ ਕਰਨਾ ਚੁੱਪ ਕਰਕੇ ਬੈਠਾ ਰਹੀ ਕਿੰਨੀ ਦੇਰ ਜਿੰਨਾ ਚਿਰ ਮੰਮੀ ਡੈਡੀ ਇਸ ਕਮਰੇ 'ਚ ਰਹਿਣਗੇ ਉਹ ਕਿੰਨੀ ਦੇਰ ਤੱਕ ਰੁਕਣਗੇ ਪਤਾ ਨਹੀਂ ਪ੍ਰੀਤੀ ਪ੍ਰੀਤੀ ਆਈ ਮੰਮੀ ਕੀ ਹੋ ਰਿਹਾ ਸੀ ਇੱਥੇ ਕਿੱਥੇ ਕੀ ਹੋ ਰਿਹਾ ਸੀ ਇੱਥੇ ਇੱਥੇ ਕੀ ਹੋਣਾ ਸੀ ਨਾਲੇ ਤੁਸੀਂ ਵੀ ਤਾਂ ਕਰਨੀ ਸੀ ਨਾ ਇਹ ਗੱਲ ਠੀਕ ਕਹਿ ਰਹੀ ਹੈ ਇਹ ਮੰਮੀ ਅਗਰ ਘਰ ਨਾ ਹੋਏ ਇੱਥੇ ਹੋ ਵੀ ਕੀ ਸਕਦਾ ਕੀ ਕਿ ਮੈਂ ਤਾਂ ਤਾਰੀਫ ਕਰ ਰਿਹਾ ਸੀ ਤੈਨੂੰ ਨਹੀਂ ਚੰਗੀ ਲੱਗੀ ਮੈਂ ਲਵਜ਼ ਵਾਪਸ ਲੈ ਲੈਣਾ ਜਿਹੜੀ ਚੱਲੋ ਨਾ ਬੰਦ ਚੱਲ ਕੇ ਗੱਲ ਕਰਦੇ ਹਾਂ ਕਿਉਂ ਬਾਈ ਕਿਉਂ ਕੀ ਗੱਲ ਹੈ ਇੱਥੇ ਕੋਈ ਮੀਂਹ ਪੈ ਰਿਹਾ ਹੈ ਅਸੀਂ ਗੱਲ ਜਾਵਾਂਗੇ ਜੋ ਗੱਲ ਕਰਨੀ ਇੱਥੇ ਹੀ ਕਰੋ ਐਡੀ ਕਿਹੜੀ ਗੱਲ ਕਰਨੀ ਆਪਾਂ ਕੋਈ ਗੱਲ ਤਾਂ ਆਈ ਸੀਗੀ ਅਸੀਂ ਵਰਮੇ ਦੇ ਘਰ ਗਏ ਸੀਗੇ ਤੇ ਫਿਰ ਤੁਸੀਂ ਨਹੀਂ ਛੇਤੀ ਕਿਉਂ ਆ ਗਏ ਨਾ ਉੱਥੇ ਹੋਰ ਬਹਿ ਰਹਿਣਾ ਸੀਗਾ ਉਹਨਾਂ ਦੇ ਘਰ ਵੈਸੇ ਸਿਆਪਾ ਪਿਆ ਹੋਇਆ ਸੀਗਾ ਵਰਮਾ ਅੰਕਲ ਦੇ ਘਰ ਕੀ ਸਿਆਪਾ ਪੈ ਗਿਆ ਉਹ ਸਿਆਪਾ ਕਿ ਉਹਨਾਂ ਦੀ ਧੀ ਦਾ ਸਿਆਪਾ ਜਿਹੜੀ ਚੱਲੋ ਨਾ ਆਪਾਂ ਅੰਦਰ ਚੱਲ ਕੇ ਗੱਲ ਕਰਦੇ ਆ ਜੋ ਤੁਸੀਂ ਦੇਖ ਦੇਖ ਮੇਰਾ ਇੱਕ ਅਸੂਲ ਹੈ ਜਿਸ ਕਮਰੇ 'ਚ ਮੈਂ ਗੱਲ ਸ਼ੁਰੂ ਕਰ ਲਾਂ ਉੱਥੇ ਹੀ ਖਤਮ ਕਰਦਾ ਬਸ ਇਹ ਮੇਰਾ ਅਸੂਲ ਹੈ ਬੈਠ ਵੀ ਇੱਥੇ ਤੂੰ ਹਾਂ ਤੇ ਦੱਸੋ ਇਹਨੂੰ ਜਰਾ ਵਰਮੇ ਦੀ ਧੀ ਦੀ ਕਰਤੂਤ ਕੀ ਚੰਨ ਚਾੜਿਆ ਉਹਨੇ ਜਰਾ ਇਹਦੇ ਵੀ ਕੰਨ ਖੁੱਲਣ ਵਰਮਾ ਤੇ ਉਹਦੀ ਵੋਟੀ ਆਪਣੀ ਜਵਾਨ ਧੀ ਨੂੰ ਘਰ ਛੱਡ ਕੇ ਆਪਣੇ ਦੋਸਤਾਂ ਨੂੰ ਬਾਹਰ ਮਿਲਣ ਗਏ ਜਿਵੇਂ ਮੈਂ ਤੇ ਤੇਰੇ ਡੈਡੀ ਜਦੋਂ ਵਰਮਾ ਤੇ ਵਰਮੈਨ ਘਰ ਆਏ ਘਰ ਦਾ ਦਰਵਾਜ਼ਾ ਬੰਦ ਸੀਗਾ ਜਿਵੇਂ ਸਾਡੇ ਘਰ ਦਾ ਵਰਮਾ ਤੇ ਵਰਮੈਨ ਦਰਵਾਜ਼ਾ ਖੜਕਾਣ ਤੇ ਘਰ ਦਾ ਦਰਵਾਜ਼ਾ ਖੁੱਲਣ ਦਾ ਨਾ ਹੀ ਨਾ ਲਵੇ ਜਿਵੇਂ ਕਿ ਸਾਡਾ ਫਿਰ ਕੀ ਹੋਇਆ 10-15 ਮਿੰਟ ਬਾਅਦ ਦਰਵਾਜ਼ਾ ਖੁੱਲਿਆ ਜਿਵੇਂ ਕਿ ਸਾਡਾ ਦਰਵਾਜ਼ਾ ਖੁੱਲਿਆ ਉਹਨਾਂ ਦੀ ਕੁੜੀ ਟਾਇਲਟ ਗਈ ਹੋਣੀ ਹੈ ਉਹਨਾਂ ਦੇ ਘਰ 'ਚ ਤਾਂ ਕੋਈ ਟਾਇਲਟ ਨਹੀਂ ਹੈ ਉਹਨਾਂ ਦੇ ਸਾਰੇ ਖਾਨਦਾਨ ਨੂੰ ਤਾਂ ਕਬਜ਼ ਰਹਿੰਦੀ ਹੈ ਜਿਵੇਂ ਕਿ ਇਹਨਾਂ ਨੂੰ ਹੁਣ ਜ਼ਿਆਦਾ ਨਾ ਬੋਲੋ ਅੱਗੇ ਵੀ ਸੁਣਾਓ ਕੀ ਹੋਇਆ ਵਰਮਾ ਤੇ ਵਰਮੈਨ ਕਮਰੇ 'ਚ ਐਂਟਰ ਹੁੰਦੇ ਜਿਵੇਂ ਕਿ ਅਸੀਂ ਵਰਮਾ ਜੀ ਆਪਣੀ ਧੀ ਨਾਲ ਗੱਲਾਂ ਕਰਦੇ ਕਰਦੇ ਸੋਫੇ ਤੇ ਪੈ ਗਏ ਉਸ ਤੋਂ ਬਾਅਦ ਉਹਨੀ ਨਜ਼ਰ ਸਾਹਮਣੇ ਪਏ ਸੋਫੇ ਤੇ ਪਈ ਦੇਖਿਆ ਕਿ ਸੋਫਾ ਹਿੱਲ ਰਿਹਾ ਕਿੱਥੇ ਹਿੱਲ ਰਿਹਾ ਡੈਡੀ ਓਹੋ ਸਾਡਾ ਥੋੜੀ ਵਰਮਾ ਸਾਹਿਬ ਦਾ ਤੂੰ ਇੱਥੇ ਆ ਇੱਥੇ ਬਹਿ ਕੇ ਆਰਾਮ ਨਾਲ ਸੁਣ ਦੱਸੋ ਜੀ ਫਿਰ ਕੀ ਹੋਇਆ ਵਰਮਾ ਜੀ ਨੇ ਦੇਖਿਆ ਸੋਫਾ ਜ਼ੋਰ ਜ਼ੋਰ ਦੀ ਹਿੱਲ ਰਿਹਾ ਤੇ ਵਰਮਾ ਜੀ ਉੱਠ ਕੇ ਸੋਫੇ ਵੱਲ ਤੁਰ ਪਏ ਡੈਡੀ ਤੁਸੀਂ ਬੈਠ ਕੇ ਦੱਸੋ ਨਾ ਤੁਹਾਨੂੰ ਤਾਂ ਪਹਿਲੇ ਹੀ ਬਲੱਡ ਪ੍ਰੈਸ਼ਰ ਹੈ ਓਹੋ ਬਲੱਡ ਪ੍ਰੈਸ਼ਰ 10-20 ਡਿਗਰੀ ਵੱਧ ਵੀ ਗਿਆ ਤੇ ਕੋਈ ਫਰਕ ਨਹੀਂ ਪੈਂਦਾ ਤੂੰ ਬੈਕ ਸਟੋਰੀ ਸੁਣ ਤੇ ਕਿੰਨਾ ਮਜ਼ਾ ਆ ਰਿਹਾ ਤੁਸੀਂ ਅੱਗੇ ਦੱਸੋ ਜੀ ਵਰਮਾ ਸੋਫੇ ਦੀ ਤਰਫ ਜਾਂਦਾ ਫੇਰ ਕੀ ਹੋਇਆ ਵੱਧ ਰਿਹਾ ਅੱਗੇ ਫੇਰ ਉਹ ਸੋਫੇ ਦੇ ਪਿੱਛੇ ਦੇਖਦਾ ਫੇਰ ਕੀ ਹੋਇਆ ਉਹੀ ਹੋਇਆ ਜੋ ਸਾਡੇ ਘਰ 'ਚ ਹੋਇਆ ਕੁਛ ਕਰਨ ਦੀ ਲੋੜ ਨੀ ਇਹ ਤਾਂ ਭਰਾ ਹੈ ਮੰਮੀ ਜੀ ਕਮਾਲ ਹੈ ਤੂੰ ਇਹਨੂੰ ਭਰਾ ਕਹੀ ਜਾਂਦੀ ਹੈ ਇਹ ਇਹਨੂੰ ਆਂਟੀ ਕਹੀ ਜਾਂਦਾ ਤੇ ਮੈਂ ਵਿੱਚ ਕੀ ਹਾਂ ਇਹ ਬਕਵਾਸ ਕਰ ਰਹੇ ਮੈਂ ਤੁਹਾਨੂੰ ਦੱਸ ਰਹੀ ਹਾਂ ਇਹਦੀ ਸ਼ਕਲ ਵੱਲ ਦੇਖੋ ਇੱਕ ਨੰਬਰ ਦਾ ਗੁੰਡਾ ਹੈ ਗੁੰਡਾ ਇਹਨੇ ਜ਼ਰੂਰ ਕੋਈ ਗਲਤ ਹਰਕਤ ਕੀਤੀ ਹੋਣੀ ਹੈ ਦੇਖੋ ਤੂੰ ਸਹੀ ਹੈ ਇਹਦੇ ਵੱਲ ਸ਼ਕਲ ਤਾਂ ਮੇਰੇ ਵਰਗਾ ਸ਼ਰੀਫ ਲੱਗਦਾ ਮੈਂ ਹਜੇ ਪਿਛਲੇ ਹਫਤੇ ਹੀ ਛਿੱਤਰ ਪਵਾਇਆ ਇਹਨੂੰ ਇਹ ਕੁੜੀਆਂ ਨੂੰ ਛੇੜਦਾ ਪਿਆ ਸੀਗਾ ਆਂਟੀ ਮੈਂ ਨਹੀਂ ਛੇੜਦਾ ਸੀ ਮੈਂ ਤਾਂ ਬੜਾ ਹੀ ਸ਼ਰੀਫ ਆਦਮੀ ਹਾਂ ਉਲਟੇ ਕੁੜੀਆਂ ਮੈਨੂੰ ਛੇੜ ਜਾਂਦੀਆਂ ਤੇ ਮੈਂ ਛਿੜ ਵੀ ਜਾਂਦਾ ਤੇ ਮੈਂ ਤਾਂ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਅੱਛਾ ਤੇ ਫਿਰ ਕਾਕਾ ਸਾਡੇ ਇਸ ਘਰ ਦੇ ਸੋਫੇ ਦੇ ਪਿੱਛੇ ਕਿਸ ਨੂੰ ਛੇੜ ਰਿਹਾ ਸੀਗਾ ਛੇੜ ਨਹੀਂ ਰਿਹਾ ਸੀ ਇਹ ਛੇੜ ਰਿਹਾ ਹੋਣਾ ਇਹ ਜ਼ਰੂਰ ਸਾਡੀ ਕੁੜੀ ਤੋਂ ਬਦਲਾ ਲੈਣ ਆਇਆ ਹੋਣਾ ਮੰਮੀ ਇਹ ਤਾਂ ਰਾਹੁਲ ਹੈ ਮੈਨੂੰ ਮਿਲਣ ਆਇਆ ਸੀ ਵਿਚਾਰਾ ਇਹ ਇਦਾਂ ਦਾ ਮੁੰਡਾ ਨਹੀਂ ਹੈ ਤੂੰ ਚੁੱਪ ਰਹਿ ਤੁਸੀਂ ਇਹ ਦੱਸੋ ਜੀ ਹੁਣ ਇਹਨੂੰ ਕੁੱਟਣਾ ਕਾਹਦੇ ਨਾਲ ਅਸੀਂ ਡੰਡਾ ਲਿਆਈਏ ਹਾਕੀ ਲਿਆਈਏ ਥਾਪੀ ਲਿਆਈਏ ਜਾਂ ਕੋ ਵੱਟਾ ਤੂੰ ਇੱਥੇ ਖਲੋ ਹੁਣ ਮੈਂ ਤੇਰੇ ਲੱਤਾਂ ਪੰਨਾਂ ਦਾ ਸਮਾਨ ਲੈ ਕੇ ਆਨੀ ਆ ਤੁਸੀਂ ਜਾ ਕੇ ਪੁਲਿਸ ਨੂੰ ਫੋਨ ਕਰੋ ਜੀ ਖੜਾ ਰਹੀ ਇੱਥੇ ਮੈਂ ਤੁਹਾਨੂੰ ਦੱਸਦੀ ਆ ਮੈਂ ਪੁਲਿਸ ਨੂੰ ਫੋਨ ਕਰਨਾ ਫਿਰ ਪਤਾ ਲੱਗੂ ਉਹ ਇਹ ਤਾਂ ਜ਼ਿਆਦਾ ਰਿਸਕ ਲਿੱਤਾ ਗਿਆ ਤੂੰ ਜਲਦੀ ਕੁਝ ਕਰਨਾ ਕੀ ਕਰਾਂ ਨਿਕਲ ਇੱਥੋਂ ਕਿੱਦਾਂ ਨਿਕਲ ਜਾਵਾਂ ਮੈਂ ਇੱਕ ਆਗਿਆਕਾਰੀ ਮੁੰਡਾ ਉਹ ਤੇਰੇ ਮੰਮੀ ਨੇ ਕਿਹਾ ਕਿ ਮੈਂ ਇੰਤਜ਼ਾਰ ਕਰਾਂ ਸ਼ਟ ਹਾ ਚਲ ਇੱਥੋਂ ਚਲ ਉਹ ਫਿਰ ਮੰਮੀ ਤੁਸੀਂ ਮੇਰੀ ਗੱਲ ਤਾਂ ਸੁਣੋ ਮੰਮਾ ਕੀ ਸੁਣਾ ਉਹ ਰਾਹੁਲ ਸੀ ਮੇਰੀ ਫਰੈਂਡ ਸੁਖੀ ਦਾ ਭਰਾ ਉਹਨੇ ਵਿਚਾਰੀ ਨੇ ਮੇਰੇ ਬਰਥਡੇ ਦਾ ਮੈਨੂੰ ਗਿਫਟ ਭੇਜਿਆ ਸੀ ਬਸ ਉਹੀ ਦੇਣ ਆਇਆ ਸੀ ਗਿਫਟ ਆ ਦੇਖੋ ਇੱਕ ਤਾਂ ਪੁਲਿਸ ਵਾਲਾ ਦਾ ਫੋਨ ਨਹੀਂ ਮਿਲਦਾ ਬੜੀ ਮੁਸ਼ਕਲ ਮਿਲਿਆ ਤਾਂ ਹੁਣ ਕੰਪਲੇਨ ਲਿਖਾਈ ਜਾ ਕੇ ਪੁਲਿਸ ਆ ਰਹੀ ਹੈ ਹੁਣ ਲੈ ਕਮਾਲ ਦੀ ਗੱਲ ਕਰ ਰਹੇ ਹੁਣ ਤੁਸੀਂ ਥਾਣੇ ਰਿਪੋਰਟ ਲਿਖਾਈਏ ਤੇ ਪੁਲਿਸ ਹੀ ਆਏਗੀ ਨਾ ਫਾਇਰ ਬ੍ਰਿਗੇਡ ਵਾਲੇ ਤਾਂ ਆਣਗੇ ਨਹੀਂ ਡੈਡੀ ਰੋਕੋ ਤੁਸੀਂ ਪੁਲਿਸ ਵਾਲਿਆਂ ਨੂੰ ਹਾਂ ਹਾਂ ਉਹ ਤੇ ਇਹਦੀ ਦੋਸਤ ਸੁਖੀ ਦਾ ਭਰਾ ਸੀ ਹੋਰ ਕੋਈ ਨਹੀਂ ਸੀਗਾ ਤੇ ਫਿਰ ਉਹ ਸੋਫੇ ਦੇ ਪਿੱਛੇ ਕਿ ਚੂਹੇ ਲੱਭ ਰਿਹਾ ਸੀਗਾ ਉਹ ਤਾਂ ਡੈਡੀ ਮੈਂ ਤੁਹਾਡੀ ਆਵਾਜ਼ ਸੁਣ ਕੇ ਡਰ ਗਈ ਸੀ ਤੇ ਮੈਂ
ਸੋਫੇ ਪਿੱਛੇ ਲੁਕੋਤਾ ਫਿਰ ਉਹਨੂੰ। ਜੋ ਵੀ ਹੈ ਉਹ ਮੁੰਡਾ ਠੀਕ ਨਹੀਂ ਹੈ, ਤੈਨੂੰ ਦੱਸ ਰਹੀ ਹਾਂ ਮੈਂ। ਭਾਵੇਂ ਸੁੱਖੀ ਦਾ ਭਰਾ, ਭਾਵੇਂ ਕੋਈ ਹੋਰ ਹੈ, ਜਿਆਦਾ ਮੂੰਹ ਨਾ ਲਾਈ ਇਹਨੂੰ। ਅਜੇ ਪਿਛਲੇ ਹਫ਼ਤੇ ਮੈਂ ਛਿੱਤਰ ਲਵਾਏ ਨਾ ਉਹਨੂੰ। ਪਰ ਡੈਡੀ ਜਿਹੜੀ ਪੁਲਿਸ ਆ ਰਹੀ ਉਦੋਂ ਆਪਾਂ ਕੀ ਕਰਾਂਗੇ? ਆਂਢ ਗੁਆਂਢ ਪੁੱਛ ਲਓ ਸ਼ਾਇਦ ਕਿਸੇ ਨੂੰ ਚਾਹੀਦੀ ਹੋਏ। ਜਿਆਦਾ ਗੱਲਾਂ ਨਾ ਮਾਰੋ, ਜਾ ਕੇ ਰੋਕੋ ਪੁਲਿਸ ਨੂੰ। ਆਂਢ ਗੁਆਂਢ ਚਾਹੀਦੀ ਹੋਏ। ਹਲੋ ਮਹਾਰਾਜ ਕੀ ਜੈ ਹੋ, ਅੱਜੈ ਹੋ। ਹੇ ਪਰਮਾਤਮਾ, ਅੱਜ ਸਾਡੇ ਥਾਣੇ ਦਾ ਉਦਘਾਟਨ ਹੋਇਆ ਹੈ। ਤੇਰੇ ਚਰਨਾਂ ਵਿੱਚ ਅਰਦਾਸ ਹੈ, ਇਹ ਥਾਣਾ ਕਦੇ ਘਾਟੇ 'ਚ ਨਾ ਜਾਵੇ। ਜਿਹੜਾ ਆਵੇ ਕੁਝ ਦੇ ਕੇ ਜਾਵੇ, ਨਹੀਂ ਤਾਂ ਛਿੱਤਰ ਜ਼ਰੂਰ ਖਾ ਕੇ ਜਾਵੇ ਸਾਡੀ ਅਰਦਾਸ। ਥਾਣੇਦਾਰ ਜੋਗਰਾਜ ਸਿੰਘ ਜਿੰਦਾਬਾਦ। ਇੱਕੀ ਦੁੱਕੀ ਚੱਕ ਦਿਆਂਗੇ, ਜੱਟਾਂ ਦੇ ਬੁਲਾਉਂਦੇ ਬੱਕਰੇ ਲੱਸੀ ਪੀ ਕੇ, ਜੱਟਾਂ ਦੇ ਬੁਲਾਉਂਦੇ ਬੱਕਰੇ ਲੱਸੀ ਪੀ ਕੇ। On duty. ਉੱਤ ਜੱਟਾਂ ਦੇ ਬੁਲਾਉਂਦੇ ਬੱਕਰੇ। ਜਨਾਬ ਜੱਟਾਂ ਦੇ ਕੀ ਗੱਲ? ਪਹਿਲਾ ਬੋੜੀ ਵਾਲਾ ਬੱਕਰਾ ਆ ਗਿਆ ਜੀ, ਇਹਨਾਂ ਦਾ ਮੂੰਹ ਠੱਕਰਾ। ਥੈਂਕ ਯੂ। ਇਹ ਤੁਹਾਡੀ ਤਰੱਕੀ ਹੋਈ ਹੈ ਜੀ? ਆਹੋ, ਪਹਿਲਾਂ ਪਿੱਪਲ ਥੱਲੇ ਬਹਿ ਕੇ ਠਾਣਾ ਚਲਾਉਂਦੇ ਸੀ, ਹੁਣ ਛੱਤ ਵਾਲੀ ਬਿਲਡਿੰਗ ਮਿਲ ਗਈ। ਮੁਬਾਰਕ ਹੋ ਜੀ, ਕੰਗ੍ਰੈਚੁਲੇਸ਼ਨ। ਕਿਹੜਾ ਲਿਸ਼? ਕੰਗ੍ਰੈਚੁਲੇਸ਼ਨ। ਹਾਂ ਠੀਕ ਹੈ ਠੀਕ ਹੈ। ਆਪਣਾ ਕੀ ਕੰਪਲੇਂਟ ਹੈ ਤੁਹਾਡੀ? ਮੈਂ ਟੈਲੀਫੋਨ ਤੇ ਕੰਪਲੇਂਟ ਲਿਖਾਈ ਸੀ ਕਿ ਕੋਈ ਮੁੰਡਾ ਸਾਡੇ ਘਰ ਆ ਕੇ ਸਾਡੀ ਕੁੜੀ ਨੂੰ ਛੇੜ ਗਿਆ। ਵੈਸੇ ਅਸੀਂ ਟੈਲੀਫੋਨ ਤੇ ਕੰਪਲੇਂਟ ਲਿਖਦੇ ਨਹੀਂ, ਪਰ ਅੱਜ ਥਾਣੇ ਦਾ ਪਹਿਲਾ ਪਹਿਲਾ ਦਿਨ ਹੈ ਨਾ, ਇਸ ਕਰਕੇ ਤੇਰੀ ਕੰਪਲੇਂਟ ਲਿਖ ਲਈ। ਮੈਂ ਥੋੜਾ ਉਦਘਾਟਨ ਚ ਬਿਜ਼ੀ ਹੋ ਗਿਆ ਸੀ, ਫੋਰਸ ਕਰਦਾ ਮੈਂ ਹੁਣੇ। ਤੂੰ ਚੱਲ। ਫੋਰਸ ਭੇਜਣ ਦੀ ਲੋੜ ਨਹੀਂ ਜੀ, ਮੈਂ ਤਾਂ ਉਹ ਕੰਪਲੇਂਟ ਵਾਪਸ ਲੈਣ ਆਇਆ। ਰਹਵਾ, ਮਤਲਬ ਛੇੜਖਾਨੀ ਦਾ ਮਾਮਲਾ ਤੇ ਬਗੈਰ ਪੁਲਿਸ ਤੋਂ ਬਤਾ ਲਿਆ? ਮੈਨੂੰ ਗਲਤੀ ਲੱਗੀ ਸੀ ਜੀ, ਉਹ ਮੁੰਡਾ ਕੁੜੀ ਨੂੰ ਛੇੜਨ ਹੀ ਨਹੀਂ ਆਇਆ ਸੀਗਾ। ਬਿਨਾਂ ਤਫਤੀਸ਼ ਦੇ ਤੂੰ ਕਿਵੇਂ ਕਹਿ ਸਕਦਾ ਵੀ ਉਹ ਛੇੜਨ ਹੀ ਸੀ ਆਇਆ? ਤੁਸੀਂ ਮਿੱਟੀ ਪਾਓ ਜੀ, ਮੈਂ ਕੰਪਲੇਂਟ ਲਿਖਾਣਾ ਹੀ ਨਹੀਂ ਚਾਹੁੰਦਾ। ਮਿੱਟੀ ਕਿਵੇਂ ਪਾ? ਜਨਾਬ, ਮੈਨੂੰ ਲੱਗਦਾ ਹੈ ਮੁੰਡੇ ਤੋਂ ਪੈਸੇ ਲੈ ਕੇ ਆਪ ਹੀ ਖਾ ਖੂ ਗਿਆ ਹੈ। ਉਹ ਤਾਂ ਮੈਂ ਕਢਾ ਲਾਂਗਾ। ਕਮਾਲ ਹੈ, ਮੈਂ ਕੰਪਲੇਂਟ ਲਿਖਾਣਾ ਹੀ ਨਹੀਂ ਚਾਹੁੰਦਾ। ਲਿਖਾਉਣਾ ਕਿਵੇਂ ਨਹੀਂ ਚਾਹੁੰਦਾ? ਸਾਡੇ ਥਾਣੇ ਦਾ ਪਹਿਲਾ ਪਹਿਲਾ ਕੇਸ ਹੈ, ਅਸੀਂ ਕੰਪਲੇਂਟ ਵਾਪਸ ਨਹੀਂ ਕਰਨੀ ਤੂੰ ਦੱਸਦੀ ਸਾ। ਮੇਰੀ ਰਿਕੁਐਸਟ ਹੈ ਥਾਣੇਦਾਰ ਸਾਹਿਬ, ਮੈਂ ਪੁਲਿਸ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦਾ। ਜਨਾਬ, ਇਹਦੇ ਤੋਂ ਥਾਣੇ ਦੀ ਭਲਾਈ ਲਈ ਫੰਡ ਲੈ ਕੇ ਛੱਡਦੇ ਨੇ ਇਹਨੂੰ। ਹਾਂ ਬਈ, ਉਦਘਾਟਨ ਤੇ ਕਿੰਨਾ ਖਰਚਾ ਹੋਇਆ ਦੱਸ ਜ਼ਰਾ। 10,000 ਰੁਪਇਆ ਜਨਾਬ। 10,000 ਤਾਂ ਨਹੀਂ ਮੈਂ ਦੇ ਸਕਦਾ ਜੀ। ਨਹੀਂ ਦੇ ਸਕਦਾ 10,000? ਨਹੀਂ, ਮੈਂ ਕਿਉਂ ਦੇਵਾਂ? ਕੋਈ ਗੱਲ, ਇਹਨਾਂ ਨੂੰ ਲੈ ਜਾਓ ਥਾਣੇ ਦੇ ਨਵੇਂ ਛਿੱਤਰ ਤੇ ਡਾਂਗਾ ਦੇ, ਜਿਹੜਾ ਦਰਸ਼ਨ ਕਰਾਓ ਨਾਲੇ ਟੈਸਟ ਹੋ ਜਾਣ। ਚਲੋ ਮੈਨੂੰ ਕਿੱਥੇ ਲਿਜਾ ਰਹੇ ਹੋ ਜੀ? ਤੁਹਾਡੇ 10,000 ਰੁਪਏ ਵਿਚਾਰੇ। ਚਲੋ ਫਿਰ। ਡੈਡੀ ਸਾਹਿਬ, ਇਹ ਸੱਟਾਂ ਤੁਹਾਡੇ ਕਿਵੇਂ ਲੱਗੀਆਂ? ਪੁਲਿਸ ਵਾਲਿਆਂ ਨੇ ਬਹੁਤ ਕੁੱਟਿਆ ਇਹਨਾਂ ਨੂੰ। ਪੁਲਿਸ ਵਾਲਿਆਂ ਨੇ ਕੁੱਟਿਆ? ਨਹੀਂ ਨਹੀਂ ਨਹੀਂ, ਮੈਂ ਪੁਲਿਸ ਵਾਲਿਆਂ ਨੂੰ ਬਹੁਤ ਕੁੱਟਿਆ ਹੈ। ਹੈ? ਮੇਰੇ ਮਤੇ ਪੁਲਿਸ ਵਾਲਿਆਂ ਨੇ ਬਦਮਾਸ਼ਾਂ ਨੂੰ ਬਹੁਤ ਕੁੱਟਿਆ। ਹਾਏ, ਇਹ ਤੁਹਾਡੇ ਸੱਟਾਂ ਕਿੱਦਾਂ ਲੱਗ ਗਈ? ਕੋਈ ਬਦਮਾਸ਼ ਕਿਸੇ ਕੁੜੀ ਨੂੰ ਛੇੜ ਰਹੇ ਸੀਗੇ, ਮੈਂ ਲੈ ਲਿਆ ਪੰਗਾ, ਮਾਰ ਮਾਰ ਕੇ ਮੁੱਕੇ ਉਹਨੇ ਦੰਦ ਭੰਨਤੇ। ਹਾਏ, ਦੰਦ ਉਹਨਾਂ ਦੇ ਟੁੱਟੇ, ਹਾਏ ਹਾਏ ਤੁਸੀਂ ਕਰੀ ਜਾਂਦੇ ਹੋ। ਉਹ ਦੰਦ ਟੁੱਟਣ ਨਾਲ ਬਦਮਾਸ਼ਾਂ ਨੂੰ ਆ ਗਿਆ ਗੁੱਸਾ, ਉਹਨਾਂ ਨੇ 2-4 ਡਾਂਗਾਂ ਮੇਰੇ ਵੀ ਮਾਰਤੀਆਂ। ਹਾਏ, ਫੇਰ? ਫੇਰ ਕੀ, ਫੇਰ ਆ ਗਿਆ ਮੈਨੂੰ ਗੁੱਸਾ, ਔਰ ਮੈਂ ਬਦਮਾਸ਼ਾਂ ਦੇ ਮਾਰ ਮਾਰ ਕੇ ਥੱਪੜ, ਮਾਰ ਮਾਰ ਕੇ ਮੁੱਕੇ, ਮਾਰ ਮਾਰ ਕੇ ਕਸੂਨ, ਮਾਰ ਮਾਰ ਕੇ ਗੋਡੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਗਿਆ। ਹਾਏ 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 ਹਾਏ, ਕਿਉਂ ਇੰਨਾ ਝੂਠ ਬੋਲੀ ਜਾਂਦੇ ਹੋ? ਹੈ, ਅੱਗੇ ਨਹੀਂ ਦਰਦਾਂ ਹੋ ਰਹੀਆਂ ਤੁਹਾਡੇ? ਝੂਠ? ਮੇਰਾ ਮਤਲਬ ਹੈ ਡਾਕਟਰ ਸਾਹਿਬ ਕਿ ਇਹਨਾਂ ਨੂੰ ਸਲਾਹ ਦਿਓ ਕਿ ਇਹ ਘੱਟ ਬੋਲਣ। ਇਹਨਾਂ ਨੇ ਕੀ ਸਲਾਹ ਦੇਣੀ? ਮੈਂ ਡਾਕਟਰ ਸਾਹਿਬ ਨੂੰ ਸਲਾਹ ਦਿੰਦਾ, ਅਗਰ ਕਦੀ ਵੀ ਪੁਲਿਸ ਸਟੇਸ਼ਨ ਰਿਪੋਰਟ ਲਿਖਾਉਣ ਜਾਣਾ ਹੋ, ਜੀ ਸਦਕੇ ਜਾਓ, ਕਦੀ ਵੀ ਕੰਪਲੇਂਟ ਵਾਪਸ ਲੈਣ ਨਹੀਂ ਜਾਣਾ। ਹੈ, ਮਨ ਤਾਂ ਲੱਗਦਾ ਇਹਨਾਂ ਦੀ ਦਿਮਾਗੀ ਹਾਲਤ ਮੈਨੂੰ ਠੀਕ ਨਹੀਂ ਲੱਗਦੀ ਹੈਗੀ। ਆ ਕੁਝ ਦਵਾਈਆਂ ਮੈਂ ਤੁਹਾਨੂੰ ਦੇ ਰਿਹਾ ਹੈਗਾ, ਆ 2 ਟਾਈਮ ਇਹਨਾਂ ਨੂੰ ਦਿੰਦੇ ਰਹੀਓ ਤੇ ਕੱਲ ਕਲੀਨਿਕ ਚੈੱਕਅਪ ਲਈ ਮੇਰੇ ਕੋਲ ਲੈ ਆਈਓ। ਠੀਕ ਹੈ। ਤੁਹਾਡੀ ਫੀਸ ਡਾਕਟਰ ਸਾਹਿਬ? 250 ਰੁਪਏ। ਲਿਖ ਲਓ। ਮੇਰੀ ਕੋਈ ਚਾਹ ਦੀ ਦੁਕਾਨ ਹੈ ਜਿਹੜਾ ਮੈਂ ਲਿਖ ਲਵਾਂ? ਚਲੋ, ਘਰ ਵਾਲੀ ਗੱਲ ਹੈ, ਆਖਿਰ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ। ਡਾਕਟਰ ਸਾਹਿਬ, ਐਲੋ ਫੀਸ ਤੁਹਾਡੀ। ਥੈਂਕ ਯੂ।
ਕੀ ਲੋੜ ਪਈ ਸੀ ਡਾਕਟਰ ਨੂੰ ਆਪਣੀ ਬਹਾਦਰੀ ਦੇ ਕਿੱਸੇ ਸੁਣਾਉਣ ਦੀ? ਪਰ ਤੈਨੂੰ ਵੀ ਕੀ ਲੋੜ ਸੀ ਡਾਕਟਰ ਨੂੰ ਦੱਸਣ ਦੀ ਕਿ ਮੈਨੂੰ ਪੁਲਿਸ ਵਾਲਿਆਂ ਨੇ ਕੁੱਟਿਆ? ਹਾਏ ਡਾਕਟਰ ਨੂੰ ਮੈਂ ਝੂਠ ਬੋਲਣਾ ਸੀ? ਇਸ ਤਰ੍ਹਾਂ ਇੱਕ ਦਿਨ ਦੇ ਰਿਹਾ ਸਿਰਫ ਆਰਾਮ ਕਰਨ ਲਈ, ਕੱਲ ਜਾ ਕੇ ਕੁੜੀ ਵਾਸਤੇ ਮੁੰਡਾ ਲੱਭੋ, ਉਹਦੇ ਹੱਥ ਪੀਲੇ। ਤੂੰ ਪਹਿਲਾਂ ਉਧਰੋਂ ਹਲਦੀ ਸਾੜ ਕੇ ਲਿਆ ਤੇ ਮੇਰੀ ਪਿੱਠ ਪੀਲੀ ਕਰ, ਜਿਹੜੀ ਉਹਨਾਂ ਨੇ ਨੀਲੀ ਕਰਤੀ ਹੈ। ਪਿੱਠ ਦਾ ਦਰਦ ਤੇ ਆਪੇ ਠੀਕ ਹੋ ਜਾਣਾ ਦੋ ਦਿਨ। ਕੁੜੀ ਦੀ ਫਿਕਰ ਕਰੋ, ਕੁੜੀ ਦੀ ਸਿਆਣੀ ਹੋ ਗਈ ਹੈ, ਹੋਰ ਨਾ ਕਿਤੇ ਵਰਮੇ ਦੇ ਧੀ ਵਾਂਗੂ ਹੱਥੋਂ ਨਿਕਲ ਜਾਏ। ਕੱਲ ਸਵੇਰੇ ਜਾ ਕੇ ਮੈਰਿਜ ਬਿਊਰੋ ਕੁੜੀ ਦਾ ਨਾਂ ਲਿਖਾ ਕੇ ਆਓ। ਮੈਂ ਪਰਸੋਂ ਜਾਵਾਂਗਾ। ਕਿਉਂ, ਕੱਲ ਕਿਉਂ ਨੀ? ਕੱਲ ਦਾ ਦਿਨ ਤਾਂ ਮੈਨੂੰ ਹਾਏ ਹਾਏ ਕਰਨ ਦੇ। ਹਾਏ ਦਵਾਈ ਆ ਗਈ ਹੈ ਨਾ, ਹੁਣੇ ਲੈ। ਆਏ ਮੈਂ ਕਿਹਾ ਹੈਲੋ ਜੀ। ਤੂੰ ਤੂੰ ਇੱਥੇ ਕੀ ਕਰ ਰਿਹਾ? ਮੈਂ ਬਿਜ਼ਨਸ ਪਲਾਨ ਕਰ ਰਿਹਾ ਸੀ, ਮਤਲਬ ਦੁਕਾਨੇ ਵੇਚ ਰਿਹਾ ਸੀ। ਦੁਕਾਨੇ? ਮਤਲਬ ਬੈਲੂਨਸ। ਕੀ ਮਤਲਬ? ਮੇਰਾ ਜੀ ਕਰਦਾ ਕਿ ਤੇਰੇ ਘਰ ਦੇ ਬਾਹਰ ਇੱਕ ਬੈਲੂਨ ਦੀ ਦੁਕਾਨ ਖੋਲਾਂ, ਫਿਰ ਤੂੰ ਮੇਰੇ ਤੋਂ ਬੈਲੂਨ ਲੈਣ ਆਏ ਤੇ ਮੈਂ ਦਿਲ ਦੀ ਸ਼ੇਪ ਦੇ ਬੈਲੂਨ ਫੁੱਲਾ ਫੁਲਾ ਕੇ ਤੈਨੂੰ ਦੇਵਾਂ। ਤੇ ਮੇਰੀ ਮੰਮੀ ਨਾ ਉਹਨਾਂ ਪਕਾਣਿਆਂ ਵਿੱਚ ਸੂਈਆਂ ਮਾਰ ਮਾਰ ਕੇ ਹਵਾ ਕੱਢਿਆ ਕਰੂਗੀ। ਚੱਲ ਕੋਈ ਗੱਲ ਨੀ, ਮੈਂ ਬਰਫ਼ ਦੇ ਗੋਲੇ ਦੀ ਰੇੜੀ ਲਾ ਲਾਂਗਾ। ਹਾਂ, ਤੇ ਫਿਰ ਮੈਂ ਲਾਲ, ਪੀਲੇ, ਹਰੇ, ਨੀਲੇ ਰੰਗ ਦੇ ਦਿਲ ਦੀ ਸ਼ੇਪ ਦੇ ਬਰਫ਼ ਦੇ ਗੋਲੇ ਤੈਨੂੰ ਖਵਾਇਆ ਕਰਾਂਗਾ। ਤੂੰ ਲੈਣ ਆਇਆ ਕਰੇਂਗੀ ਨਾ? ਤੇ ਜੇ ਮੇਰੀ ਥਾਂ ਤੇ ਖਰੀਦਣ ਮੰਮੀ ਤੇ ਡੈਡੀ ਆ ਗਏ ਫੇਰ? ਪ੍ਰੀਤੀ ਸੱਚੀ ਆ ਗਏ? ਆਈ ਮੰਮੀ! ਹਾਏ, ਹੁਣ ਕੀ ਹੋਊਗਾ? ਹੁਣ ਬਰਫ਼ ਪਿਘਲ ਗਈ। ਪ੍ਰੀਤੀ! ਹਾਂਜੀ ਮੰਮੀ। ਕੌਣ ਸੀਗਾ? ਮੰਮੀ ਉਹ ਬਰਫ਼ ਦੇ ਗੋਲੇ ਵੇਚਣ ਵਾਲਾ ਆਇਆ ਸੀ। ਕਾਰ ਦੇ ਵਿੱਚ ਬਰਫ਼ ਦੇ ਗੋਲੇ ਵੇਚਦਾ ਸੀਗਾ? ਬੜਾ ਬੇਵਕੂਫ ਆਦਮੀ ਸੀਗਾ। ਜੇ ਬਰਫ਼ ਦੇ ਗੋਲੇ ਪਿਘਲ ਜਾਣ, ਲੱਖਾਂ ਦਾ ਨੁਕਸਾਨ ਆ, ਕਰੋੜਾਂ ਦਾ ਰਿਸਕ ਆ। ਨਹੀਂ ਡੈਡੀ, ਉਹਦੀ ਗੱਡੀ ਦੇ ਵਿੱਚ ਏਅਰ ਕੰਡੀਸ਼ਨ ਲੱਗਿਆ ਹੋਇਆ ਸੀ। ਓ, ਤੁਸੀਂ ਉਹਦੇ ਬਰਫ਼ ਦੇ ਗੋਲਿਆਂ ਦੀ ਫੈਕਟਰੀ ਦੇ ਐਮਡੀ ਲੱਗੇ ਹੋਏ ਹੋ, ਜਿਹੜਾ ਤੁਹਾਨੂੰ ਚਿੰਤਾ ਹੋ ਰਹੀ ਹੈ। ਤੁਸੀਂ ਕੁੜੀ ਦੇ ਵਿਆਹ ਦੀ ਚਿੰਤਾ ਕਰੋ, ਜਾਣਾ ਸੀ ਨਾ ਰਿਸ਼ਤੇ ਬਾਰੇ? ਓ, ਮੈਂ ਤਾਂ ਭੁੱਲ ਹੀ ਗਿਆ ਸੀਗਾ। ਇੱਧਰ ਕਿੱਧਰ ਜਾ ਰਹੇ ਹੋ? ਗੱਡੀ ਅੰਦਰ ਹੈ। ਮਾਤੀ ਮਾਤੀ ਹੈ। ਹਾਏ ਰੱਬਾ, ਕਿੰਨਾ ਭੁਲੱਕੜ ਹੈ। ਸਚਦੇਵਾ ਸਹੀ ਕਹਿੰਦਾ ਹੁੰਦਾ ਸੀ, ਟੋਟਲ ਮਨੀ ਮਾਈਂਡਡ ਹੈ, ਮਨੀ ਮਾਈਂਡਡ। ਮੇਰਾ ਨਾਂ ਹੈ ਨੇਕ ਚੰਦ ਅਵਾਰਾ, ਸ਼ਹਿਰ ਚ ਰਹਿਣ ਨੀ ਦੇਣਾ ਇੱਕ ਵੀ ਕੁਵਾਰਾ। ਸਤਿ ਸ੍ਰੀ ਅਕਾਲ ਜੀ। ਆਓ ਜੀ, ਆਓ ਜੀ, ਆਓ ਜੀ। ਜਦੋਂ ਤੁਹਾਡਾ ਟੈਲੀਫੋਨ ਆਇਆ ਸੀ, ਮੈਂ ਉਦੋਂ ਹੀ ਅੰਦਾਜ਼ਾ ਲਾ ਲਿਆ ਸੀ ਸਾਡੇ ਦੋਸਤ ਮਿੰਦਰ ਸਿੰਘ ਡੈਡੀ ਸਾਹਿਬ ਤੇ ਆਖਿਰ ਮੁਸੀਬਤ ਆ ਹੀ ਗਈ। ਉਹ ਵਿਆਹ ਦਾ ਮਾਮਲਾ ਹੁੰਦਾ ਹੀ ਇਦਾਂ ਦਾ ਜੀ, ਇੱਕ ਕਿਸਮ ਦੀ ਮੁਸੀਬਤ ਵਾਲੀ ਗੱਲ ਹੀ ਹੁੰਦੀ ਹੈ। ਮੈਂ ਜਿੱਦਣ ਤੁਹਾਡੀ ਵਾਈਫ ਨੂੰ ਪਹਿਲੀ ਵਾਰੀ ਵੇਖਿਆ ਸੀ ਨਾ, 25 ਸਾਲ ਪਹਿਲਾਂ, ਮੈਂ ਉਦੋਂ ਹੀ ਅੰਦਾਜ਼ਾ ਲਾ ਲਿਆ ਸੀ ਇਹ ਟਿਕ ਨਹੀਂ ਸਕਦੀ, ਇੱਕ ਦਿਨ ਭੱਜੂਗੀ। ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਕਿਤੇ ਸੁਜਦੇਵੇ ਨਾਲ ਹੀ। ਤੁਸੀਂ ਫਿਕਰ ਨਾ ਕਰੋ ਜੀ, ਜੇ ਇੱਕ ਛੱਡ ਗਈ ਤੇ ਅਸੀਂ ਦੋ ਦਵਾ ਦੇਵਾਂਗੇ। ਇਹ ਹੈ ਨੇਕ ਚੰਦ ਅਵਾਰਾ, ਜਿਹਨੇ ਸ਼ਹਿਰ 'ਚ ਰਹਿਣ ਦਿੱਤਾ ਇੱਕ ਵੀ ਕੁਵਾਰਾ। ਓਏ ਬੇਵਕੂਫ, ਮੇਰੀ ਵਾਈਫ ਨੇ ਨਹੀਂ ਮੈਨੂੰ ਛੱਡਿਆ। ਚਲੋ ਤੁਸੀਂ ਛੱਡਣਾ ਚਾਹੁੰਦੇ ਹੋਗੇ, ਜਦ ਤੱਕ ਤੁਹਾਡਾ ਡਿਵੋਰਸ ਨਹੀਂ ਹੁੰਦਾ ਅਸੀਂ ਤੁਹਾਡਾ ਚੋਰੀ ਚੋਰੀ ਵਿਆਹ ਕਰਵਾ ਦੇਵਾਂਗੇ। ਓ ਵਾਰਾ ਸਾਹਿਬ, ਮੈਂ ਆਪਣੀ ਕੁੜੀ ਵਾਸਤੇ ਰਿਸ਼ਤਾ ਲੱਭਣਾ ਆ, ਆਪਣੇ ਲਈ ਨਹੀਂ। ਇਹ ਤੇ ਮੇਰੇ ਖੱਬੇ ਹੱਥ ਦਾ ਖੇਡ ਹੈ, ਸੋਰੀ, ਖੱਬੇ ਹੱਥ ਦਾ ਖੇਡ ਹੈ। ਮੁੰਡਿਆਂ ਦੀ ਤਾਂ ਮੈਂ ਲਾਈਨ ਲਵਾ ਦਿਆਂਗਾ। ਉਹ ਵਿਆਹ ਮੁੰਡਿਆਂ ਦੀ ਲਾਈਨ ਨਾਲ ਨਹੀਂ ਕਰਨਾ, ਇੱਕ ਮੁੰਡੇ ਨਾਲ ਕਰਨਾ। ਵੈਰੀ ਗੁੱਡ, ਇਹ ਤੇ ਕੰਮ ਹੀ ਬੜਾ ਆਸਾਨ ਹੈ। ਇੱਕ ਅੱਧਾ ਰਿਸ਼ਤਾ ਤੇ ਹਰ ਵੇਲੇ ਸਾਡੀ ਦਾੜ ਥੱਲੇ ਹੁੰਦਾ ਹੈ। ਐਡਾ ਉਹ ਇੱਕ ਅੱਧੀ ਤੁਹਾਡੇ ਮੂੰਹ 'ਚ ਦਾੜ ਹੈ, ਉਹਨੂੰ ਵੀ ਗਾਲੀ ਹਿਲਾਈ ਜਾਂਦੇ ਹੋ। ਹੈਲੋ ਬਾਇਓਡਾਟਾ, ਤੇ ਕੋਈ ਸੂਟੇਬਲ ਜਿਹਾ ਰਿਸ਼ਤਾ ਲੱਭੋ। ਬਾਕੀ ਤੁਸੀਂ ਨੇਕ ਚੰਦ ਅਵਾਰਾ ਤੇ ਛੱਡ ਦਿਓ, ਲੋਕਾਂ ਕੋਲ ਰਿਸ਼ਤਾ ਕਰਾਉਣ ਦਾ 5,001 ਰੁਪਇਆ ਲਈਦਾ ਹੈ। ਤੁਸੀਂ ਆਪਣੇ ਬੰਦੇ ਹੋ, ਤੁਹਾਡੇ ਕੋਲ ਸਿਰਫ 5,000 ਤੇ ਲੋਕਾਂ ਕੋਲੋਂ ਐਡਵਾਂਸ ਲਈਦਾ 501 ਰੁਪਇਆ। ਤੁਸੀਂ ਆਪਣੇ ਬੰਦੇ ਹੋ, ਤੁਹਾਡੇ ਕੋਲ ਸਿਰਫ 500 ਰੁਪਇਆ। ਹੈਲੋ ਜੀ, 500 ਰੁਪਇਆ ਜੀ। 500 ਤੇ ਠੀਕ ਹੈ, ਕੁੜੀ ਦੀ ਫੋਟੋ ਵਹਾਓ। ਇਹ ਦੇਖੋ ਜੀ, ਵਾਹ, ਕੁੜੀ ਤੇ ਬੜੀ ਸੋਹਣੀ ਹੈ। ਜੇ ਮੇਰਾ ਮੁੰਡਾ ਹੁੰਦਾ ਨਾ ਤੇ ਮੈਂ ਫ੍ਰੀ ਦੇ ਦੇਣਾ ਸੀ, ਇਹ 500 ਰੁਪਇਆ ਐਡਵਾਂਸ ਵੀ ਸੀ ਲੈਣਾ। ਵੈਸੇ ਤੁਹਾਡਾ ਮੁੰਡਾ ਹੁੰਦਾ ਵੀ ਨਾ, ਵਿਆਹ ਅਸੀਂ ਫਿਰ ਵੀ ਨਹੀਂ ਉੱਥੇ ਕਰਨਾ ਸੀਗਾ, ਕਿਉਂਕਿ ਫੈਮਿਲੀ ਬੈਕਗ੍ਰਾਉਂਡ ਵੀ ਤਾਂ ਦੇਖਣੀ ਪੈਂਦੀ ਹੈ ਨਾ। ਕੋਈ ਚੰਗਾ ਜਿਹਾ ਰਿਸ਼ਤਾ ਭੇਜੋ ਜੀ। ਇਹੋ ਜਿਹਾ ਰਿਸ਼ਤਾ ਭੇਜਾਂਗੇ, ਤੁਸੀਂ ਵੇਖਦੇ ਰਹਿ ਜਾਓਗੇ, ਸਿਲੈਕਸ਼ਨ ਓਕੇ ਹੋ ਜਾਏਗੀ। ਸਮਝ ਨਹੀਂ ਆਉਂਦੀ, ਇਹ ਅਖਬਾਰ ਦੇ ਕੇ ਗਿਆ ਕਿ ਗੋਲੀ ਮਾਰ ਕੇ ਗਿਆ? ਡੈਡੀ ਤੁਹਾਨੂੰ ਯਾਦ ਕਰਾ ਕੇ ਗਿਆ, ਵੀਨੂੰ ਕਦੇ ਪੜ ਪੁੜ ਵੀ ਲਿਆ ਕਰੋ। ਮੈਂ ਮੈਰਿਜ ਬਿਊਰੋ ਗਿਆ ਸੀਗਾ ਇਹਦੇ ਰਿਸ਼ਤੇ ਦੀ ਗੱਲ ਕਰਨ, ਹੋ ਸਕਦਾ ਸੰਡੇ ਨੂੰ ਕੋਈ ਮੁੰਡੇ ਵਾਲੇ ਨੂੰ ਦੇਖਣ ਆਣ, ਜਿਹੜਾ ਸੁਰਖੀ ਬਿੰਦੀ ਲਾ ਕੇ ਰੱਖੀ।
ਡੈਡੀ ਮੈਂ ਨਹੀਂ ਵਿਆਹ ਵੂ ਕਰਾਉਣਾ ਨਾਲੇ ਮੇਰੇ ਕਿਹੜਾ ਵਿਆਹ ਦੀ ਉਮਰ ਹੈ ਹਜੇ ਵੈਸੇ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ ਮੇਰਾ ਵੀ ਬੜੀ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ ਤੇ ਹਜੇ ਨਾਲੇ ਮੇਰੀ ਉਮਰ ਵੀ ਕੀ ਹੈ ਮੈਂ ਵੀ ਛੋਟੀ ਹੋਈ ਹਾਂ 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 ਅਜੇ ਤਾਂ ਤੁਸੀਂ ਦੋਨੋਂ ਛੋਟੀਆਂ ਬੱਚੀਆਂ ਹੋ ਜਾ ਕੇ ਲੁਕਣ ਮਿੱਟੀ ਖੇਡੋ ਮੰਜਿਆ ਥੱਲੇ ਲੁਕੋ ਸਚਦੇਵਾ ਨਾ ਬਿਲਕੁਲ ਸਹੀ ਕਹਿੰਦਾ ਸੀ ਫੇਰ ਸਚਦੇਵਾ ਦਾ ਨਾਮ ਮੈਂ ਤੁਹਾਨੂੰ ਕਹਿਤਾ ਕਿ ਸੰਡੇ ਨੂੰ ਤਿਆਰ ਹੋ ਕੇ ਰਹਿਣਾ ਤਿਆਰ ਹੋ ਕੇ ਰਹਿਣਾ ਬਸ ਇਹ ਆਈਸਕ੍ਰੀਮ ਇਨੀ ਠੰਡੀ ਕਿਉਂ ਹੁੰਦੀ ਹੈ ਕਿਉਂਕਿ ਆਈਸਕ੍ਰੀਮ ਹੈ ਲੈ ਇਹ ਕੀ ਜਵਾਬ ਹੋਇਆ ਲੈ ਜਿੱਦਾਂ ਦਾ ਸਵਾਲ ਉਦਾਂ ਦਾ ਹੀ ਜਵਾਬ ਹੋਊ ਨਾ ਤੇਰਾ ਮਤਲਬ ਮੈਂ ਫਜ਼ੂਲ ਸਵਾਲ ਕਰਦਾ ਹਾਂ ਟਾਈਮ ਜ਼ਾਇਆ ਕਰਦਾ ਮੈਂ ਕਿੰਨੇ ਦਿਨ ਹੋ ਗਏ ਆਪਾਂ ਨੂੰ ਮਿਲਦਿਆਂ ਨੂੰ ਆਪਾਂ ਨੂੰ 8-10 ਦਿਨ ਹੋ ਗਏ ਇਹਨਾਂ 8-10 ਦਿਨਾਂ ਵਿੱਚ ਤੂੰ ਕੋਈ ਕੰਮ ਦੀ ਗੱਲ ਕੀਤੀ ਹੈ ਸਵਾਏ ਇਸ ਦੇ ਹਾਏ ਰੁੱਖ ਕਿੰਨੇ ਸੋਹਣੇ ਨੇ ਫੁੱਲ ਕਿੰਨੇ ਪਿਆਰੇ ਹੁੰਦੇ ਨੇ ਕੁੱਤੇ ਤਾਂ ਬੜੇ ਹੀ ਸਮਝਦਾਰ ਹੁੰਦੇ ਨੇ ਘਾਹ ਜ਼ਮੀਨ ਤੇ ਕਿਉਂ ਉੱਗਦਾ ਹੈ ਗੱਲ ਦੱਸਾਂ ਮੈਨੂੰ ਆਪਣੇ ਇਲਾਵਾ ਨਾ ਸਾਰੇ ਸਮਝਦਾਰ ਲੱਗਦੇ ਆ ਫਿਰ ਕੀ ਕਰੀਏ ਚੱਲੀਏ ਕਿੱਥੇ ਕੋਈ ਸਮਝਦਾਰ ਜਿਹਾ ਬੰਦਾ ਲੱਭਣ ਜਿਹੜਾ ਮੈਨੂੰ ਸਹੀ ਸਹੀ ਸਵਾਲ ਪੁੱਛੇ ਤੇ ਮੈਨੂੰ ਸਹੀ ਸਹੀ ਜਵਾਬ ਦੇ ਸਕਾਂ ਅੱਛਾ ਤੇ ਬੰਦਾ ਲੱਭੂ ਕਿੱਥੋਂ ਲੱਭ ਰਹੇ ਨੇ ਮੇਰੇ ਮੰਮੀ ਤੇ ਡੈਡੀ ਉਹ ਵੀ ਪੂਰੇ ਜ਼ੋਰ ਨਾਲ ਨਾ ਮੈਂ ਉੱਲੂ ਦਾ ਪੱਟਾ ਇਹਦਾ ਪੁੱਛਣਾ ਪੈਣਾ ਦੇਖ ਜੇ ਤੇਰੇ ਘਰਦਿਆਂ ਨੇ ਕੋਈ ਐਸੀ ਵੈਸੀ ਹਰਕਤ ਕੀਤੀ ਤਾਂ ਮੈਂ ਤੇਰੇ ਘਰ ਦੇ ਅੱਗੇ ਧਰਨਾ ਲਗਾ ਕੇ ਬਹਿ ਜਾਊਂਗਾ ਲਾਉਣਾ ਤਾਂ ਕਿਹਦੇ ਤੇ ਧਰਨੇ ਤੇ ਧਰਨੇ ਨੂੰ ਛੱਡ ਤੇ ਮੇਰੇ ਘਰਦਿਆਂ ਬਾਰੇ ਸੋਚ ਘਰ ਆ ਕੇ ਗੱਲ ਕਰ ਲੈ ਦੱਸ ਉਹ ਤੇਰੇ ਡੈਡੀ ਮੈਨੂੰ ਗੋਲੀ ਨਹੀਂ ਮਾਰ ਦੇਣਗੇ ਤੇ ਤੂੰ ਵਿਆਹ ਤੋਂ ਪਹਿਲਾਂ ਹੀ ਚਿੱਟੀ ਸਾੜੀ ਬੰਨੀ ਫਿਰੇਂਗੀ ਰਾਹੁਲ ਤੂੰ ਇੱਕ ਕੰਮ ਕਰ ਜੀ ਮੈਨੂੰ ਗੋਲੀ ਮਾਰ ਦੇ ਲੈ ਦੱਸ ਤੈਨੂੰ ਗੋਲੀ ਮਾਰ ਦਿਆਂ ਉਹ ਅਗਲੇ ਫੜ ਕੇ ਮੈਨੂੰ ਫਾਂਸੀ ਦੇ ਦੇਣਾ ਤੂੰ ਤਾਂ ਰਹਿ ਗਈ ਵਿਧਵਾ ਦੀ ਵਿਧਵਾ ਚਿੱਟੀ ਸਾੜੀ ਤਾਂ ਫਿਰ ਬਣਨੀ ਪੈਗੀ ਨਾ ਤੇ ਮੈਂ ਚਿੱਟੀ ਸਾੜੀ ਬਣ ਕੇ ਗਾਣਾ ਗਾਇਆ ਕਰੂੰ ਅੱਛਾ ਤੇ ਮੈਂ ਕੀ ਕਰਿਆ ਕਰੂੰ ਤੂੰ ਸੁੰਨੀ ਹਵੇਲੀ ਵਿੱਚ ਟੋਰ ਫੜ ਕੇ ਮੈਨੂੰ ਲੱਭਿਆ ਕਰੀ ਤੇ ਮੈਂ ਗਾਇਬ ਹੋ ਜਾ ਕਰੂੰ ਕਿੱਦਾਂ ਓਏ ਓਏ ਕਿੱਧਰ ਗਾਇਬ ਹੋ ਗਈ ਬਈਆ ਬਿਸਕੁਟ ਤੇ ਬਹੁਤ ਟੇਸਟੀ ਆ ਗਿਆ ਸਮੋਸਾ ਵੀ ਬੜਾ ਚੰਗਾ ਹੈ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਮਹਿੰਦਰ ਸਿੰਘ ਡੈਡੀ ਤੇ ਉਹਨਾਂ ਦੀ ਵੋਟੀ ਸਾਨੂੰ ਇੱਥੇ ਬਿਠਾ ਕੇ ਕਿੱਥੇ ਚਲੇ ਗਏ ਨੇ ਓ ਭਾਈ ਆਪਣੇ ਲੋਚਨ ਪੁੱਤਰ ਵਾਸਤੇ ਚਾਰੇ ਨਾਲ ਇੰਤਜ਼ਾਮ ਕਰਨ ਗਏ ਹੋਣਗੇ ਪਾਪਾ ਜੀ ਮੇਰਾ ਵਿਆਹ ਤਾਂ ਹੋ ਸੀ ਨਾ ਕਿਉਂ ਨਹੀਂ ਹੋ ਸੀ ਪੁੱਤਰ ਇਹਨਾਂ ਨੂੰ ਅਸਾਂ ਦੀ ਪਾਵਰ ਦਾ ਨਹੀਂ ਪਤਾ ਹੈਗਾ ਇਹਨਾਂ ਨੂੰ ਭਜਾਓ ਜੀ ਇਥੋਂ ਇਹ ਕਿੱਦਾਂ ਦਾ ਗਿੱਠ ਮੁੱਠਿਆ ਜਿਹਾ ਮੁੰਡਾ ਲਿਆ ਇਹਨੇ ਸਾਡੀ ਕੁੜੀ ਵਾਸਤੇ ਥੋੜੀ ਗੱਲ ਕਰ ਇਹ ਸਾਡੇ ਇਲਾਕੇ ਦਾ ਐਕਸਾਈਜ਼ ਇੰਸਪੈਕਟਰ ਹੈ ਸਾਡੀ ਫੈਕਟਰੀ ਦੇ ਨਗਰ ਰੇਡ ਮਾਰਤੀ ਨਾ ਲੱਖਾਂ ਦਾ ਨੁਕਸਾਨ ਹੋ ਜਾਣਾ ਕਰੋੜਾਂ ਦਾ ਰਿਸਕ ਹੈ ਚਲ ਚਲਾ ਝੂਠੀ ਮੁੱਠੀ ਤਰੀਫ ਕਰਨੀ ਪੈਣੀ ਕਾਕਾ ਤਾਂ ਆਪਣਾ ਬਹੁਤ ਹੀ ਸਮਾਰਟ ਹੈ ਜੀ ਇਹ ਕੀ ਕਰਦਾ ਕੀ ਹੈ ਬਸ ਜੀ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੇ ਕੱਪੜੇ ਫਾੜਦਾ ਰਹਿੰਦਾ ਕੱਪੜੇ ਮੈਂ ਸਮਝਿਆ ਨਹੀਂ ਆ ਭਈ ਅਸਾਂ ਇਸ ਨੂੰ ਕੱਪੜੇ ਦੀ ਦੁਕਾਨ ਖੋਲ ਕੇ ਦਿੱਤੀ ਹੋਈ ਹੈ ਸਾਡਾ ਕਾਕਾ ਤੇ ਜਿੰਦਿਆਂ ਦੇ ਵੀ ਕੰਮ ਆਉਂਦਾ ਹੈ ਤੇ ਮਰਿਆਂ ਦੇ ਵੀ ਉਹ ਕਿਵੇਂ ਉਹ ਜੀ ਸਾਡੇ ਕਾਕੇ ਦੀ ਕਫਨ ਦੀ ਸਪੈਸ਼ਲਿਟੀ ਹੈਗੀ ਨਾ ਜੀ ਫਿਰ ਤਾਂ ਇਹਨਾਂ ਦੀ ਦੁਕਾਨ ਬਹੁਤ ਚੱਲਦੀ ਹੋਣੀ ਹੈ ਜਿਨ੍ਹਾਂ ਦੇ ਛਾਪੇ ਮਾਰਦੇ ਆ ਅੱਧੇ ਤਾਂ ਹਾਰਟ ਅਟੈਕ ਨਾਲ ਹੀ ਮਰ ਜਾਂਦੇ ਹੋਣੇ ਵੈਰੀ ਫਨੀ ਹੈਲੋ ਜੀ ਪ੍ਰੀਤੀ ਆ ਗਈ ਇਹ ਕੋਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਉਹਨਾਂ ਦਾ ਕਾਕਾ ਜੀ ਦਾ ਵਿਆਹ ਹੋਣਾ ਇਹ ਬਾਕੀ ਦਾ ਕਿੱਥੇ ਹੈ ਬਾਕੀ ਦਾ ਕੱਪੜੇ ਥਾਨ ਅੰਗਰ ਪਹਿਲੇ ਤੋਂ ਜੀ ਸ਼੍ਰਿੰਕ ਹੋ ਗਿਆ ਸੀਗਾ ਵੈਸੇ ਭੈਣ ਜੀ ਮਾਡਲ ਦਾ ਨਾਂ ਕੀ ਹੈ ਤੇ ਇਹ ਵੀ ਕੋਲੀ ਨੇ ਤੇ ਸਾਡੇ ਘਰ ਵਿੱਚ ਸਾਰੇ ਕੋਲੀ ਨੇ ਭਈਆ ਤੁਸਾਂ ਦਾ ਘਰ ਤੇ ਬਹੁਤ ਵਧੀਆ ਤੇ ਵੱਡਾ ਹੈਗਾ ਜੀ ਹੁਣ ਦੇਖੋ ਨਾ ਐਡੇ ਵੱਡੇ ਅਫਸਰਾਂ ਦੇ ਸਾਡੇ ਘਰ ਚਰਨ ਪੈ ਗਏ ਵੱਡਾ ਤਾਂ ਆਪ ਹੀ ਹੋਣਾ ਹੈ ਜੀ ਬਿਲਕੁਲ ਬਿਲਕੁਲ ਪ੍ਰੀਤੀ ਜਾਓ ਇਹਨਾਂ ਨੂੰ ਆਪਣਾ ਘਰ ਦਿਖਾਓ ਇਹਨਾਂ ਨੂੰ ਕਿਵੇਂ ਵਿਖਾਵਾਂ ਕਰਨਾ ਕੀ ਹੈ ਚਾਬੀ ਦੇ ਕੇ ਕਮਰਿਆਂ ਛੱਡ ਦਿਓ ਮੈਂ ਇਹਨਾਂ ਲਈ ਪ੍ਰੈਮ ਲੈ ਕੇ ਆਉਣੀ ਹੈ ਬੜੀ ਹਸਮੁਖ ਹੈ ਜੀ ਕੁੜੀ ਸਾਡੀ ਇਹ ਕਿਤੇ ਹੱਸਾਂ ਦੇ ਕਾਕੇ ਉੱਤੇ ਤਾਂ ਨਹੀਂ ਹੱਸ ਰਹੀ ਹੈਗੀ ਜੀ ਨਹੀਂ ਜੀ ਨਹੀਂ ਅਸੀਂ ਐਕਸਾਈਜ਼ ਵਾਲਿਆਂ ਤੇ ਹੱਸ ਕੇ ਮਰਨਾ ਠੀਕ ਆਖਿਆ ਨੇ ਜਦੋਂ ਐਕਸਾਈਜ਼ ਵਾਲੇ ਹੱਸਦੇ ਆ ਗਏ ਨੇ ਨਾ ਤੇ ਬਾਕੀ ਸਭ ਰੋਂਦੇ ਹੁੰਦੇ ਜੇ ਦੇਖੋ ਭੈਣ ਜੀ ਸਾਨੂੰ ਤੇ ਕੋਈ ਲਾਲਚ ਨਹੀਂ ਸਾਨੂੰ ਤੇ ਤੁਸੀਂ ਤਿੰਨ ਕੱਪੜਿਆਂ 'ਚ ਕੁੜੀ ਦੇ ਦਿਓ ਬਿਲਕੁਲ ਭਾਈ ਅਸਾਂ ਨੂੰ ਕੋਈ ਲਾਲਚ ਨਹੀਂ ਹੈਗਾ ਬਾਕੀ ਇਹ ਹੈ ਕਿ ਅਸਾਂ ਕੱਪੜੇ ਦੀ ਦੁਕਾਨ ਖੋਲ ਕੇ ਦਿੱਤੀ ਹੋਈ ਹੈ ਲੜਕੇ ਨੂੰ ਤੇ ਹੁਣ ਉਹ ਮਿਲ ਲਗਾ ਰਿਹਾ ਹੈ ਫੈਕਟਰੀ ਕੱਪੜੇ ਅਗਰ 1-2 ਕਰੋੜ ਰੁਪਇਆ ਤੁਸੀਂ ਲਗਾ ਦਿਓਗੇ ਤੇ ਤੁਸਾਂ ਦੀ ਲੜਕੀ ਐਸ਼ ਕਰੇਗੀ ਨਾ ਫੈਕਟਰੀ ਦੀ ਮਾਲਕ ਬਣ ਕੇ ਕਰੋੜ ਦੀ ਕਿਹੜੀ ਗੱਲ ਹੈ ਉਹ ਤਾਂ ਕਰਨਾ ਹੀ ਪਊਗਾ ਐਡੇ ਵੱਡੇ ਅਫਸਰ ਹੈ ਪਰ ਥੋੜੀ ਜਿਹੀ ਇੱਕ ਪ੍ਰੋਬਲਮ ਹੈ ਪ੍ਰੋਬਲਮ ਨੂੰ ਛੱਡੋ ਭਾਈ ਸਾਹਿਬ ਤੁਸੀਂ ਇੰਨੀ ਵਧੀਆ ਜੋੜੀ ਲੱਗੂਗੀ ਤੇ ਕੁੜੀ ਸ਼ਾਪਿੰਗ ਲਈ ਜਾਊਗੀ ਫਿਲਮਾਂ ਵੇਖਣ ਜਾਊਗੀ ਕਿੱਟੀ ਪਾਰਟੀ ਜਾਊਗੀ ਇੱਕ ਵਧੀਆ ਜੀ ਲੰਬੀ ਜਿਹੀ ਗੱਡੀ ਹੋਣੀ ਚਾਹੀਦੀ ਬਿਲਕੁਲ ਠੀਕ ਜੀ
ਕੋਈ BMW ਹੋਵੇ, ਕੋਈ ਮਰਸੀਡੀਜ਼ ਹੋਵੇ, ਕੋਈ ਅੱਛੀ ਜਿਹੀ ਟੋਯੋਟਾ ਹੋਵੇ ਚਮਚਮਾਂਦੀ ਹੋਈ। ਪਾਪਾ ਜੀ ਤੁਸੀਂ ਮੇਰਾ ਵਿਆਹ ਤਾਂ ਕਰਾਓ, ਮੈਂ ਤਾਂ ਸਾਈਕਲ ਵਾਲੇ ਕੰਮ ਚਲਾ ਲੂੰਗਾ। ਵੈਸੇ ਨਾ ਇੱਕ ਪ੍ਰੋਬਲਮ ਹੈ ਛੋਟੀ ਜਿਹੀ। ਸਾਰੀਆਂ ਪ੍ਰੋਬਲਮਸ ਮੁੱਕ ਜਾਣੀਆਂ, ਤੁਸੀਂ ਮੁੰਡਾ ਤੇ ਕੁੜੀ ਨੂੰ ਇੱਕ ਕੋਠੀ ਲੈ ਦਿਓ। ਹਾਂਜੀ ਹਾਂ, ਜਦੋਂ ਲੜਕਾ ਤੇ ਲੜਕੀ ਤੁਸਾਂ ਦੇ ਵਿੱਚ ਹੀ ਨਹੀਂ ਰਹਿਣਗੇ ਤੇ ਫਿਰ ਕੀ ਪ੍ਰੋਬਲਮ ਖੜੀ ਹੋਵੇਗੀ ਜੀ? ਪਰ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਖੜੀ ਹੈ ਨਾ। ਕਮਾਲ ਹੈਗੀ ਜੀ ਬਈ, ਅਸਾਂ ਦੇ ਹੁੰਦਿਆਂ ਇਤਨੀ ਵੱਡੀ ਕੀ ਪ੍ਰੋਬਲਮ ਬਾਕੀ ਰਹਿ ਗਈ ਹੈ? ਪ੍ਰੋਬਲਮ ਇਹ ਹੈਗੀ ਕਿ ਸਾਡੀ ਕੁੜੀ ਦੇ ਆਲਰੇਡੀ 3 ਵਿਆਹ ਹੋ ਚੁੱਕੇ ਨੇ। ਹਾਂ ਵਿਆਹ ਉਹ ਤਿੰਨੋਂ ਵਾਰ ਜਿਸ ਮੁੰਡੇ ਨਾਲ ਕੁੜੀ ਦਾ ਵਿਆਹ ਹੋਇਆ ਨਾ ਜੀ, ਉਹਨਾਂ ਦੇ ਮਾਂ ਪਿਓ ਹਫ਼ਤੇ ਅੰਦਰ ਹੀ ਮਰ ਗਏ। ਕੋਈ ਗੱਲ ਨਹੀਂ, ਮੈਂ ਫਿਰ ਵੀ ਕੰਮ ਚਲਾ ਲੂੰਗਾ। ਉਹ ਚੁੱਪ ਹੋਏ, ਅਸਾਂ ਨਾ ਕਾਤਲ ਪਿਆ ਬੰਨਾ ਹੈਗਾ। ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਸਾਡੀ ਜੋਤਸ਼ੀ ਨਾਲ ਗੱਲ ਚੱਲ ਰਹੀ ਹੈ, ਸ਼ਾਇਦ ਕੋਈ ਉਪਾਅ ਕਰਾ ਲਈਏ ਅਸੀਂ। ਆਪਾਂ ਮਰਨਾ ਨਹੀਂ ਹੈ, ਉੱਠੋ ਤੁਸੀਂ। ਨਾ ਜੀ ਨਾ, ਅਸਾਂ ਉਸ ਲੜਕੀ ਦੇ ਨਾਲ ਬਿਲਕੁਲ ਆਪਣੇ ਚੰਨ ਵਰਗੇ ਪੁੱਤਰ ਦਾ ਵਿਆਹ ਨਹੀਂ ਕਰਨਾ ਜਿਸ ਦੇ ਪਹਿਲੇ 3 ਵਿਆਹ ਹੋ ਚੁੱਕੇ। ਉਹ ਛੱਡੋ ਯਾਰ, ਇਹ ਜੀਆਂ ਗੁਲਾਬ ਜਾਮਨਾ ਚੱਲ, ਅਸੀਂ ਤੁਹਾਨੂੰ ਕੋਠੀ ਦੇ ਦੇਵਾਂਗੇ। ਨਹੀਂ ਨਹੀਂ, ਕੈਸ਼ ਦੇ ਦਾਂਗੇ ਤੁਹਾਨੂੰ। ਮਾਫ ਕਰੋ, ਨਾ ਜੀ ਨਾ, ਉਹ ਗੱਲ ਤਾਂ ਸੁਣ ਲਓ। ਬਹੁਤ ਸ਼ੁਕਰ, ਉਹਨਾਂ ਦੇ ਮਗਰ ਕੁੱਤਾ ਪੈ ਗਿਆ, ਜਾ ਕੇ ਦੇਖ ਕੇ ਸਹੀ। ਹਾਏ, ਕੀ ਹੋ ਰਿਹਾ? ਜ਼ਹਿਰ ਖਾ ਰਹੀ ਹਾਂ। ਬਰਗਰ ਚ ਪਾ ਕੇ? ਕਿਉਂ, ਬਰਗਰ ਚ ਜ਼ਹਿਰ ਖਾਣਾ ਮਨਾ ਹੈ? ਨਹੀਂ ਮਤਲਬ ਬੰਦਾ ਕਿਸੇ ਮਿੱਠੀ ਚੀਜ਼ ਪਾ ਕੇ ਖਾ ਲੇ, ਸੁਣਿਆ ਜ਼ਹਿਰ ਕੋਲਾ ਹੁੰਦਾ ਹੈ। ਤੂੰ ਨਾ ਬਸ ਗੱਲਾਂ ਹੀ ਕਰੀ ਜਾਈ, ਉੱਤੇ ਮੇਰੇ ਮੰਮੀ ਡੈਡੀ ਨੇ ਮੇਰਾ ਰਿਸ਼ਤਾ ਕਿਤੇ ਹੋਰ ਕਰ ਦੇਣਾ। ਕਿਹੋ ਜਿਹੇ ਮੰਮੀ ਡੈਡੀ ਰੱਖੀ ਆ ਤੁਸੀਂ ਯਾਰ, ਉਹਨਾਂ ਦੀ ਆਪਣੀ ਗੱਲ ਤਾਂ ਪੱਕੀ ਹੈ ਨਹੀਂ, ਔਰ ਤੇਰੀ ਗੱਲ ਪੱਕੀ ਕਹਿੰਨੂੰ ਕਾਲੇ ਪਈ ਜਾਂਦੇ ਨੇ। ਉਹਨਾਂ ਨਾਲ ਵੀ ਗੱਲ ਕਰਨੀ ਪੈਣੀ ਹੈ। ਕੌਣ ਕਰੂ, ਇੱਥੋਂ ਤਾਂ ਹੋਣੀ ਨਹੀਂ। ਮੇਰੇ ਡੈਡੀ ਜੀ, ਡੈਡੀ ਜੀ ਦੀ ਗ੍ਰੇਟ। ਪਰ ਤੇਰੇ ਡੈਡੀ ਤਾਂ ਕੈਨੇਡਾ ਨੇ ਨਾ। ਬਸ ਹੁਣੇ ਫੋਨ ਕੀਤਾ, ਆਏ ਲੈ ਚਰਾਹਰ ਫਿਰ ਉਹਨਾਂ ਨੂੰ ਛੇਤੀ ਬੁਲਾ ਲੈ, ਹੇਦੂ ਪਹਿਲਾਂ ਕੋਈ ਕਮਲਾ ਮੇਰੇ ਡੈਡੀ ਮੇਰੇ ਬੱਲੇ ਪਾ ਦੇਣ। ਮਤਲਬ ਤੇਰਾ ਵਾ ਅੱਜ ਕੱਲ ਪਾਗਲਾਂ ਨਾਲ ਪੈ ਰਿਹਾ? ਹਾਏ ਪੁੱਛਣਾ, ਜਿੰਨੇ ਚੱਲੇ ਮੇਰੇ ਬੱਲੇ। ਕਮਲ, ਆ ਪ੍ਰੀਤੀ ਕਿੱਥੇ? ਉਹਦੇ ਕੋਲ ਫਾਰਮ ਸਾਈਨ ਕਰਾਉਣਾ ਹੈ। ਫਾਰਮ? ਕਿਸ ਚੀਜ਼ ਦਾ ਫਾਰਮ? ਉਹਦੇ ਪਾਸਪੋਰਟ ਦਾ ਫਾਰਮ ਹੈ, ਤੇ ਨਾਲ ਮੈਨੂੰ ਦੱਸ ਮੈਂ ਉਹਦੇ ਫਾਦਰ ਨੇਮ 'ਚ ਕੀ ਲਿਖਾਂ। ਕੀ ਮਤਲਬ, ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ? ਸ਼ੱਕ ਤੇਰੇ ਤੇ ਨਹੀਂ, ਇਹ ਤਾਂ ਮੈਂ ਆਪਣੇ ਸਪੈਲਿੰਗਸ ਤੇ ਕਰ ਰਿਹਾ। ਮੈਨੂੰ ਯਾਦ ਨਹੀਂ ਆ ਰਿਹਾ ਕਿ ਮੈਂ ਮਹਿੰਦਰ ਸਿੰਘ 'ਚ MA ਲਿਖਦਾ ਕਿ MO ਲਿਖਦਾ। ਸਾਰੀ ਜ਼ਿੰਦਗੀ ਬੀਤ ਗਈ, ਤੁਹਾਨੂੰ ਮਹਿੰਦਰ ਸਿੰਘ ਲਿਖਣਾ ਨਹੀਂ ਆਇਆ, MA ਲਿਖਦਾ ਹੁੰਦਾ। ਇੱਕ ਮਿੰਟ, ਮੈਂ ਆਪਣੀ ਕੁੜੀ ਨੂੰ ਬਾਹਰ ਨਹੀਂ ਜਾਣ ਦੇਣਾ, ਬਸ। ਕਿਉਂ, ਬਾਹਰ ਨੂੰ ਠੰਡ ਨਾਲ ਨਮੋਨੀਆ ਹੋ ਜਾਏਗਾ। ਬਾਹਰ ਜਾ ਕੇ ਲੋਕੀ ਭੁੱਲ ਜਾਂਦੇ ਨੇ, ਉਹ ਕਦੇ ਫਿਰ ਵਾਪਸ ਹੀ ਨਹੀਂ ਆਉਂਦੇ। ਉਹ ਜੇ ਤੂੰ ਉਸ ਸਚਦੇਵੇ ਬਾਰੇ ਸੋਚ ਰਹੀ ਹੈ ਨਾ, ਮੈਂ ਤੇਰਾ ਗਲਾ ਘੋਟ ਦੂੰਗਾ। ਅੱਛਾ ਬਾਬਾ, ਅੱਛਾ ਜੇ ਤੁਸੀਂ ਕਹਿੰਦੇ ਤਾਂ ਨਹੀਂ ਸੋਚਦੇ। ਓਕੇ, ਰਿਲੈਕਸ। ਓਹ, ਪ੍ਰੀਤੀ ਤੂੰ ਆ ਹੀ ਗਈ ਹੈ। ਹਾਂਜੀ, ਇਹ ਜਿਹੜਾ ਫਾਰਮ ਤੇ ਸਾਈਨ ਕਰ ਦੇ। ਆ ਕੀ ਹੈ ਡੈਡੀ? ਤੇਰੇ ਪਾਸਪੋਰਟ ਦਾ ਫਾਰਮ ਹੈ। ਉਹ ਤਾਂ ਡੈਡੀ ਮੈਂ ਪਹਿਲਾਂ ਹੀ ਭਰਤਾ, ਤੂੰ ਪਾਸਪੋਰਟ ਲਈ ਕਿਉਂ ਅਪਲਾਈ ਕੀਤਾ? ਤੇ ਮੰਮੀ ਮੈਂ ਮਾਰ ਜਾ ਕੇ MBA ਕਰਨੀ ਹੈ, ਹਲੇ ਹੁਣ ਨੂੰ ਤਾਂ ਪੁਲਿਸ ਇਨਕੁਆਇਰੀ ਵੀ ਆਉਣ ਵਾਲੀ ਹੋਣੀ ਹੈ। ਪੜ੍ਹਾਈ ਵਾਸਤੇ ਤਾਂ ਠੀਕ ਹੈ, ਪਰ ਵਿਆਹ ਵਾਸਤੇ ਨਹੀਂ ਜਾਣਾ ਬਾਹਰ। ਚਲੋ ਇੱਕ ਵਾਰ ਪਾਸਪੋਰਟ ਤਾਂ ਬਣਨ ਦੋ, ਵਿਆਹ ਦੇ ਕੰਮ ਆਉਂਦਾ, ਪੜ੍ਹਾਈ ਦੇ ਕੰਮ ਆਉਂਦਾ, ਬਾਅਦ 'ਚ ਦੇਖੀ ਜਾਏਗੀ। ਪਤਾ ਨਹੀਂ ਕੌਣ ਆ ਗਿਆ। ਉਹ ਜਾ ਕੇ ਪਤਾ ਕਰ, ਉਹਨੇ ਘੰਟੀ ਮਾਰ ਮਾਰ ਕੇ ਨਾ ਤੁਹਾਡਾ ਮੀਟਰ ਛਾੜ ਦੇਣਾ। ਉਹ ਸੁਣ, ਅਗਰ ਕੋਈ ਰਿਸ਼ਤੇ ਵਾਲਾ ਹੋਇਆ ਨਾ, ਤੇ ਉਹਨੂੰ 100 ਰੁਪਇਆ ਦੇ ਕੇ ਉੱਥੇ ਛੁਆਰਾ ਖਵਾ ਦੇ। ਕੀ? ਓ ਗੋਡ, ਸਿਕ ਪੀਪਲ। ਕਮਾਲ ਦੀ ਗੱਲ ਹੈ, ਭਲਾਈ ਦਾ ਜ਼ਮਾਨਾ ਹੀ ਨਹੀਂ ਰਹਿ ਗਿਆ। ਜੀ ਮੈਂ ਪੁੱਛੂ, ਮਹਿੰਦਰ ਬਾਬੂ ਕਾ ਘਰੀ ਆਈ ਹੈ? ਗੱਲ ਸੁਣੋ ਜੀ, ਪੁਲਿਸ ਆਈ ਹੈ। ਪੁਲਿਸ? ਏਦਾਂ ਕਰ, ਕੁੰਡ ਕੱਢ ਲੈ ਤੇ ਜਿਹੜਾ ਕੀਮਤੀ ਸਮਾਨ ਆ ਲਕੋ ਲੈ। ਮਜ਼ਾਕ ਕਰ ਰਹੇ, ਮਜ਼ਾਕ। ਓ ਅੱਛਾ ਅੱਛਾ, ਪ੍ਰੀਤੀ ਦੇ ਪਾਸਪੋਰਟ ਦੀ ਇਨਕੁਆਇਰੀ ਲਈ ਆਏ ਹੋਣੇ। ਬੜੇ ਮਜ਼ਾਕੀਆ ਹੈ ਸਾਹਿਬ। ਮਾਈ ਸੈਲਫ ਮਹਿੰਦਰ ਸਿੰਘ ਡੈਡੀ, ਮਾਈ ਸੈਲਫ ਅਨਿਲ ਕੁਮਾਰ ਜਮਾਈ। ਜਮਾਈ? ਕਿਹਦਾ ਜਮਾਈ? ਬਈ ਜੈਸੇ ਹਮ ਡੈਡੀ ਹਮ ਜਮਾਈ। ਆਈਏ ਜੀ, ਬੈਠੀਏ। ਕਾਮ ਧੰਦੇ ਕੀ ਬਾਤ ਕਰ ਲੈ ਜੀ, ਆਪਕਾ ਕਾਮ ਧੰਦਾ ਕਿਆ? ਬਸ ਜੀ ਇੰਪੋਰਟ ਐਕਸਪੋਰਟ ਦਾ ਕੰਮ ਹੈ ਜੀ, ਲੱਖਾਂ ਦਾ ਬਿਜ਼ਨਸ ਹੈ, ਕਰੋੜਾਂ ਦਾ ਰਿਸਕ ਹੈ। ਫਿਰ ਤਾਂ ਬੜੀ ਮੋਟੀ ਕਮਾਈ ਹੋ ਗਈ ਜੀ। ਮੇਰਾ ਮਤਲਬ ਜੀ, ਆਪਕੇ ਬੱਚੇ ਕਿਤਨੇ? ਬਸ ਜੀ ਇਕਲੌਤੀ ਬੇਟੀ ਹੈ, ਝਿੜਕਾਂ ਦੇ ਕੇ ਪਾਲਿਆ। ਦੇਖੋ ਜੀ, ਮੈਨੇ ਤਾਂ ਕਾਫੀ ਕੁਛ ਪੁੱਛ ਲਿਆ, ਆਪ ਵੀ ਕੁਛ ਮੇਰੇ ਬਾਰੇ ਮੈਂ ਪੁੱਛੀਏ ਨਾ। ਤੁਹਾਡੇ ਬਾਰੇ ਹੁਣ ਕੀ ਪੁੱਛਣਾ ਜੀ, ਤੁਸੀਂ ਬੜੇ ਸ਼ਰੀਫ ਜਿਹਾ ਅਫਸਰ ਲੱਗਦੇ ਆ, ਮੈਨੂੰ ਲੱਗਦਾ ਇਹਨੂੰ 100 ਰੁਪਇਆ ਦਿਓ, ਗੱਲ ਬਣ ਗਈ ਲੱਗਦੀ ਆ ਆਪਣੀ। ਇੱਕ ਰੁਪਿਆ ਔਰ ਮਿਲ ਜਾਤਾ ਨਾ,
रिश्ता पक्का हो जाता जी। रिश्ता? केड़ा रिश्ता? भाई मैं तो यहाँ इसी काम के लिए आया हूँ। ओ भाई मुझे तो ससुरे आवारा ने भेजा है आपकी लड़की को देखने के लिए। मर जाना, तुम हरियाणा च कोई कुड़ी नहीं मिली? ओ जी लड़कियां तो बहुत हैं, बातें तो बहुत चल रही हैं, पर मैं जी नेशनल इंटीग्रेशन में बिलीव करता हूँ जी। देखो बातें चल रही है श्रीनगर में, केरला में। तो फिर इतने करेला लेना है? एक बार फिर सोच लो माता जी, मेरी तनख्वाह बहुत अच्छी है और ऊपर की कमाई भी बहुत है, आपकी बेटी राज करेगी राज। और हाँ मैं दहेज में भी विश्वास नहीं करता। दहेज? दहेज तो दोगा ना, मैं ता भी हाँ ना करा। ओए आपकी हाँ किसे चाहिए, ओए आपकी बेटी की हाँ चाहिए। ओ देखो देख, आज तक तो सिर्फ मैं जुबान नाल काम चला रहा सीगा, हुन मेरे हाथों तेरी बेइज्जती भी हो सकती है। किसको किसको इत्थों? टेडी जी, एक पुलिस वाले का रिश्ता ठुकरा कर आप पूरी पुलिस फोर्स की बेइज्जती कर रहे हैं। अगर मैं अपनी आई पे आ गया ना तो तुम्हारे पे मैं 100 केस बनवा दूंगा। अदालत के चक्कर लगाते लगाते ना तुम्हारी चुटियां गल जाएंगी। हाँ तो फंस गए की करिए हुन? ओ जी साडी कुड़ी दा ते ब्याह हो गया। जब दिल ही टूट गया डैडी जी, अम्मा जी के क्या करें। Rahul, my son. Daddy. Hey, Rahul. Hey, Dad. Hey, dude. Tujhi sachi muchi aage? What do you mean sachi muchi aage? Mera matlab tujhi aap hi aage. Beta, hor main apna assistant bhejna si. Tene pyar naal bulaya, aap hi aana si na yaar. Thanks, Dad. Anyways, pehri pehna. What do you mean pehri pehna? Hey, chamchagiri type galla chhad. Sidha kam di gal te aa. Main Canada to aaya. Remember? Come on. Hey, Dad, koi chakkar ki? Dad, chakkar chukkar ta kuch nahi. Haan. ए, दिल का मामला है। ओ, खानदानी प्रॉब्लम। कुड़ी मान गई? ओदा कुड़ी तो मान गई, पर ओदे मम्मी डैडी नहीं मानते। सेम ओल्ड प्रॉब्लम, मम्मी डैडी नहीं मानते। तू एक काम कर, ओदे डैडी छोड़। ते मम्मी? मम्मी ने मेरे पे छोड़ दे, मैं कनाडा तो आया। डैड ओ तो ठीक है, पर जे मम्मी ना मानी ता? मम्मी ना मानी? बेटा फिर तो अपने डैड की एबिलिटीज नु जानदा नहीं। आज तक तेरे डैड ने सिवाय मम्मियां मनाण दे और कीता की है। जिंदगी च एक बार नु छड़ के कोई ऐसी मम्मी नहीं जिन्हें तेरा डैडी मना ना सका। मेरी मम्मी ना? शट अप, मेरी मम्मी ना? तो तेरी मम्मी ते हमें गले पै गई सी वो एक हो। एनीवेज लंबी कहानी फिर कदे दसा। यू आर सो नॉटी डैड। नो माय सन, साडा नॉटी बना देखना सी ते कदे 20 साल पहले देखा हुंदा। तू एक बार इना दस दे कि कुड़ी दी मम्मी है कित्थे। महाराज पार्टी ता सॉलिड है, स्टेबल है ना? पार्टी पक्की है, किते हिल नहीं सकती। गुड। ओ सॉरी सॉरी, हिल गई? माफ करना, मेरा जरा लंदन गाल कर रहे थे, थोड़ी देर हो गई थी आने विच। साडा एक्सपोर्ट दा बिजनेस है ना, लखां दा बिजनेस है जी, करोड़ों दा रिस्क है। ए जनाब पोपली साहब ने NRI। ए NRI की जात हुई? जात नहीं जनाब, औकात है। आजो फिर अपनी औकात ते। ओ मैं अमेरिका तो आया जी, साडा करोड़ों दा कारोबार है, बड़े बड़े स्टोर ने, बड़े बड़े पेट्रोल पंप ने, खेडन लई क्लब ने ते पीन लई पब ने। हो तो सब ठीक है, कोई मुंडा भी है? मुंडे दोने जनाब वेल सेटल्ड अमेरिका विच। सुनया इन्ना दे ने? कित्थों सुनया? सुनना कित्थों है, असि ते बड़े पॉपुलर ते बड़े मशहूर बंदे हैगे आ उथे, अखबारां च पढ़ लिया होना। ਸਾਡੇ ਇੱਥੇ ਤਾਂ ਕਤੂਰੀ ਵੀ ਕਤੂਰਾ ਦਿੰਦੀ ਹੈ ਨਾ, ਤੇ ਅਖਬਾਰਾਂ 'ਚ ਆ ਜਾਂਦਾ ਹੈ। ਅੱਛਾ ਅੱਛਾ, ਤੇ ਤੁਹਾਡੇ ਕਤੂਰਾ ਸਾਹਿਬ ਕਰਦੇ ਕੀ ਹੈ? ਮੇਰਾ ਮਤਲਬ ਤੁਹਾਡੇ ਮੁੰਡਾ ਕੀ ਕਰਦਾ? ਉਹ ਦੇਖਦੇ ਨੇ ਜੀ, ਇੰਨੇ ਅਮੀਰ ਅਰਬਾਂਪਤੀ ਦੇ ਮੁੰਡੇ ਇਸ ਤੋਂ ਸਵਾ ਹੋਰ ਕਰ ਕੀ ਸਕਦੇ ਨੇ? ਇਹ ਕਿਹਨੂੰ ਉਡੀਕਦਾ? ਪਿਓ ਨੂੰ ਉਡੀਕਦੇ ਨੇ ਜੀ, ਉਦੋਂ ਇਹਦੀ ਟਿਕਟ ਕੱਟੀ ਜਾਵੇ ਤੇ ਕਦੋਂ ਅਰਬਪਤੀ ਹੋਣ। ਵਾਹ ਜੀ ਵਾਹ, ਕਿਆ ਮੁੰਡਾ! ਤੋਹਫਾ ਕਰੋ ਜੀ ਮੁੰਡਿਆਂ ਨੂੰ, ਤੁਸੀਂ ਕੁੜੀ ਨੂੰ ਬੁਲਾਓ। ਇੰਦਰ ਤੇ ਤੁਸੀਂ ਵੇਖ ਹੀ ਲਿਆ। ਉਹ ਲੋ ਆਈ ਗਈ ਜੀ,
ਇਹ ਸਾਡੀ ਬੇਟੀ ਪ੍ਰੀਤੀ, ਇਹ ਉਹਦੀ ਮੰਮੀ ਹੈ। ਨਮਸਤੇ ਜੀ, ਬੈਠੋ ਜੀ। ਬੇਟਾ ਇਹਨਾਂ ਦੇ ਪੈਰੀ ਹੱਥ ਲਾਉਣ ਦੀ ਪ੍ਰੈਕਟਿਸ ਕਰ ਲਓ, ਹੋ ਸਕਦਾ ਇਹਨਾਂ ਨੂੰ ਹੀ ਸੋਹਰਾ ਸਾਹਿਬ ਬਣਾਉਣਾ ਪੈ ਜਾਏ। ਉਹ ਸੋਹਰਾ ਕੌਣ ਸੋਹਰਾ? ਮੈਂ ਤੁਹਾਡੇ ਬਾਰੇ ਗੱਲ ਕਰ ਰਿਹਾ। ਮੈਂ ਤਾਂ ਆਪਣੇ ਵਿਆਹ ਦੀ ਗੱਲ ਪਿਆ ਕਰਿੰਦਾ ਸਾਂ। ਡੈਡੀ ਇਹ ਕੀ ਮਜ਼ਾਕ ਹੈ? ਆ ਪੁੱਤਰ ਤੂੰ ਅੰਦਰ ਚੱਲ, ਇਹਨਾਂ ਨਾਲ ਮੈਂ ਨਿਪਟ ਲੈਣਾ। ਡੈਡੀ ਮੈਂ ਇੱਥੋਂ ਨਹੀਂ ਜਾਣਾ ਜਿੰਨਾ ਚਿਰ ਇਹਨਾਂ ਨੂੰ ਮੈਂ ਇੱਥੋਂ ਦਫ਼ਾ ਨਾ ਕਰ ਦਿਆਂ। ਸ਼ਰਮ ਨਹੀਂ ਆਉਂਦੀ ਤੈਨੂੰ? ਕਬਰ 'ਚ ਲੱਤਾਂ ਲਟਕ ਰਹੀਆਂ ਤੇ 20 ਸਾਲ ਦੀ ਕੁੜੀ ਦੇ ਨਾਲ ਵਿਆਹ ਦੇ ਸੁਪਨੇ ਵੇਖਦਾ? ਕਿਉਂ ਜੀ ਗੱਲਾਂ ਪਿਆ ਕਰਿੰਦੇ ਹੋ ਮਾਤਾ ਜੀ? ਆ ਪਿਛਲੀ ਜਨਾਨੀ ਤੇ ਮੇਰੀ 18 ਵਰਿਆਂ ਦੀ ਆਈ ਤੇ ਉਸ ਤੋਂ ਪਹਿਲੀ ਵਾਰੀ 8 ਦੀ ਹੋਣੀ ਹੈ। ਦੇਖੋ ਤੁਸੀਂ ਇੱਕ NRI ਦਾ ਮਜ਼ਾਕ ਪਏ ਉਡਾਉਂਦੇ ਹੋ। ਤੁਹਾਨੂੰ ਪਤਾ ਸਾਰੀ ਸਰਕਾਰ ਇਸ ਵੇਲੇ NRI ਦੇ ਮਗਰ ਮਗਰ ਦੌੜਦੀ ਹੈ। ਇਹਨਾਂ ਨੂੰ ਠੁਕਰਾ ਕੇ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ? ਮੰਮੀ ਲੱਗਦਾ ਡੈਡੀ ਦਾ ਦਿਮਾਗ ਫੇਰ ਟ੍ਰਿਪ ਕਰ ਰਿਹਾ। ਇਹਨੇ ਐਦਾਂ ਨਹੀਂ ਮੰਨਣਾ, ਇਹਨੂੰ ਮੈਂ ਦੱਸਦੀ ਹਾਂ। ਸਰ ਸਰ ਜੇ ਤੁਹਾਨੂੰ ਵਿਦੇਸ਼ੀ ਜੰਗ ਮੈਨੂੰ ਪਸੰਦ ਨਹੀਂ, ਕਮ ਸੇ ਕਮ ਮੇਰੇ ਹੁੰਦੇ ਦੀ ਬੇਇੱਜ਼ਤੀ ਤਾਂ ਨਾ ਕਰੋ। ਬੇਇੱਜ਼ਤੀ ਤਾਂ ਤੁਹਾਡੀ ਹਜੇ ਹੋਣੀ ਹੈ। ਕਰੋ ਤੁਸੀਂ ਮੰਮੀ, ਪੁਲਿਸ ਨੂੰ ਫੋਨ ਬੁਲਾਓ। ਨਹੀਂ ਨਹੀਂ ਪੁਲਿਸ ਨਹੀਂ, ਪੁਲਿਸ ਨਹੀਂ, ਮੈਨੂੰ ਪਿਆ ਲੱਗਦਾ ਇੱਥੇ ਮੇਰਾ ਟੇਵਾ ਕੋਈ ਨਹੀਂ ਤੇ ਮਿਲਣਾ। ਮੈਂ ਚੱਲਿਆ ਮੈਂ ਚੱਲਿਆ। ਜਨਾਬ ਇੱਕ ਟਰਾਈ ਤੇ ਹੋਰ ਮਾਰ ਲਓ, ਮੇਰੀ ਕਮਿਸ਼ਨ ਕਿਉਂ ਮਰਵਾਉਣ ਦੇ ਹੋ? ਕਮਿਸ਼ਨ ਦਾ ਲੱਗਦਾ ਹੈ ਕਮਿਸ਼ਨ ਦਾ ਬੰਦਾ ਹੈ ਕਿੱਥੇ ਫਸਦਾ ਜੀ? ਕਿੱਦਾਂ ਦੇ ਲਾਲਚੀ ਬੰਦੇ ਆਈ ਜਾ ਰਹੇ ਆ। ਨਮਸਤੇ ਡੈਡੀ ਜੀ, ਪੈਰੀ ਪਹਿਲਾਂ ਜੀ। ਇਹ ਮੈਂ ਤੈਨੂੰ ਕਿਤੇ ਦੇਖਿਆ ਲੱਗਦਾ। ਦੇਖਿਆ ਤਾਂ ਜੀ ਮੈਂ ਵੀ ਤੁਹਾਨੂੰ ਕਿਤੇ ਲੱਗਦਾ। ਪਰ ਇੱਥੇ ਕਿੱਦਾਂ? ਉਹ ਵਿਆਹ ਦੀ ਗੱਲ ਕਰਨ, ਉਹ ਤੁਹਾਡੀ ਕੁੜੀ ਦੇ ਵਿਆਹ ਦੇ ਸਿਲਸਿਲੇ। ਓ ਅੱਛਾ ਅੱਛਾ, ਬੈਠੋ ਬੈਠੋ। ਸਮਾਰਟ ਬੋਏ, ਇਹੀ ਤਾਂ ਮੁੰਡਾ ਜਿਹਦੀ ਮੈਂ ਇੰਨੇ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀਗਾ। ਕਮਲ, ਉਹ ਕਮਲ ਇਹਨਾਂ ਵਾਸਤੇ ਜਿਹੜਾ ਗਰਮ ਚਾਹ ਲੈ ਕੇ ਆ। ਮੈਂ ਠੰਡੀ ਚਾਹ ਨਾਲ ਗੁਜ਼ਾਰਾ ਕਰ ਲਾਂਗਾ ਜੀ। ਪਹਿਲਾਂ ਤੁਹਾਡਾ ਕਿਤੇ ਵਿਆਹ ਹੋਇਆ ਤਾਂ ਨਹੀਂ ਹੋਇਆ? ਉਹ ਨਹੀਂ ਜੀ, ਮੈਂ ਤਾਂ ਬਿਲਕੁਲ ਡਬਲ ਸਿੰਗਲ ਆ ਜੀ। ਅੱਛਾ, ਪੜ੍ਹਾਈ ਲਿਖਾਈ? ਮੈਂ MSc ਕੀਤੀ ਹੈ। ਉਹ BSc ਨਹੀਂ ਕੀਤੀ? ਕੀ ਗੱਲ ਕਰਦੇ ਹੋ ਜੀ, ਉਹ BSc ਤੋਂ ਬਾਅਦ ਹੀ MSc ਕੀਤੀ ਜਾਂਦੀ ਹੈ। ਮੈਨੂੰ ਤਾਂ ਪਤਾ ਯਾਰ, ਇੰਟਰਵਿਊ ਮੈਂ ਤੇਰੀ ਲੈ ਰਿਹਾ ਕਿ ਤੂੰ ਮੇਰੀ ਇੰਟਰਵਿਊ ਲੈ ਰਿਹਾ? ਪਰ ਮੈਂ ਤੈਨੂੰ ਦੇਖਿਆ ਕਿੱਥੇ ਹੈ ਸਮਝ ਨਹੀਂ ਆ ਰਹੀ। ਭੁੱਲ ਜਾਂਦੇ ਹੋ ਤੁਸੀਂ, ਉਹ ਹੀ ਮੁੰਡਾ ਹੈ ਜਿਹੜਾ ਉਸ ਸੋਫੇ ਦੇ ਪਿੱਛੇ ਲੁਕਿਆ ਹੋਇਆ ਸੀ। ਹੈ? ਓਏ ਬਦਮਾਸ਼, ਉੱਠ ਤੋ, ਚੱਲ ਉੱਠ। ਓਹੋ, ਇਹ ਸੁਖੀ ਦਾ ਭਰਾ ਹੈ ਬਈ, ਜਿਹੜਾ ਆਪਣੀ ਪ੍ਰੀਤੀ ਨੂੰ ਗਿਫਟ ਦੇਣ ਆਇਆ ਸੀ ਉਸ ਦਿਨ, ਯਾਦ ਆਇਆ? ਓ ਅੰਕਲ ਜੀ, ਉਹ ਤੁਹਾਡਾ ਗੁੱਸਾ ਅਜ ਤੱਕ ਲਿਆ ਹੀ ਨਹੀਂ। ਦਰਸਲ ਮੈਂ ਆਪਣੇ ਵਿਆਹ ਦੀ ਗੱਲ ਕਰਨੀ, ਆਪਣੇ ਡੈਡੀ ਨੂੰ ਕੈਨੇਡਾ ਤੋਂ ਬੁਲਾਇਆ। ਮੈਨੂੰ ਤਾਂ ਅਜੇ ਵੀ ਕੋਈ ਗੜਬੜ ਲੱਗਦੀ ਆ। ਗੱਲ ਤਾਂ ਸੁਣਨ ਤੋਂ ਪੂਰੀ ਹੋਦੀ। ਹਾਂ ਬੇਟਾ, ਕਦੋਂ ਆ ਰਹੇ ਤੁਹਾਡੇ ਡੈਡੀ ਕੈਨੇਡਾ ਤੋਂ? ਕੈਨੇਡਾ ਤੋਂ ਆ ਹੀ ਗਏ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸੰਡੇ ਨੂੰ ਬੁਲਾ ਹੀ ਲਿਆਣਾ। ਇਹ ਸੰਡੇ ਨੂੰ ਸੋਚਣ ਦੀ ਕੀ ਲੋੜ ਹੈ, ਬੁਲਾ ਲਓ। ਇਹ ਲਓ ਚਾਹ ਪੀਓ ਬੇਟਾ। ਗਰਮ ਨਹੀਂ ਮਿਲ ਸਕਦੀ? ਕੀ ਗੱਲ ਪ੍ਰੀਤੀ, ਤੂੰ ਕਿਵੇਂ ਟ੍ਰੈਜਿਕ ਕੁਈਨ ਮੀਨਾ ਕੁਮਾਰੀ ਬਣੀ ਬੈਠੀ ਹੈ? ਰਾਹੁਲ, ਇਹਨੂੰ ਹਰ ਵਕਤ ਮਜ਼ਾਕ ਸੋਚਦਾ ਰਹਿੰਦਾ ਨਾ। ਹਾਏ, ਮੈਂ ਤਾਂ ਇਹ ਸੋਚ ਰਹੀ ਸੀ ਤੇਰੇ ਡੈਡੀ ਨੂੰ ਮੈਂ ਪਸੰਦ ਆਈ ਤਾਂ ਫੇਰ। ਲੈ ਹੁਣ ਆ ਕੀ ਹੈ, ਤੂੰ ਕਿਧਰੇ ਹੋਰ ਵਿਆਹ ਕਰਾ ਲਈ ਤੇ ਮੈਂ ਕਿਧਰੇ ਹੋਰ ਵਿਆਹ ਕਰਾ ਲੂੰਗਾ। ਰਾਹੁਲ, ਤੂੰ ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਜੇ ਮੈਂ ਤੇਰੀ ਨਾ ਹੋ ਸਕੀ ਤਾਂ ਮੈਂ ਕਿਸੇ ਹੋਰ ਦੀ ਨਹੀਂ ਹੋਣਾ। ਮੈਂ ਇਸ ਚੀਜ਼ ਛਾਲ ਮਾਰ ਦੂੰਗੀ। ਓਏ ਕੁੜੀਏ, ਚੱਲ 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 ਕੀ ਕਰਨਾ, ਕਾਨੂੰਨੀ ਜੁਰਮ ਹੈ ਇਸ ਜੁਰਮ ਦੇ ਦੋਸ਼ ਵਿੱਚ ਮੈਂ ਤੈਨੂੰ ਗ੍ਰਿਫਤਾਰ ਕਰਨਾ ਚਾਹਤਾ। ਓ ਜਨਾਬ, ਅਸੀਂ ਤਾਂ ਰਿਹਰਸਲ ਕਰ ਰਹੇ ਸੀ। ਮੈਂ ਰਿਹਰਸਲ ਨਹੀਂ ਕਰ ਰਿਹਾ, ਮੈਂ ਇਸ ਵਕਤ ਡਿਊਟੀ ਤੇ ਹਾਂ। ਵੈ ਗੱਲ ਦੱਸ, ਚੱਕਰ ਕੀ? ਚੱਕਰ ਚੁੱਕਰ ਕੁਝ ਨਹੀਂ ਜੀ, ਸਾਡੀ ਤਾਂ ਅਰੇਂਜ ਮੈਰਿਜ ਹੋਣ ਵਾਲੀ ਹੈ ਜੀ। ਹੋਈ ਤੇ ਨਹੀਂ? ਨਹੀਂ ਜੀ, ਅਸੀਂ ਕਰਾ ਰਹੀ। ਜਾਣਦੇ ਹੋ ਜਨਾਬ, ਤੁਹਾਡੀ ਆਪਣੀ ਤਾਂ ਹੋਈ ਨਹੀਂ, ਉਹ ਘੱਟ ਤੋਂ ਘੱਟ ਇਹਨਾਂ ਦੀ ਤਾਂ ਗੰਢ ਤੋਂ ਪਹੁੰਚ ਦਿਓ। ਜਨਾਬ ਲੱਗਦਾ ਤੁਸੀਂ ਸਮਾਰਟ ਹੋ ਜੀ। ਐ ਚੁੱਪ ਕਰ ਜਾ, ਚੁੱਪ ਕਰ ਗਾ, ਛਿੱਤਰ ਫੇਰਾਂਗਾ ਇੱਥੇ। ਤੁਹਾਡਾ ਦਿਲ ਦਾ ਮਾਮਲਾ, ਇਸ ਕਰਕੇ ਮੈਂ ਥੋੜਾ ਮੋਸ਼ਨਲ ਹੋ ਗਿਆ। ਥੈਂਕ ਯੂ ਜੀ। ਜਾਓ ਲੈ ਜਾ ਜਨਾਬ, ਲੈ ਜਾ ਪੁੱਤ। ਗੱਲ ਸੁਣ, ਤੂੰ ਅੱਗੇ ਤੋਂ ਬੋਲਿਆ ਤਾਂ ਮੈਂ ਤੇਰੀ ਜਾਨ ਕਰ ਦਿਆਂ। ਪ੍ਰੀਤੀ ਜੀ, ਮੰਮਾ ਰਾਹੁਲ ਆਇਆ। ਰਾਹੁਲ? ਹਾਂ, ਉਹਦੇ ਡੈਡੀ ਆਏ ਨਾਲ ਤੇਰੇ ਤੇ ਰਾਹੁਲ ਦੇ ਵਿਆਹ ਦੀ ਗੱਲ ਪੱਕੀ ਕਰਨ। ਸੱਚੀ ਮੰਮਾ? ਹਾਂ, ਤੁਸੀਂ ਕਿਸੇ ਮਜ਼ਾਕ ਤੋਂ ਨਹੀਂ ਕਰ ਰਹੇ? ਕਮ ਔਨ, ਕੋਈ ਮਜ਼ਾਕ ਨਹੀਂ ਕਰਦੇ, ਚੱਲ ਕੇ ਮੇਰੇ ਨਾਲ ਦੇਖ ਲੈ। ਓ ਤੇਰੀ ਹਿੰਮਤ ਕਿਦਾਂ ਹੋਈ ਆਪਣੇ ਮੁੰਡੇ ਦਾ ਰਿਸ਼ਤਾ ਮੇਰੇ ਘਰ ਲੈ ਕੇ ਆਉਣ ਦੀ? ਓਏ ਮੈਂ ਵੀ ਕੋਈ ਸ਼ਗਨਾਂ ਤੇ ਸਾਲ ਚੁੱਕ ਨਹੀਂ ਇੱਥੇ ਆਇਆ। ਓਏ ਮੈਂ ਤੇ ਆਪਣੇ ਮੁੰਡੇ ਦੇ ਪਿਆਰ ਦਾ ਮਾਰਿਆ ਆ ਗਿਆ। ਓ ਤੂੰ ਮੁੰਡੇ ਦੇ ਪਿਆਰ ਦਾ ਮਾਰਿਆ ਨਹੀਂ ਆਇਆ, ਆਪਣੇ ਪਿਆਰ ਦਾ ਮਾਰਿਆ ਆਇਆ ਇੱਥੇ। ਕੀ ਮਤਲਬ? ਮਤਲਬ ਇਹ ਹੈ ਕਿ ਤੇਰੀ ਸ਼ੁਰੂ ਤੋਂ ਇੱਕ ਕੋਸ਼ਿਸ਼ ਰਹੀ ਹੈ ਮੇਰੇ ਘਰ ਨਾਲ ਰਿਸ਼ਤਾ ਜੋੜਨ ਦੀ। ਜਾ ਜਾ ਵੱਡਾ ਘਰ ਵਾਲਾ, ਓ ਜਾਣਨਾ ਮੈਂ ਤੈਨੂੰ ਵੱਡੇ ਐਕਸਪੋਰਟਰ ਨੂੰ, ਤੂੰ ਸਪਲਾਇਰ ਨਾ ਹੋਵੇ ਕਿਸੇ ਥਾਂ ਦਾ। ਓਏ ਭੁੱਲ ਗਿਆ, ਤੈਨੂੰ ਐਕਸਪੋਰਟ ਕਰਕੇ ਮੈਂ ਹੀ ਬਾਹਰ ਭੇਜਿਆ ਸੀਗਾ। ਓਏ ਆਪਣੀ ਜ਼ੁਬਾਨ ਤੇ ਕਾਬੂ ਰੱਖ, ਮੈਂ ਸਿਰਫ ਇਸ ਕਰਕੇ ਚੁੱਪਾਂ ਕਿਉਂਕਿ ਤੂੰ ਕਮਲ ਦਾ ਘਰ ਵਾਲਾ ਹੈ। ਓ ਜੀਜਾ ਜੀ ਕਹਿ, ਓਏ ਓ ਮਿਸਟਰ ਮਹਿੰਦਰ ਸਿੰਘ ਡੈਡੀ, ਓ ਤੂੰ ਡੈਡੀ ਹੈ, ਡੈਡੀ ਬਣ ਕੇ ਰਹਿ, ਆਪਣੀ ਔਕਾਤ ਵਿੱਚ ਜੀਜਾ ਬਣਨ ਦੀ ਕੋਸ਼ਿਸ਼ ਤਾਂ ਕਰ। ਓ ਮਾਈ ਗੋਡ, ਸੁਸੇਵਾ ਜੀ ਤੁਸੀਂ? ਹਾਂ ਤੁਸੀਂ, ਪਰ ਤੁਸੀਂ ਅੰਦਰ ਚਲੋ ਚਲੋ, ਸ਼ਾਬਾਸ਼। ਓਹੋ, ਕਿੰਨਾ ਦੇ ਗੱਲਾਂ ਕਰਦੇ ਪਏ ਹੋ ਸੁਸੇਵਾ ਜੀ, ਇੰਨੇ ਸਾਲਾਂ ਬਾਅਦ ਆਏ ਨੇ, ਇਹਨਾਂ ਨੂੰ ਅੰਦਰ ਲੈ ਕੇ ਚਲੋ ਨਾ। ਹਾਂ ਹਾਂ।
ਔਰ ਮੈਂ ਵੀ ਇੱਥੇ ਕੋਈ ਕਟੋਰਾ ਲੈ ਕੇ ਹਮਦਰਦੀ ਦੀ ਭੀਖ ਮੰਗਣ ਨਹੀਂ ਆਇਆ। ਚਲੋ ਕਾਕਾ ਚੰਗਾ ਜੀ, ਚੱਲ ਹਟ ਚੱਲ। ਮੰਮਾ ਮੈਨੂੰ ਗੱਲ ਦੀ ਸਮਝ ਨਹੀਂ ਆ ਰਹੀ ਕਿ ਮਿਸਟਰ ਸਚਦੇਵਾ ਤੇ ਡੈਡੀ ਦੀ ਆਖਰ ਦੁਸ਼ਮਣੀ ਕੀ ਹੈ? ਪ੍ਰੀਤੀ ਤੂੰ ਇਹਨਾਂ ਗੱਲਾਂ ਨੂੰ ਛੱਡ ਦੇ, ਜੋ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ। ਮੰਮਾ ਤੁਹਾਨੂੰ ਮੇਰੀ ਸੌਂ, ਤੁਹਾਨੂੰ ਮੈਨੂੰ ਦੱਸਣਾ ਪੈਣਾ ਕਿ ਆਖਿਰ ਸਾਡਾ ਵਿਆਹ ਕਿਉਂ ਨਹੀਂ ਹੋ ਸਕਦਾ। ਤੂੰ ਸੁਣਨਾ ਚਾਹੁੰਦੀ ਹੈ? ਹਾਂ ਤੂੰ ਸੁਣ ਫਿਰ। ਮੈਂ ਤੇਰੇ ਡੈਡੀ ਤੇ ਮਿਸਟਰ ਸਚਦੇਵਾ ਅਸੀਂ ਤਿੰਨੋਂ ਇੱਕੋ ਕਾਲਜ 'ਚ ਪੜ੍ਹਦੇ ਸੀ। ਤੇਰੇ ਡੈਡੀ ਤੇ ਮਿਸਟਰ ਸਚਦੇਵਾ ਦੋਵੇਂ ਮੈਨੂੰ ਪਿਆਰ ਕਰਦੇ ਸੀ। ਜਦ ਇਹ ਗੱਲ ਪੂਰੇ ਕਾਲਜ 'ਚ ਪਤਾ ਲੱਗੀ ਤੇ ਦੋਨਾਂ ਦੋਸਤਾਂ ਦੀ ਆਪਸ ਦੁਸ਼ਮਣੀ ਪੈ ਗਈ। ਮੰਮੀ ਜੀ ਤੁਸੀਂ ਵੀ ਦੋਵਾਂ ਨੂੰ ਪਿਆਰ ਕਰਦੇ ਸੀ? ਸੱਚ ਪੁੱਛੇ ਤੇ ਮੈਂ ਦੋਵਾਂ 'ਚੋਂ ਕਿਸੇ ਨੂੰ ਵੀ ਪਿਆਰ ਨਹੀਂ ਕਰਦੀ, ਪਰ ਚੰਗੇ ਮੈਨੂੰ ਦੋਵੇਂ ਹੀ ਲੱਗਦੇ। ਚੰਗੇ ਲੱਗਣ ਨਾਲ ਕੀ ਹੁੰਦਾ? ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਕਮਲਮਿੰਦਰ ਸਿੰਘ ਡੈਡੀ ਨੂੰ ਨਹੀਂ ਉਹਦੇ ਪੈਸੇ ਨੂੰ ਪਿਆਰ ਕਰਦਾ। ਅਸੀਂ ਦੋਵਾਂ ਨੇ ਦੋਸਤ ਹੋਣ ਦੇ ਨਾਤੇ ਇਸ ਗੱਲ ਦਾ ਫੈਸਲਾ ਇੱਕੋ ਸ਼ਰਤ ਤੇ ਕੀਤਾ। ਪਰ ਉਹ ਸ਼ਰਤ ਕੀ ਸੀ ਡੈਡ? ਸ਼ਰਤ ਇਹ ਸੀ ਕਿ ਦੋਵਾਂ ਵਿੱਚੋਂ ਜੋ ਪਹਿਲੇ ਮੇਰੇ ਨਾਲ ਵਿਆਹ ਕਰਾ ਲੇਗਾ ਉਹ ਸ਼ਰਤ ਜਿੱਤ ਜਾਏਗਾ ਤੇ ਦੂਜੇ ਨੂੰ ਦੋਸਤੀ ਦੀ ਖਾਤਰ ਦੇਸ਼ ਛੱਡ ਕੇ ਬਾਹਰ ਜਾਣਾ ਪਏਗਾ। ਇਹਦਾ ਮਤਲਬ ਸਚਦੇਵ ਅੰਕਲ ਸ਼ਰਤ ਹਾਰ ਗਏ? ਮੈਂ ਹਰ ਸ਼ਰਤ ਜਿੱਤ ਕੇ ਵੀ ਹਾਰ ਚੁੱਕਾ। ਪੈਸੇ ਦੇ ਬਲਬੂਤੇ ਤੇ ਡੈਡੀ ਨੇ ਕਮਲ ਤੇ ਕਮਲ ਦੇ ਘਰਦਿਆਂ ਨੂੰ ਫਸਾ ਲਿਆ। ਡੈਡੀ ਨੇ? ਉਹ ਤੇਰੇ ਡੈਡੀ ਨੇ ਨਹੀਂ, ਬੇਵਕੂਫ ਮਿੰਦਰ ਸਿੰਘ ਡੈਡੀ ਨੇ। ਓ ਬੜਾ ਟ੍ਰੈਜਿਕ ਸਟੋਰੀ। ਤੇ ਫਿਰ ਤੁਹਾਨੂੰ ਦੇਸ਼ ਛੱਡ ਕੇ ਜਾਣਾ ਪਿਆ? ਦੇਸ਼ ਤਾਂ ਉਹਨੂੰ ਛੱਡ ਕੇ ਜਾਣਾ ਪੈਣਾ ਸੀ, ਸ਼ਰਤ ਜੋ ਲੱਗੀ ਸੀ। ਮੰਮਾ ਇਹ ਤਾਂ ਜ਼ਿਆਦਤੀ ਹੈ, ਭਲਾ ਇਹਦੇ ਸਾਡਾ ਕੀ ਕਸੂਰ ਹੈ? ਤੇਰੇ ਡੈਡੀ ਲਈ ਇੰਨਾ ਕਸੂਰ ਕਾਫੀ ਹੈ ਕਿ ਰਾਹੁਲ ਮਿਸਟਰ ਸਚਦੇਵਾ ਦਾ ਮੁੰਡਾ ਹੈ। ਪਰ ਮੈਂ ਤਾਂ ਤੁਹਾਡੀ ਧੀ ਹਾਂ ਨਾ। ਹਾਂ ਹਾਂ ਮੈਂ ਮੰਨਦਾ, ਪਰ ਉਹ ਪ੍ਰੀਤੀ ਉਸ ਮਿੰਦਰ ਸਿੰਘ ਡੈਡੀ ਦੀ ਧੀ ਵੀ ਤਾਂ ਹੈ, ਉਸ ਕਮੀਨੇ ਬੇਈਮਾਨ ਦੀ ਧੀ, ਤੇ ਉਹਦਾ ਸਭ ਤੋਂ ਵੱਡਾ ਕਸੂਰ ਹੈ। ਇਸ ਕਰਕੇ ਤੇਰਾ ਵਿਆਹ ਉਹਦੇ ਨਾਲ ਨਹੀਂ ਹੋ ਸਕਦਾ। ਇਹ ਤੁਹਾਡਾ ਆਖਰੀ ਫੈਸਲਾ ਹੈ? ਹਾਂ ਹਾਂ ਇਹ ਮੇਰਾ ਆਖਰੀ ਫੈਸਲਾ ਹੈ। ਫਿਰ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ। ਕੰਨ ਕੀ ਖੋਲਣਾ, ਮੈਂ ਅੱਗੇ ਕੋਈ ਸ਼ਕਲ ਪਾਇਆ ਹੋਇਆ? ਤੂੰ ਰਾਗ ਲਾਭ ਜਿਹੜਾ ਲੱਭਣਾ। ਇਹ ਰਾਗ ਨਹੀਂ ਫੈਸਲਾ ਹੈ, ਮੇਰਾ ਫੈਸਲਾ। ਜੇ ਮੈਂ ਜ਼ਿੰਦਗੀ 'ਚ ਵਿਆਹ ਕਰੂੰਗੀ ਤਾਂ ਸਿਰਫ ਔਰ ਸਿਰਫ ਰਾਹੁਲ ਨਾਲ, ਨਹੀਂ ਤਾਂ ਮੈਂ ਨਹੀਂ ਵਿਆਹ ਕਰਨਾ। ਹਾਂ ਫਿਰ ਸਾਰੀ ਉਮਰ ਕੁਆਰੀ ਰਹਿ ਜਾਏਗੀ। ਇਹ ਰਾਹੁਲ ਤੱਕ ਹੀ ਦੁਨੀਆ ਦੇ ਕਿਸੇ ਰਾਹੁਲ ਨਾਲ ਵੀ ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ। ਠੀਕ ਹੈ ਫਿਰ, ਮੈਂ ਵੀ ਘਰੋਂ ਭਾਜੂ, ਜ਼ਹਿਰ ਖਾ ਲੂੰ ਮੈਂ, ਜ਼ਹਿਰ ਦੇਖ ਲਿਓ ਤੁਸੀਂ। ਹਾਂ ਚੱਲ ਚੱਲ ਖਾ ਜਾ ਕੇ। ਓਹੋ ਨੂੰ ਰੋਕੋ, ਜ਼ਹਿਰ ਖਾ ਲੂਗੀ। ਓਏ ਕਦੀ ਵੀ ਨਹੀਂ ਖਾ ਸਕਦੀ। ਕਿਉਂ? ਤੂੰ 100 ਵਾਰ ਧਮਕੀ ਦਿੱਤੀ ਹੈ, ਤੂੰ ਖਾਦਾ ਜ਼ਹਿਰ ਕਦੀ? ਆਮ ਸੌਰੀ ਡੈਡ। ਆਈ ਨਿਊ ਦੈਟ। ਵੈਲ ਡਨ ਮਾਈ ਸਨ, ਮੈਨੂੰ ਪਤਾ ਸੀ ਤੂੰ ਮੇਰਾ ਪੁੱਤਰ ਹੈ, ਤੂੰ ਇੱਕ ਦਿਨ ਆਪਣੀ ਗਲਤੀ ਜ਼ਰੂਰ ਮੰਨੇਗਾ। ਐਕਸਕਿਊਜ਼ ਮੀ ਡੈਡ, ਮੈਂ ਗਲਤੀ ਮੰਨਣ ਵਾਲਾ ਸੌਰੀ ਨਹੀਂ ਕਿਹਾ। ਤੇਰੇ ਕੋਲ ਸੌਰੀ ਕਿਹਾ ਬੇਟਾ? ਮੈਂ ਦੂਜੇ ਵਾਲਾ ਸੌਰੀ ਕਿਹਾ। ਦੂਜੇ ਵਾਲਾ ਮਤਲਬ? ਮਤਲਬ ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ। ਵਾਟ? ਮੈਨੂੰ ਹੁਣ ਆਪਣੀ ਮਰਜ਼ੀ ਕਰਨੀ ਪੈਣੀ ਹੈ, ਹੁਣ ਜੋ ਵੀ ਫੈਸਲਾ ਕਰਾਂਗੇ ਮੈਂ ਤੇ ਪ੍ਰੀਤੀ ਮਿਲ ਕੇ ਕਰਾਂਗੇ। ਓਏ ਮੈਂ ਕੈਨੇਡਾ ਤੋਂ ਆਇਆ। ਡੈਡ ਮੈਂ ਵੀ। ਔਰ ਤੁਸੀਂ ਦੋਵੇਂ ਕਰੋਗੇ ਕੀ? ਪਤਾ ਲੱਗ ਜੂ। ਕਦੋਂ? ਜਦੋਂ ਕਰਾਂਗੇ। ਓਕੇ ਇਹ ਦੋਵੇਂ ਕੀ ਕਰਾਂਗੇ? ਹੁਣ ਤਾਂ ਕੁਝ ਕਰਨਾ ਹੀ ਪੈਣਾ ਰਾਹੁਲ। ਮੈਂ ਕੁਝ ਸੋਚ ਰਿਹਾ। ਸੋਚ ਤਾਂ ਮੈਂ ਵੀ ਰਹੀ ਹਾਂ। ਅੱਛਾ ਮੈਂ ਤਾਂ ਸੋਚ ਵੀ ਲਿਆ। ਮੈਂ ਵੀ ਸੋਚ ਲਿਆ। ਕੀ? ਆਪਾਂ ਬੱਚ ਲਈਏ। ਲਾਹਨਤ ਆ ਯਾਰ, ਉਹ ਜੇ ਇੱਕੋ ਚੀਜ਼ ਸੋਚਣੀ ਸੀ ਤਾਂ ਆਪਾਂ ਵੱਖਰੇ ਵੱਖਰੇ ਹੋ ਕੇ ਕਿਉਂ ਸੋਚ ਰਹੇ ਸੀ? ਆਹੋ ਜੇ ਆਪਾਂ ਦੌੜਨੇ ਤਾਂ ਇਕੱਠੇ ਹੀ ਦੌੜਾਂਗੇ ਨਾ, ਵੱਖ ਵੱਖ ਤਾਂ ਦੌੜਨੇ ਉਰੇ। ਪਰ ਰਾਹੁਲ ਮੈਂ ਨਾ ਕਦੇ ਪੁੱਜੀ ਨਹੀਂ ਪਹਿਲਾਂ। ਤੂੰ ਪਰਵਾਹ ਨਾ ਕਰ, ਮੈਨੂੰ ਦੌੜਨ ਦਾ ਬੜਾ ਹੀ ਤਜਰਬਾ, ਮੈਂ ਆਪਣੇ ਸਕੂਲ 'ਚ ਰੋਜ਼ ਦੌੜਦਾ ਰਿਹਾ। ਫੇਰ ਠੀਕ ਹੈ, ਚਲੀਏ ਫਿਰ। ਇੱਦਾਂ ਨਹੀਂ ਦੌੜਨਾ ਆਪਾਂ, ਇੱਦਾਂ ਦੌੜਨ ਦਾ ਕੀ ਫਾਇਦਾ? ਆਪਣਾ ਜ਼ਰਾ ਫਿਲਮੀ ਸਟਾਈਲ 'ਚ ਦੌੜਾਂਗੇ, ਘੱਟੋ ਘੱਟ ਦੌੜਨ ਦਾ ਮਜ਼ਾ ਤਾਂ ਆਊਗਾ। ਉਹ ਕਿੱਦਾਂ ਫਿਰ? ਤੂੰ 11 ਵਜੇ ਮੇਰੇ ਘਰ ਦੇ ਬਾਹਰ ਆਈ ਆ ਗਿਆ ਤੇ ਮੈਂ ਚਾਦਰ ਬੰਨ ਕੇ ਲਟਕਾਉਂ ਤੇ ਮੈਂ ਚਾਦਰ ਨਾਲ ਲਟਕ ਕੇ ਉੱਪਰ ਆ ਜਾਵਾਂਗਾ। ਉਹ ਆਪਾਂ ਜਾਣਾ ਹੈ, ਆਉਣਾ ਨਹੀਂ ਯਾਰ, ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ। ਚੰਗਾ ਆਪਣਾ ਦਿਨੇ ਭੱਜ ਲਾਂਗੇ। ਉਹ ਠੀਕ ਹੈ, ਤੇ ਫਿਰ ਆਪਾਂ ਮੋਟਰਸਾਈਕਲ ਤੇ, ਫਿਰ ਆਪਾਂ ਬੱਸ ਤੇ, ਫਿਰ ਆਪਾਂ ਆਟੋ ਤੇ, ਫਿਰ ਆਪਾਂ ਗੱਡੀ ਤੇ, ਫਿਰ ਆਪਾਂ ਭੱਜਦੇ ਰਹਿਣਾ। ਆਪਾਂ ਵਿਆਹ ਨਹੀਂ ਕਰਨਾ? ਨਹੀਂ ਵਿਆਹ ਕਰ ਲਾਂਗੇ ਜਦੋਂ ਥੱਕ ਗਏ। ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਅਖੀਰ ਤੁਹਾਨੂੰ ਰਾਹੁਲ ਦੇ ਨਾਂ ਤੋਂ ਇੰਨੀ ਪ੍ਰੋਬਲਮ ਕਿਉਂ ਹੈ? ਅਗਰ ਨਾਂ ਨਹੀਂ ਪਸੰਦ ਤਾਂ ਅਸੀਂ ਨਾਂ ਬਦਲ ਲੈਂਦੇ ਆ। ਮੈਨੂੰ ਰਾਹੁਲ ਨਾਲ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਮੈਨੂੰ ਉਹਦੇ ਪਿਓ ਨਾਲ ਹੈ। ਜੇ ਉਹਨੇ ਬਦਲਣੀ ਹੈ ਤਾਂ ਉਹਨੂੰ ਕੋ ਆਪਣਾ ਪਿਓ ਬਦਲੇ। ਲੋ ਹੁਣ ਪਿਓ ਨੇ ਕੀ ਵਿਗਾੜੇ, ਕਿੰਨਾ ਚੰਗਾ ਤਾਂ ਹੈ। ਉਹਨੂੰ ਕਹਿ ਚੰਗਾ ਦੇ ਕੇ ਨਾ ਦੋ ਮਾੜੇ ਲੈ ਲੈ, ਉਹ ਮੈਨੂੰ ਫਿਰ ਵੀ ਮਨਜ਼ੂਰ ਹੈ। ਕਿੰਨਾ ਦੀਆਂ ਗੱਲਾਂ ਕਰਦੇ ਹੋ ਤੁਸੀਂ। ਅੱਛਾ ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਮੁੰਡੇ ਦੀ ਸ਼ਕਲ ਸਾਡੇ ਕਿਸੇ ਆਪਣੇ ਨਾਲ ਮਿਲਦੀ ਜੁਲਦੀ ਹੈ? ਇਹ ਤੂੰ ਆਪਣੇ ਤੇ ਇੰਨਾ ਕਿਉਂ ਸਟ੍ਰੈਸ ਦੇ ਰਹੀ ਹੈ? ਬਾਬਾ ਮੈਂ ਆਪਣੇ ਮਤਲਬ ਉਹ ਵਾਲਾ ਆਪਣਾ ਨਹੀਂ, ਆਪਣੇ ਮਤਲਬ ਜਾਣ ਪਛਾਣ ਵਾਲੇ। ਡੈਡੀ? ਹਾਂ ਬੇਟਾ। ਹੈਲੋ ਮਿੰਦਰ ਸਿੰਘ ਡੈਡੀ। ਹਾਂ ਓਏ ਉਹ ਤੂੰ ਫੇਰ ਆ ਗਿਆ। ਇਹਨੇ ਤੱਤੇ ਲਾ ਕੇ ਜ਼ਿਆਦਾ ਤੱਤੀ ਹੋਣ ਦੀ ਕੋਸ਼ਿਸ਼ ਨਾ ਕਰ, ਇਹਨਾਂ ਮੈਂ ਆਪੇ ਨਿਬੜ ਲਾਂਗਾ। ਮਹਾਰਾਜ ਫੇਰ ਆ ਗਏ ਰਿਸ਼ਤਾ ਲੈ ਕੇ? ਰਿਸ਼ਤਾ ਲੈ ਕੇ ਨਹੀਂ, ਮੈਂ ਤੇ ਬੰਬ ਫੋੜਨ ਆਇਆ। ਅੱਛਾ ਹਿਊਮਨ ਬੰਬ ਬਣ ਕੇ ਸਾਡਾ ਇਹ ਘਰ ਉਡਾਉਣ ਆ ਗਿਆ? ਓਏ
ਸਾਡੀ ਕੁੜੀ ਇਹਦੇ ਮੁੰਡੇ ਨਾਲ ਭੱਜ ਗਈ ਹੈ। ਕਾਸ਼ ਮੇਰੇ ਚ ਵੀ ਉਸ ਵੇਲੇ ਨਾ ਹੌਸਲਾ ਹੁੰਦਾ ਤੇ ਮੈਂ ਵੀ ਤੁਹਾਡੇ ਨਾਲ ਰੱਖੜੀ ਬਣ ਕੇ ਫੋਟੋ ਖਿਚਵਾ ਲੈਂਦੀ। ਔਰ ਰੱਖੜੀ ਮਹਿੰਦਰ ਸਿੰਘ ਡੈਡੀ ਨਾ ਡੈਡੀ ਸ਼ਕਲ ਭਰਾਵਾਂ ਵਰਗੀ, ਉਹ ਤਾਂ ਤੇਰੀ ਕਿਸਮਤ ਚੰਗੀ ਸੀ ਇਹਦੇ ਨਾਲ ਵਿਆਹ ਹੋ ਗਿਆ ਤੇਰਾ। ਦੇਖ ਅਗਰ ਮੇਰੀ ਕੁੜੀ ਨੂੰ ਕੁਝ ਹੋ ਗਿਆ ਨਾ ਮੈਂ ਤੇਰੇ ਇਹਨਾਂ ਹੱਥਾਂ ਨਾਲ ਆਪਣਾ ਗਲਾ ਘੋਟ ਲੂੰਗਾ। ਹਾਏ ਡੈਲਾ ਤੂੰ ਠੀਕ ਬੋਲੋ, ਮੇਰਾ ਖਿਆਲ ਹੈ ਮੈਂ ਗਲਤ ਜਗ੍ਹਾ ਆ ਗਿਆ, ਮੈਂ ਤਾਂ ਜਾਣਾ ਹੀ ਥਾਣੇ ਚਾਹੀਦਾ ਸੀ। ਜਾ ਆਪਣਾ ਫੇਰ। ਹਾਏ ਹਾਏ ਤੁਸੀਂ ਕਿੱਥੇ ਬੈ ਰਹੇ ਹੋ, ਤੁਸੀਂ ਵੀ ਜਾ ਕੇ ਥਾਣੇ ਰਿਪੋਰਟ ਲਿਖਾਓ। ਹੈ ਤੁਸੀਂ ਤਾਂ ਸਾਡੀ ਵੀ ਆ ਬੈ ਰਹੇ ਨੇ। ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਪੁੱਤ ਜੱਟਾਂ ਦੇ ਇਸਰਸਿਆਂ, ਇਹ ਘੁੱਗੇ ਭਲਵਾਨ ਨੂੰ ਦਿਆ ਭਾਜਾ। ਚਲ ਭਾਈ, ਐਕਸਕਿਊਜ਼ ਮੀ, ਆਈ ਐਮ ਸਚਦੇਵਾ ਫਰਮ ਟੋਰਾਂਟੋ। ਆਈ ਐਮ ਜੋਗਰਾਜ ਸਿੰਘ ਫਰਮ ਥਾਣਾ ਦਰਸ਼ਨਗਰ। ਬੈਠੋ। ਥਾਂਦਰ ਸਾਹਿਬ, ਥੈਂਕ ਯੂ ਵੈਰੀ ਮੱਚ, ਮੈਂ ਇੱਕ ਰਿਪੋਰਟ ਲਿਖਾਣੀ ਸੀ, ਕੰਪਲੇਂਟ। ਤੁਸੀਂ ਟੋਰਾਂਟੋ ਤੋਂ ਆਏ? ਵੈਰੀ ਰਾਈਟ। ਇਹ ਟੋਰਾਂਟੋ ਤਾਂ ਫਿਰ ਸਾਡੇ ਇਲਾਕੇ 'ਚ ਆਉਂਦਾ ਨਹੀਂ। ਓ ਨਹੀਂ ਨਹੀਂ ਥਾਂਦਰ ਸਾਹਿਬ, ਐਕਚੁਲੀ ਆਇਆ ਮੈਂ ਟੋਰਾਂਟੋ ਤੋਂ ਆਇਆ, ਪਰ ਮੈਂ ਰਿਪੋਰਟ ਲੋਕਲ ਲਿਖਾਣੀ ਹੈ ਵਿਜੈਨਗਰ ਤੋਂ। ਓਹੋ, ਤੁਸੀਂ ਤਾਂ ਫਿਰ ਉਹ ਹੋਏ ਨਾ ਕੈਨੇਡਾ ਵਾਲੇ ਸਚਦੇਵਾ ਸਾਹਿਬ। ਵੈਰੀ ਰਾਈਟ, ਮੈਂ ਕੈਨੇਡਾ ਤੋਂ ਆਇਆ। ਰਾਈਟ ਰਾਈਟ, ਪੁਲਿਸ ਹਮੇਸ਼ਾ ਰਾਈਟ ਹੁੰਦੀ। ਫਿਰ ਮੈਂ ਰਿਪੋਰਟ ਲਿਖਾਵਾਂ ਜੀ। ਏਦਾਂ ਕਿੱਦਾਂ ਲਿਖਾਂਗੇ ਰਿਪੋਰਟ? ਫਿਰ ਕਿੱਦਾਂ ਲਿਖੂਗੇ? ਪਹਿਲਾਂ ਤੁਹਾਨੂੰ ਖਵਾਵਾਂਗੇ, ਫਿਰ ਪਿਆਵਾਂਗੇ। ਉਹ ਪਿਆਉਣ ਤੋਂ ਯਾਦ ਆਇਆ, ਕੀ ਪਿਓਗੇ ਤੁਸੀਂ? ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਨਹੀਂ ਨਹੀਂ, ਮਿਹਰਬਾਨੀ ਕਾਹਦੀ ਹੈ। ਵੇਖੋ ਇੱਕ ਮਿੰਟ। ਹਾਂ ਵੀ ਬਲਵੰਤ, ਕੀ ਹਾਲ ਹੈ ਤੇਰੇ ਠੇਕੇ ਦਾ? ਅੱਛਾ ਏਦਾਂ, ਸਾਡੇ ਕੈਨੇਡਾ ਤੋਂ ਗੈਸਟ ਆਏ, ਉਹਨਾਂ ਨੂੰ ਕੀ ਪਿਆਏਗਾ ਤੂੰ? ਮੈਂ ਕਿਹਾ ਕੀ ਪਿਓਗੇ? ਰਮ, ਵਿਸਕੀ, ਬ੍ਰਾਂਡੀ? ਨਹੀਂ ਨਹੀਂ, ਤੁਸੀਂ ਕੈਨੇਡਾ ਤੋਂ ਆਏ ਹੋ ਨਾ, ਇਸ ਕਰਕੇ ਤੁਹਾਨੂੰ ਸਕੌਚ ਪਿਆਵਾਂਗੇ। ਆ ਦੋ ਬੋਤਲਾਂ ਸਕੌਚ ਦੀਆਂ ਭੇਜ ਦੇ ਪੁੱਤ। ਬਹੁਤ ਬਹੁਤ ਮਿਹਰਬਾਨੀ ਥਾਂਦਰ ਸਾਹਿਬ। ਮਿਹਰਬਾਨੀ ਕਾਹਦੀ, ਕੀ ਖਾਓਗੇ ਦੱਸੋ? ਮੈਂ ਕੀ ਖਾ ਸਕਦਾ ਜੀ, ਵੈਜੀਟੇਰੀਅਨ ਆਦਮੀ ਆ ਜੀ ਮੈਂ। ਕੋਈ ਗੱਲ ਨੀ, ਫਿਰ ਆਪਾਂ ਬਗੈਰ ਹੱਡੀ ਤੋਂ ਮੰਗਾ ਲੈਂਦੇ ਹਾਂ। ਵੇਖੋ ਜਿਹੜਾ ਨਜ਼ਾਰਾ ਸੁਣੇ। ਹਾਂ ਭਰਪੂਰ ਸਿਆ, ਆਪਣਾ ਕੀ ਬਣਿਆ? ਐ ਕਰ, ਫਿਸ਼ ਟਿੱਕਾ ਤੇ ਬੋਨਲੈਸ ਚਿਕਨ ਤੇ ਹੋਰ ਜੋ ਕੁਛ ਵੀ ਹੈਗਾ ਨਾ ਬਗੈਰ ਹੱਡੀ ਤੋਂ ਉਹ ਭੇਜ ਦੇ। ਪਰ ਮੇਰੀ ਰਿਪੋਰਟ ਅਗਰ ਲਿਖ ਲੈਂਦੇ ਤੇ? ਬੜੀ ਜਲਦੀ ਚ ਲੱਗਦੇ ਹੋ ਤੁਸੀਂ, ਕੈਨੇਡਾ ਤੋਂ ਆਏ ਹੋ ਨਾ। ਮੇਰਾ ਜਨਾਬ ਇੱਕ ਮੁੰਡਾ ਹੈ। ਇੱਕੋ ਹੀ? ਹਾਂਜੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਕੋ ਹੀ? ਕੀ ਕਰਨਾ ਤੁਹਾਡੇ ਮੁੰਡੇ ਦਾ? ਨਹੀਂ ਨਹੀਂ, ਮੇਰੇ ਮੁੰਡੇ ਦਾ ਕੁਛ ਨਹੀਂ ਕਰਨਾ ਜੀ, ਉਹਨੂੰ ਇੱਕ ਕੁੜੀ ਦੁੜਾ ਕੇ ਲੈ ਗਈ ਹੈ। ਲੈ ਦੱਸ, ਤੂੰ ਕੰਪਲੇਂਟ ਮੁੰਡੇ ਦੀ ਕਰਨੀ ਹੈ ਕਿ ਕੁੜੀ ਦੀ? ਤੁਸੀਂ ਕੰਪਲੇਂਟ ਜਿਹਦੀ ਮਰਜ਼ੀ ਲਿਖੋ ਜਨਾਬ, ਪਰ ਮੇਰਾ ਮੁੰਡਾ ਲੱਭ ਦਿਓ। ਬਸ ਇੱਕੋ ਹੀ? ਅਸੀਂ ਤਾਂ ਕਈ ਲੱਭ ਦੇਣੇ ਆ। ਥਾਣੇਦਾਰ ਸਾਹਿਬ, ਜਿੰਨੇ ਮਰਜ਼ੀ ਨਹੀਂ, ਇੱਕ ਲੱਭ ਦਿਓ ਮੇਰੇ ਵਾਲਾ ਬਸ। ਆਪਣੇ ਵਾਲਾ ਤੂੰ ਪਛਾਣ ਕੇ ਲੈ ਜੀ, ਬਾਕੀ ਅਸੀਂ ਕਿਸੇ ਹੋਰ ਦੇ ਗੱਲ ਪਾ। ਥੈਂਕ ਯੂ ਵੈਰੀ ਮੱਚ, ਮੈਂ ਚੱਲਦਾ। ਚੱਲੇ ਕਿੱਥੇ ਹੋ ਸਾਹਿਬ? ਕੌਣ ਕਰੇਗਾ ਸਾਹਿਬ? ਆਹੋ, ਇਹ ਕੈਨੇਡਾ ਤੋਂ ਆਏ ਹੋ ਨਾ? ਯਾ ਯਾ, ਇਹ 3000 ਰੁਪਈਆ ਰੱਖੋ ਫਿਰ ਇੱਥੇ। ਗੱਲ ਸੁਣ ਸਚਦੇਵਾ, ਇਹ ਥਾਣਾ ਤੇਰਾ ਸਹੁਰਾ ਘਰ ਨੀ, ਇੱਥੇ ਖਾਣ ਨੂੰ ਨੀ ਆਉਂਦਾ, ਬਿੱਲ ਹੀ ਆਉਂਦਾ, ਦੇਣਾ ਪਏਗਾ। ਆ ਤੂੰ ਕੀ ਸਮਝਿਆ ਸੀ ਭੂਆ ਦੇ ਵਿਆਹ ਤੇ ਆਇਆ? ਮੈਂ ਕੈਨੇਡਾ ਤੋਂ ਆਇਆ। ਮੈਂ ਵੀ ਥਾਣੇਦਾਰ ਨੀ ਤੇ ਤੂੰ ਵੀ ਥਾਣੇਦਾਰ, ਸਾਡੇ ਦੋਹਾਂ ਦਾ ਇੱਕੋ ਹੀ ਕਾਰੋਬਾਰ, ਤੂੰ ਉਸ ਪਾਰ ਮੈਂ ਇਸ ਪਾਰ, ਜੇ ਆਪਾਂ ਦੋਨੇ ਮਿਲ ਜਾਂਦੇ ਨਾ ਤੇ ਰੋਂਦੇ ਚਾਰੋ ਚਾਰ। ਮੈਂ ਕਿਹਾ ਜੀ, 10 ਮਿੰਟ ਹੋ ਗਏ ਮੈਨੂੰ ਇੱਥੇ ਖੜੇ ਨੂੰ, ਤੁਹਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ। ਕਿਉਂ, ਤੂੰ ਸਾਡਾ ਜੇਠ ਲੱਗਦਾ, ਜਿਹਨੂੰ ਦੇਖ ਕੇ ਘੁੰਡ ਕੱਢ ਲਾਂ। ਥਾਣੇ 'ਚ ਆਇਆ, ਕੋਈ ਨੂੰਹਾਂ ਦੇ ਕਮਰੇ 'ਚ ਨਹੀਂ ਆਇਆ। ਕੀ ਦੱਸਾਂ ਜੀ, ਮੇਰੀ ਤਾਂ ਹਾਲਤ ਹੀ ਇੱਦਾਂ ਦੀ ਹੈ, ਮੇਰਾ ਤਾਂ ਖੁਦ ਸ਼ਰਮ ਨਾਲ ਘੁੰਡ ਕੱਢਣ ਨੂੰ ਦਿਲ ਕਰ ਰਿਹਾ। ਕਿਉਂ, ਇੱਜ਼ਤ ਲੁੱਟੀ ਗਈ ਤੇਰੀ? ਅੱਜ ਕੱਲ ਬੰਦਿਆਂ ਦੀ ਇੱਜ਼ਤ ਰਹਿ ਕੇ ਗਈ ਹੈ ਜਿਹੜੀ ਲੁੱਟੀ ਜਾਏ ਜੀ। ਮੇਰੀ ਕੁੜੀ ਨੂੰ ਕੋਈ ਮੁੰਡਾ ਭਜਾ ਕੇ ਲੈ ਗਿਆ। ਹਾਂਜੀ, ਚਾਲ ਚੱਲਣ ਲਿਖਾਓ ਕੁੜੀ ਦਾ। ਇਹ ਚਾਲ ਤਾਂ ਕੁਛ ਇਦਾਂ ਹੈ ਜੀ ਕਿ 1.5 ਫੁੱਟ ਦਾ ਕਦਮ ਚੱਕ ਲੈਂਦੀ ਹੈ ਤੇ ਚੱਲਣ ਵਿੱਚ ਵੈਸੇ ਬੜੀ ਤੇਜ਼ ਹੈ। ਮੈਂ ਚਾਲ ਚੱਲਣ ਪੁੱਛਿਆ ਤੇ ਚਾਲ ਚੱਲਣ ਮਤਲਬ ਕਰੈਕਟਰ, ਕਰੈਕਟਰ ਕਿੱਦਾਂ ਦਾ ਸੀ ਕੁੜੀ ਦਾ? ਕਰੈਕਟਰ ਤੁਸੀਂ ਮੁੰਡੇ ਦਾ ਪੁੱਛੋ ਨਾ ਜੀ,
ਜਿਹੜਾ ਮੇਰੀ ਕੁੜੀ ਨੂੰ ਭਜਾ ਕੇ ਲੈ ਕੇ ਗਿਆ। ਖਾਨਦਾਨੀ ਬਦਮਾਸ਼ ਨਾ ਹੁੰਦਾ। ਤੁਹਾਨੂੰ ਖਾਨਦਾਨ ਬਾਰੇ ਕਿਵੇਂ ਪਤਾ? ਉਹਦਾ ਪਿਓ ਕਾਲਜ ਵੇਲੇ ਮੇਰੀ ਵੋਟੀ ਨੂੰ ਛੇੜਦਾ ਹੁੰਦਾ ਸੀ ਜੀ, ਤੁਸੀਂ ਰਿਕਾਰਡ ਕਢਾ ਕੇ ਦੇਖ ਲਓ। ਜੋ ਵੀ ਆ, ਅਸੀਂ ਸ਼ਹਿਰ ਛੇੜਖਾਨੀ ਬਰਦਾਸ਼ਤ ਨਹੀਂ ਕਰਦੇ। ਤੁਸੀਂ ਘਬਰਾਓ ਨਾ, ਅਸੀਂ ਪਿਓ ਪੁੱਤ ਦੋਹਾਂ ਨੂੰ ਚੱਕ ਕੇ ਕੁੱਤੇ ਦੀ ਪੂਛ ਵਾਂਗ ਸਿੱਧਾ ਕਰ ਦਿਆਂਗੇ। ਥੈਂਕ ਯੂ ਜੀ, ਹੁਣ ਤੁਹਾਡੀ ਇੱਜ਼ਤ ਸਾਡੇ ਹੱਥ ਵਿੱਚ ਆ। ਕੀ ਮਤਲਬ? ਮੇਰਾ ਮਤਲਬ ਇੱਕ ਵਾਰ ਤੁਸੀਂ ਸਾਡੀ ਕੁੜੀ ਲਵਾ ਦਿਓ, ਤੁਹਾਡੀ ਇੱਜ਼ਤ ਦੇ ਸਾਰੇ ਸ਼ਹਿਰ ਵਿੱਚ ਝੰਡੇ ਗੜ ਦਾਂਗੇ। ਪੰਡਿਤ ਜੀ, ਸੌਰੀ ਜੇ ਤੁਹਾਨੂੰ ਦੁਪਹਿਰ ਨੂੰ ਡਿਸਟਰਬ ਕੀਤਾ। ਨਾ ਨਾ ਪੁੱਤਰ, ਮੈਨੂੰ ਕਦਾ ਡਿਸਟਰਬ ਕੀਤਾ, ਇਹ ਤੇ ਰੱਬ ਦਾ ਦਰਬਾਰ ਹੈ, ਮੱਥਾ ਟੇਕੋ ਤੇ ਜਾਓ। ਪੰਡਿਤ ਜੀ, ਅਸੀਂ ਇੱਥੇ ਪ੍ਰਸ਼ਾਦ ਖਾਣੀ ਮੱਥਾ ਟੇਕਣ ਨਹੀਂ ਆਏ। ਹੋਰ ਇੱਕ ਗੈਸਟ ਹਾਊਸ ਹੈ ਜਿੱਥੇ ਠਹਿਰਨ ਆਏ ਹੋ? ਨਹੀਂ ਪੰਡਿਤ ਜੀ, ਅਸੀਂ ਇੱਥੇ ਵਿਆਹ ਕਰਵਾਉਣ ਆਇਆ, ਬਸ ਤੁਹਾਨੂੰ ਇੱਕ ਛੋਟਾ ਜਿਹਾ ਕਸ਼ਟ ਦੇਣਾ ਹੈ। ਕਿਉਂ ਜੀ? ਉਹ ਮੈਨੂੰ ਕਾਹਦਾ ਕਸ਼ਟ ਪੁੱਤਰ, ਉਹ ਮੈਂ ਤਾਂ ਚਾਰ ਮੰਤਰ ਪੜ੍ਹਨੇ ਹੈ, ਆਪਣੀ ਦਕਸ਼ਣਾ ਲੈਣੀ ਹੈ, ਬਸ ਉਹ ਕਸ਼ਟ ਤਾਂ ਤੈਨੂੰ ਸਾਰੀ ਉਮਰ ਭੁਗਤਣਾ ਪੈਣਾ ਹੈ। ਕੋਈ ਗੱਲ ਹੀ ਨਹੀਂ ਜੀ, ਬਸ ਤੁਸੀਂ ਫਟਾਫਟ ਸਾਡਾ ਵਿਆਹ ਕਰਵਾ ਦਿਓ। ਹਾਂ ਕਿਉਂ ਨਹੀਂ ਕਿਉਂ ਨਹੀਂ, ਤੁਹਾਡੇ ਮਾਂ ਬਾਪ ਕੋਈ ਰਿਸ਼ਤੇਦਾਰ? ਤੁਮੀ ਹੋ ਮਾਤਾ, ਪਿਤਾ ਤੁਮੀ ਹੋ। ਤੁਮੀ ਹੋ ਬੰਧੂ, ਸਖਾ ਤੁਮੀ ਹੋ। ਅੱਛਾ ਅੱਛਾ, ਸਮਝ ਗਿਆ, ਤੁਸੀਂ ਘਰੋਂ ਭੱਜ ਕੇ ਵਿਆਹ ਕਰਵਾਉਣ ਆਏ ਹੋ। ਯੂ ਆਰ ਰਾਈਟ ਪੰਡਿਤ ਜੀ। ਤੇ ਥੋੜੀ ਦੇਰ ਹੋਰ ਠਹਿਰੋ, ਮੈਂ ਤੁਹਾਡੇ ਵਿਆਹ ਦਾ ਇੰਤਜ਼ਾਮ ਕਰਕੇ ਆਇਆ। ਸੱਚੀ? ਹੈਲੋ, ਪੁਲਿਸ ਸਟੇਸ਼ਨ? ਹਾਂਜੀ ਸਰ, ਮੈਂ ਫੁਹਾਰਾ ਚੌਂਕ ਤੋਂ ਬੋਲ ਰਿਹਾ ਜੀ, ਸਨਾਤਨ ਧਰਮ ਮੰਦਿਰ ਤੋਂ ਜੀ। ਹਾਂਜੀ, ਸਾਡੇ ਮੰਦਿਰ 'ਚ ਨਾ ਇੱਕ ਕੁੜੀ ਮੁੰਡਾ ਘਰੋਂ ਭੱਜ ਕੇ ਵਿਆਹ ਕਰਾਉਣ ਆਏ ਨੇ, ਜਲਦੀ ਆਓ ਜੀ। ਠੀਕ ਹੈ ਜੀ, ਅਸੀਂ ਹੁਣੇ ਪਹੁੰਚ ਰਹੇ ਹਾਂ। ਚਲੋ ਵੀ, ਐਂ ਕਰੋ, ਛੇ ਦਿਨ ਤਿਆਰ ਹੋ ਜਾਓ ਅਤੇ ਜਿਪਸੀ ਕੱਢੋ, ਆਪਾਂ ਹੁਣੇ ਜਾ ਕੇ ਮੰਦਿਰ 'ਤੇ ਰੇਡ ਮਾਰਨੇ ਹਾਂ। ਮੰਦਿਰ 'ਤੇ ਰੇਡ? ਕਿਉਂ ਮੈਮ, ਮੰਦਿਰ 'ਚ ਕੀ ਹੋ ਗਿਆ? ਆਪਣਾ ਸ਼ੱਕ ਬਿਲਕੁਲ ਠੀਕ ਨਿਕਲਿਆ, ਉਹ ਮੁੰਡਾ ਤੇ ਕੁੜੀ ਦੋਨੋਂ ਮੰਦਿਰ 'ਚ ਵਿਆਹ ਕਰਾਉਣ ਨੂੰ ਬੈਠੇ ਨੇ। ਚਲੋ ਚੱਲੀਏ। ਤੇਰੇ ਟਿੱਲੇ ਤੋਂ ਓਏ ਸਰਤ ਦੀ ਦਿਆ ਹੀਰ ਦੀ, ਨੈਣ ਸੰਤਲੀ ਚਟੀ ਦੇ ਵਿੱਚ ਗਏ ਨੀ, ਲੋਕੀ ਨਾਈਆਂ ਦੇ ਦਰ ਪੀਣ ਵਿੱਚ ਗਏ ਨੀ, ਸੱਤ ਟੁੱਟ ਜਾਓ ਸਾਰੀ ਸਾਰੀ ਬਾਈ। ਕੀ ਗੱਲ ਜਨਾਬ, ਕੇਸ ਸੋਲਵ ਹੋ ਗਿਆ ਜੀ। ਕਿਹੜਾ ਕੇਸ ਸੋਲਵ ਹੋ ਗਿਆ? ਉਹ ਕੁੜੀ ਤੇ ਮੁੰਡੇ ਵਾਲਾ ਜਨਾਬ, ਉਹ ਕੁੜੀ ਤੇ ਮੁੰਡਾ ਮੰਦਿਰ ਦੇ ਵਿੱਚ ਵਿਆਹ ਕਰਾਉਣ ਡਏ ਆ, ਮੈਨੂੰ ਹੁਣੇ ਮੇਰੇ ਉੱਤੇ ਪਤਾ ਲੱਗਾ ਜਨਾਬ। ਤੂੰ ਫਿਰ ਇੱਥੇ ਖੜਾ ਕੀ ਕਰਦਾ? ਛੇਤੀ ਕਰੋ, ਜਿਪਸੀਆ ਕੱਢੋ, ਫੋਰਸ ਕੱਢੋ, ਚੱਲ। ਕੁੱਤੀ ਮਰੇ ਫਕੀਰ
ਆਪ ਕਿਹੜੇ ਖਿਆਲਾਂ 'ਚ ਗਵਾਚ ਗਏ ਹੋ? ਓਹ ਹਾਂ ਠੀਕ ਹੈ, ਚਲੋ 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 ਲੱਗਦਾ ਪੰਡਿਤ ਜੀ ਰੱਬ ਤੋਂ ਪਰਮਿਸ਼ਨ ਲੈਣ ਗਏ। ਰੱਬ ਤੋਂ ਪਰਮਿਸ਼ਨ ਨਹੀਂ ਲੈਣ ਗਏ, ਸਾਥੋਂ ਪਰਮਿਸ਼ਨ ਲੈਣ ਗਏ। ਚਲੋ ਆਪਾਂ ਠਾਣੇ ਕਰਦੇ ਕਿ ਥੱਲੇ ਚਲੋ। ਪਰ ਥਾਣੇਦਾਰ ਸਾਹਿਬ ਸਾਡਾ ਕਸੂਰ ਕੀ ਹੈ? ਉਹ ਕਸੂਰ ਤੂੰ ਆਪਣੇ ਬੁੜੇ ਤੋਂ ਪੁੱਛ ਜਿਹਨੇ ਕੰਪਲੇਂਟ ਲਿਖਾਈ ਹੈ ਕੈਨੇਡਾ ਤੋਂ ਆ ਕੇ। ਇਹਦਾ ਪਿਓ ਵੀ ਕੱਲ ਸਾਨੂੰ ਪੁੰਡ ਕਢਾਉਣ ਨੂੰ ਫਿਰਦਾ ਸੀ, ਹਾਲੇ ਪੁੱਛਦੀ ਹੈ ਕਸੂਰ ਕੀ ਆ। ਚਲ ਠਾਣੇ ਤੈਨੂੰ ਲੰਮੀ ਪਾਵਾਂ। ਜਨਾਬ ਤੁਹਾਨੂੰ ਸਾਨੂੰ ਅਰੈਸਟ ਕਰਕੇ ਮਿਲੇਗਾ ਕੀ? ਹਾਂ ਮੈਡਮ, ਸਾਨੂੰ ਵਕ ਕਰਕੇ ਤੁਹਾਡਾ ਦਿਲ ਨਹੀਂ ਦੁਖੇਗਾ। ਚਲ ਛੱਡ ਪੀਤੀ, ਇਹਨਾਂ ਪੁਲਿਸ ਵਾਲਿਆਂ ਦੇ ਵੀ ਕਦੇ ਦਿਲ ਹੋਏ ਨੇ? ਇਹਨਾਂ ਦੇ ਸੀਨੀਅਰ ਤਾਂ ਪੱਥਰ ਹੁੰਦੇ ਨੇ ਪੱਥਰ। ਓਏ ਤੂੰ ਥਾਣੇ ਚੱਲ, ਮੈਂ ਤੈਨੂੰ ਦੱਸਦਾ ਪੱਥਰ ਹੁੰਦੇ ਕਿ ਮੋਹ ਹੁੰਦੇ। ਚੱਲ ਕੇ ਦੇ ਇਹਨੂੰ, ਚੱਲ 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 ਨਹੀਂ ਅੱਗੇ। ਪੰਡਿਤ ਜੀ ਥੈਂਕ ਯੂ ਵੈਰੀ ਮੱਚ। ਚਲੋ ਪਹਿਲਾਂ ਦੱਸੋ ਮੇਰੀ ਪ੍ਰੀਤੀ ਕਿੱਥੇ ਹੈ? ਥਾਣੇ ਚ, ਹੋਰ ਤੇਰੇ ਭੂਆ ਦੇ ਘਰੇ। ਪਰ ਥਾਣੇ ਚ ਤਾਂ ਕਿਤੇ ਨਜ਼ਰ ਨਹੀਂ ਆਉਂਦੀ। ਓਏ ਮਰਦਾਨਾ ਥਾਣਾ, ਇੱਥੇ ਜਨਾਨੀ ਰੱਖ ਕੇ ਜਾ ਬਖਾਨਾ ਪਾਉਣਾ? ਉਹ ਜਨਾਨਾ ਥਾਣੇ ਚ, ਉੱਥੇ ਤੂੰ ਨਹੀਂ ਜਾ ਸਕਦਾ। ਮੈਂ ਜਾਣਾ ਹੁੰਦਾ ਕਦੇ ਕਦੇ। ਕੀ ਮਿਲਿਆ ਤੁਹਾਨੂੰ? ਦੋ ਪਿਆਰ ਕਰਨ ਵਾਲੇ ਦਿਲਾਂ ਨੂੰ ਵੱਖਰਾ ਕਰਕੇ? ਚੁੱਪ ਹੋ ਜਾ, ਮੈਂ ਤੈਨੂੰ ਕਹਿੰਦਾ ਚੁੱਪ ਕਰ ਜਾ। ਮੈਨੂੰ ਤੂੰ ਭਾਵਕ ਕਰਨ ਦੀ ਕੋਸ਼ਿਸ਼ ਨਾ ਕਰ, ਤੈਨੂੰ ਮੈਂ ਦੱਸਾਂ। ਪਰ ਫਾਇਦਾ ਕੀ ਹੈ ਤੁਹਾਡੇ ਅੱਗੇ ਪਿਆਰ ਦਾ ਰੋਣਾ ਰੋਣ ਦਾ? ਪਿਆਰ ਦਾ ਤਾਲੁਕ ਤਾਂ ਦਿਲ ਨਾਲ ਹੁੰਦਾ ਹੈ ਨਾ? ਪਤਾ ਮੈਨੂੰ, ਤੁਸੀਂ ਤਾਂ ਪੁਲਿਸ ਹੋ ਨਾ, ਤੁਹਾਡੇ ਕੋਲ ਦਿਲ ਕਿੱਥੇ ਹੁੰਦਾ? ਤੁਹਾਨੂੰ ਕਿਸੇ ਦੇ ਪਿਆਰ ਦੀ ਕੀ ਕਦਰ? ਪੁਲਿਸ ਵਾਲਿਆਂ ਨੂੰ ਵੀ ਪਿਆਰ ਦੀ ਕਦਰ ਹੁੰਦੀ ਆ, ਪੁਲਿਸ ਵਾਲਿਆਂ ਕੋਲ ਵੀ ਦਿਲ ਹੁੰਦਾ। ਤੂੰ ਏਦਾਂ ਦੀਆਂ ਗੱਲਾਂ ਨਾ ਕਰ, ਮੈਨੂੰ ਫਿਰ ਯਾਦ ਆਉਣ ਲੱਗ ਪੈਂਦੀ ਆ ਆਪਣੇ ਪਿਆਰ ਦੀ। ਆਹੋ, ਮੈਂ ਤੇ ਰਾਹੁਲ ਜੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ, ਪਰ ਸਾਡੇ ਬਾਲਕ ਹੁੰਦਿਆਂ ਹੋਏ ਵੀ ਸਾਡੇ ਮਾਂ ਪਿਓ ਪਤਾ ਨਹੀਂ ਆਪਣੀ ਕਿਹੜੀ ਜ਼ਾਤੀ ਦੁਸ਼ਮਣੀ ਕਰਕੇ ਸਾਡਾ ਵਿਆਹ ਹੀ ਨਹੀਂ ਹੋਣ ਦਿੰਦੇ। ਤੇ ਜੇ ਸਾਡਾ ਵਿਆਹ ਨਾ ਹੋਇਆ ਨਾ, ਅਸੀਂ ਦੋਨੋਂ ਆਪਣੀ ਜਾਨ ਦੇ ਦਿਆਂਗੇ। ਨਹੀਂ, ਮੇਰੇ ਹੁੰਦੇ ਹੋਏ ਪਿਆਰ ਕਰਨ ਵਾਲੇ ਕਦੇ ਨਹੀਂ ਮਰ ਸਕਦੇ। ਤੂੰ ਰੁਕ, ਮੈਂ ਕੁਛ ਕਰ ਰਹੀ ਹਾਂ। ਹੈਲੋ। ਹੈਲੋ, ਮੈਂ ਬੋਲ ਰਹੀ ਹਾਂ। ਓਹੋ, ਇੱਧਰ ਮੈਂ ਬੋਲ ਰਿਹਾ ਹਾਂ। ਇਹ ਅਸੀਂ ਕੀ ਕਰਨ ਲੱਗੇ ਹਾਂ? ਜ਼ੁਲਮ ਜਿਹੜਾ ਆਪਣੇ ਤੇ ਹੋਇਆ ਸੀ, ਅਸੀਂ ਇਕੱਠੇ ਨਹੀਂ ਸੀ ਹੋ ਸਕੇ। ਪਰ ਆਪਾਂ ਇਹਨਾਂ ਨੂੰ ਤਾਂ ਇੱਕ ਕਰ ਸਕਦੇ ਹਾਂ ਨਾ? ਕਰ ਸਕਦੇ ਨਹੀਂ, ਕਰਾਂਗੇ। ਇਹਨਾਂ ਦਾ ਵਿਆਹ ਕਰਾਂਗੇ, ਸਰਕਾਰੀ ਤੌਰ ਤੇ ਕਰਾਂਗੇ, ਥਾਣੇ ਦੇ ਵਿੱਚ ਕਰਾਂਗੇ, ਤੂੰ ਪ੍ਰਵਾਹ ਨਾ ਕਰ। ਸਾਡਾ ਤਾਂ ਨਾਰਾ ਹੀ ਇਹੀ ਹੈ, ਜਿੱਥੇ ਬਾਲਕ ਕੁੜੀ ਮੁੰਡੇ ਦਾ ਪਿਆਰ, ਉੱਥੇ ਹੈਲਪ ਕਰੇ ਸਰਕਾਰ। ਮੈਂ ਕਿਹਾ ਸੋਹਣਿਓ, ਤੁਸੀਂ ਵਿਆਹ ਦੀ ਤਿਆਰੀ ਕਰੋ, ਮੈਂ ਇੱਧਰ ਬਰਾਤ ਦੀ ਤਿਆਰੀ ਕਰਦਾ। ਆਪਣੇ ਵਿਆਹ ਦੀ? ਨਹੀਂ ਸੋਹਣਿਓ, ਪਹਿਲਾਂ ਇਹਨਾਂ ਦਾ ਤਾਂ ਹੋ ਲੈਣ ਦਿਓ। ਜੇ ਭੇਲੀ ਪੁੱਟੂ ਧੋਰਾ ਤਾਂ ਹੀ ਆਪਾਂ ਨੂੰ ਮਿਲੂ। ਮੈਂ ਫੋਨ ਰੱਖਾਂ? ਅੱਗੇ ਤੁਹਾਡੇ ਥਾਣੇ ਦਾ ਬਿੱਲ ਬਹੁਤ ਆਉਂਦਾ ਹੈ, ਰੱਖਣਾ ਹੀ ਪੈਣਾ। ਓ ਬਈ, ਸਾਰੀਆਂ ਇੱਧਰ ਆਓ, ਗੱਲ ਸੁਣੋ। ਐ ਕਰ, ਤੂੰ ਜਾ ਕੇ ਸਾਰਿਆਂ ਨਾਲ ਪਹਿਲਾਂ ਕੁੜੀ ਨੂੰ ਲਿਆ ਬਾਹਰ ਕੱਢ ਕੇ। ਅੱਛਾ, ਅੱਜ ਤੋਂ ਇਹ ਥਾਣਾ ਕੁੜੀ ਦਾ ਹੋਇਆ ਪੇਕਾ ਘਰ, ਠੀਕ ਹੈ? ਤੇ ਕੁੜੀਏ, ਮਰਦਾਵਾਂ ਥਾਣਾ ਤੇਰਾ ਹੋਇਆ ਸਾਰਾ ਘਰ। ਤੇ ਤੂੰ ਖੜੀਆਂ ਕਾਹਦੇ ਤੋਂ? ਸਾਰੀਆਂ ਕੋਈ ਵਿਆਹ ਦੇ ਗੀਤ ਗਾਓ, ਸ਼ਗਨ ਮਨਾਓ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲੇ ਅਸਾਂ ਉੱਡ ਜਾਣਾ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲੇ ਅਸਾਂ ਉੱਡ ਜਾਣਾ। ਥਾਣੇਦਾਰ ਸਾਹਿਬ, ਮੇਰੀ ਬੜੀ ਤਮੰਨਾ ਕਿ ਮੈਂ ਆਪਣੀ ਬੀਵੀ ਦੇ ਗਲੇ ਵਿੱਚ ਹੀਰਿਆਂ ਦੇ ਹਾਰ ਵਾਲਾ ਮੰਗਲਸੂਤਰ ਪਾਵਾਂ। ਮੈਂ ਸੁਨਿਆਰਾ ਓਏ, ਪਾਣਾ ਫਿਰ? ਉਹ ਮੇਰੇ ਕੋਲ ਪੈਸੇ ਹੁੰਦੇ, ਗੱਲ ਹੀ ਕਰਦੀ ਸੀ ਜੀ। ਹਾਂ, ਜੇ ਮੇਰੇ ਡੈਡੀ ਹੁੰਦੇ ਤਾਂ। ਹਾਂ, ਡੈਡੀ ਵੀ ਤੇਰਾ ਆਜੂਗਾ, ਡੈਡੀ ਤਾਂ ਵਿਲਨ ਹੈ, ਉਹਨੇ ਖੀਰ ਚਾਉਣਾ ਛਤਰ ਖਾਣ। ਪਰ ਤੇਰੇ ਮੰਗਲ ਸੂਤਰ ਦਾ ਇੰਤਜ਼ਾਮ ਵੀ ਮੈਂ ਕਰਨਾ ਹੈ। ਥੈਂਕ ਯੂ ਸਰ। ਓਏ ਇਸਰਾ, ਜਾ ਕੇ ਮੂਲਚੰਦ ਸੁਨਿਆਰ ਨੂੰ ਚੱਕ ਲਿਆ। ਹੁਣੇ ਲਓ ਜਨਾਬ। ਓਏ ਹੌਲੀ ਬੋਲਿਆ ਕਰ, ਤੈਨੂੰ ਦੱਸਾਂ। ਇੱਥੇ ਵੀ ਲਾ ਦੇ ਨਾ। ਉਹ ਕੀ ਆ ਬਈ, ਥਾਣਾ ਹੀ ਸਜਾਈ ਜਾਨੀ ਆ, ਕੋਈ ਕੁੜੀ ਨੂੰ ਵੀ ਤਿਆਰ ਕਰ ਲਓ ਨਾ। ਮੈਂ ਤਾਂ ਇਦਾਂ ਹੀ ਠੀਕ ਹੈ। ਅਦੇ ਠੀਕ ਆ, ਲੈ ਥਾਣੇ ਦੀ ਬੇਇੱਜ਼ਤੀ ਕਰਾਉਣੀ ਆ। ਨਵੇਂ ਕੱਪੜੇ ਤਾਂ ਤੈਨੂੰ ਪਾਉਣੇ ਹੀ ਪੈਣੇ ਆ। ਪਰ ਮੈਮ, ਇੰਨੀ ਛੇਤੀ ਨਵੇਂ ਕੱਪੜੇ ਕਿੱਥੋਂ ਬਣਨਗੇ?
ਆਪਾਂ ਇੰਜ ਕਰਦੇ ਆ, ਥਾਣੇ ਵਿੱਚ ਨਵੀਂ ਵਰਦੀ ਆਈ ਹੈ, ਆਪਾਂ ਉਹੀ ਪਵਾ ਦਿੰਦੇ ਆ, ਠੀਕ ਹੈ ਨਾ? ਹਾਂ ਠੀਕ ਹੈ ਨਾ, ਉਹੀ ਵਰਦੀ ਪਵਾ ਦਿੰਦੇ ਆ। ਜਾ ਜਾ ਕੇ ਲਹਿੰਗਾ ਲਾਇਆ ਕਿਰਾਏ ਤੇ। ਜੀ ਮੈਮ। ਮੂਲ ਚੰਦਾ, ਉਹ ਕੀ ਹੋਇਆ ਤੈਨੂੰ? ਹੈ ਇਹ ਤਾਂ ਇਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਕੀਤਾ। ਓਏ ਸਰ, ਇਹ ਕੀ ਕੀਤਾ? ਜਨਾਬ ਮਾੜੀ ਜਿਹੀ ਤੌਣੀ ਲਾਈ ਹੈ ਜੀ ਇਹਦੀ। ਤੈਨੂੰ ਕਿਹਨੇ ਕਿਸੇ ਤੌੜੀ ਲਾਉਣ ਨੂੰ? ਕੀ ਕਿਸੇ ਨੂੰ ਲਾਉਣ ਨੂੰ? ਖੈਰ ਹੁਣ ਜੇ ਲੱਥ ਗਈ ਤੇ ਨੋ ਪ੍ਰੋਬਲਮ, ਬੈਠੋ। ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਬਸ। ਅੱਛਾ ਗੱਲ ਇਹ ਹੈ ਵੀ ਸਾਡੇ ਥਾਣੇ ਵਿਆਹ ਤੇ ਸਾਨੂੰ ਇੱਕ ਚਾਹੀਦਾ ਹੀਰਿਆਂ ਵਾਲਾ ਮੰਗਲ ਸੂਤਰ। ਮੈਨੂੰ ਵੈਸੇ ਹੀ ਹੁਕਮ ਕਰਦਾ ਜਨਾਬ, ਭੇਜ ਦੇਣਾ ਸੀ। ਔਰ ਨਹੀਂ ਵੀ ਮੂਲ ਚੰਦ ਗੱਲ ਸੁਣ, ਅਸੀਂ ਇਹ ਹਾਰ ਹੈਗਾ ਖਰੀਦਣਾ ਤੇ ਪੈਸੇ ਦੇਵਾਂਗੇ ਤੈਨੂੰ ਕਿਸ਼ਤਾਂ 'ਚ। ਦਰਅਸਲ ਗੱਲ ਇਹ, ਅਸੀਂ ਸਾਰਿਆਂ ਨੇ ਆਪਣੇ ਮਹੀਨੇ ਦੀ ਅੱਧੀ ਤਨਖਾਹ ਪਾ ਕੇ ਇਹ ਅਮੀਰ ਜੇ ਮੁੰਡੇ ਦਾ ਨਾ ਗਰੀਬ ਜਿਹਾ ਵਿਆਹ ਕਰਨ ਲੱਗੇ, ਸਮਝਿਆ? ਤੂੰ ਕਿਸ਼ਤਾਂ ਦੱਸ ਕਿੰਨੀਆਂ ਹੋਣ? ਕਿਸ਼ਤ ਜਿੰਨੀ ਕਹੋਗੇ ਬਣਾ ਦਾਂਗੇ, 1,000-1,500। ਪਰ ਕਿਸ਼ਤ ਲੈਣ ਹਰ ਵਾਰ ਮੈਨੂੰ ਇਸ ਤਰ੍ਹਾਂ ਹੀ ਆਉਣਾ ਪਊਗਾ? ਨਹੀਂ ਨਹੀਂ ਮੂਲ ਚੰਦ, ਨਹੀਂ ਅਸੀਂ ਆਪ ਭੇਜਾਂਗੇ। ਪਰ ਗੱਲ ਇਹ ਹੈ ਮਾਲ ਇੱਕਦਮ ਪਿਓਰ ਚਾਹੀਦਾ, ਕਦੇ ਸਾਡੀ ਬੇਇੱਜ਼ਤੀ ਨਾ ਹੋ ਜੇ, ਅੰਡਰਸਟੈਂਡ? ਜਨਾਬ ਕਦੀ ਪੁਲਿਸ ਦੀ ਵੀ ਬੇਇੱਜ਼ਤੀ ਹੋਈ ਹੈ? ਮੈਂ ਹੁਣੇ ਭੇਜਦਾ। ਠੀਕ ਹੈ, ਫਟੋ ਫਿਰ ਜਾਓ। ਨਮਸਕਾਰ। ਸਾਨੂੰ ਪਤਾ ਸੀ ਕਿ ਤੁਸੀਂ ਅੱਜ ਸਾਡੇ ਕੋਲ ਆਓਗੇ। ਤੁਹਾਨੂੰ ਕਿਉਂ ਪਤਾ? ਤੁਹਾਡੇ ਮੱਥੇ ਤੇ ਲਿਖਿਆ। ਮੇਰੇ ਮੱਥੇ ਤੇ ਮੈਂ ਤਾਂ ਲਿਖਿਆ ਪੰਡਿਤ ਜੀ, ਕਿਸੇ ਹੋਰ ਨੇ ਲਿਖਿਆ ਹੋਣਾ। ਸਾਨੂੰ ਪਤਾ ਹੈ ਕਿ ਤੁਹਾਡੀ ਕੋਈ ਚੀਜ਼ ਗਵਾਚ ਗਈ ਹੈ। ਹਾਏ ਪੰਡਿਤ ਜੀ, ਚੀਜ਼ ਤੇ ਮੇਰੀ 27-28 ਸਾਲ ਪਹਿਲੇ ਗਵਾਚੀ ਸੀ, ਅੱਜ ਤੇ ਮੇਰਾ ਮੁੰਡਾ ਗਵਾਚਿਆ, ਇੱਕੋ ਇੱਕ ਮੁੰਡਾ। ਤੁਸੀਂ ਇਹ ਦੱਸੋ, ਪਹਿਲਾਂ 27-28 ਸਾਲ ਪੁਰਾਣੀ ਗਵਾਚੀ ਚੀਜ਼ ਲੱਭਣੀ ਹੈ ਕਿ ਨਵਾਂ ਗਵਾਚਿਆ ਮੁੰਡਾ ਲੱਭਣਾ? ਨਾ ਕਰੋ ਪੰਡਿਤ ਜੀ, ਏਦਾਂ ਨਾ ਕਰੋ, ਮੈਨੂੰ ਧਰਮ ਸੰਕਟ ਚ ਨਾ ਪਾਓ, ਕਿਉਂਕਿ ਗੱਲ ਤੇ ਮੈਂ ਦੋਨਾਂ ਬਾਰੇ ਕਰਨ ਆਇਆ ਸੀ। ਪਰ ਨੂੰ ਮਾਰੋ ਗੋਲੀ, ਅੱਜ ਅਸੀਂ ਗਵਾਚੀਆਂ ਚੀਜ਼ਾਂ ਦੇ ਉਪਾਏ ਹੀ ਲੱਭ ਰਹੇ ਹਾਂ, ਇਹੀ ਯੋਗ ਹੈ। ਵੈਰੀ ਗੁੱਡ ਯੋਗ ਹੈ ਜੀ। ਵੈਰੀ ਗੁੱਡ ਯੋਗ ਨਹੀਂ ਹੈ, ਵੈਰੀ ਗੁੱਡ ਉਪਾਏ ਹੈ। ਹੁਣੇ ਇੱਕ ਜਨਾਨੀ ਉਪਾਏ ਪੁੱਛ ਕੇ ਗਈ ਸੀ, ਕੱਲ ਸਵੇਰੇ ਉਹ ਉਪਾਏ ਕਰੇਗੀ, ਉਹਦੀ ਗਵਾਚੀ ਚੀਜ਼ ਲੱਭ ਜਾਏਗੀ। ਫੈਂਟੈਸਟਿਕ ਪੰਡਿਤ ਜੀ, ਫੈਂਟੈਸਟਿਕ। ਫਿਰ ਇਦਾਂ ਕਰੋ, ਮੈਨੂੰ ਵੀ ਫੌਰਨ ਤੋਂ ਬਿਫੋਰ ਉਪਾਅ ਦੱਸ ਦਿਓ। ਤੁਸੀਂ ਬਿਫੋਰ ਤੋਂ ਬਿਫੋਰ ਸਾਡਾ ਚੜਾਵਾ ਦੇ ਦਿਓ, ਅਸੀਂ ਉਸ ਤੋਂ ਬਿਫੋਰ ਤੁਹਾਨੂੰ ਉਪਾਅ ਦੱਸ ਦਿਆਂਗੇ। ਹੈਲੋ ਪੰਡਿਤ ਜੀ, ਚੜਾਵਾ? ਮੈਂ ਕੈਨੇਡਾ ਤੋਂ ਆਇਆ। ਆਏ ਤੁਸੀਂ ਕੈਨੇਡਾ ਤੋਂ ਤੇ ਪੇਮੈਂਟ ਰੁਪਈਆਂ ਚ ਕਰ ਰਹੇ ਹੋ? ਇਹ ਪੰਡਿਤ ਜੀ ਗਿਆ ਤਾਂ ਇੱਥੇ ਸੀ ਨਾ। ਤੁਸੀਂ ਐ ਕਰੋ, ਚਿੱਟੇ ਚੌਲ ਪਾਈਆ ਲੈ ਕੇ, ਹਾਂ, ਚਿੱਟੇ ਕੱਪੜੇ ਚ ਲਪੇਟ ਕੇ, ਹਾਂ, ਕੱਲ ਸਵੇਰੇ, ਹਾਂ, ਪਾਣੀ ਚ ਵਗਾ ਦਿਓ। ਓਕੇ ਪੰਡਿਤ ਜੀ, ਇੱਕ ਗੱਲ ਦੱਸੋ ਵੀ ਇਹ ਪਾਣੀ ਜਿਹੜਾ ਵਗਦਾ ਹੋਣਾ ਚਾਹੀਦਾ ਹੈ ਕਿ ਪਾਣੀ ਖੜੋਤਾ ਹੋਣਾ ਚਾਹੀਦਾ? ਅਸੀਂ ਮੁੰਡਾ ਭਜਾਣਾ ਕਿ ਲਬਾਣਾ? ਨਹੀਂ ਨਹੀਂ, ਲਬਾਣਾ ਲਬਾਣਾ, ਖੜੇ ਪਾਣੀ ਸਿੱਟੋ, ਖੜੇ ਪਾਣੀ। ਅੱਛਾ ਇੱਕ ਆਈਡੀਆ ਹੋਰ ਹੈ ਪੰਡਿਤ ਜੀ, ਜੇਕਰ ਮੈਂ ਪਾਈਆ ਚੌਲਾਂ ਦੀ ਬਜਾਏ 1/2 ਕਿਲੋ ਚੌਲ ਪਾ ਦਿਆਂ, ਮੇਰਾ ਮੁੰਡਾ ਛੇਤੀ ਲੱਭ ਜਾਏਗਾ? ਛੇਤੀ ਲੱਭ ਜਾਏਗਾ, ਦੋ ਦੋ ਮੁੰਡੇ ਲੱਭਣਗੇ। ਮਿੱਟੀ ਪਾਓ ਪੰਡਿਤ ਜੀ, ਮਿੱਟੀ ਨਹੀਂ ਪਾਓ, ਚੌਲ ਪਾਓ। ਹਾਂ ਚਾ ਚਾ ਚਾ, ਚੌਲ ਪਾਓ। ਓਕੇ ਪੰਡਿਤ ਜੀ, ਥੈਂਕ ਯੂ। ਚੱਲਾ ਜੀ, ਮੈਂ ਚੱਲਾ ਜੀ। ਕਮਲ, ਵਾਹ ਪੰਡਤਾ, ਚੰਗਾ ਉਪਾਅ ਦੱਸਿਆ। ਚੌਲ ਹਲੇ ਸੁੱਟੇ ਨਹੀਂ ਤੇ ਮਨ ਦੀ ਮੁਰਾਦ ਪਹਿਲੇ ਪੂਰੀ ਹੋ ਗਈ। ਚੌਲ ਮੈਂ ਜੋ ਪਾਤੇ ਸੀ। ਤੂੰ ਚੌਲ ਹੀ ਪਾਏ ਨੇ ਤੇ ਹੋਰ ਕੜੀ ਚੌਲ ਪਾਏ ਦੇ ਨੇ? ਨਹੀਂ, ਮੇਰਾ ਮਤਲਬ ਸਾਡੇ ਨਾਲ ਕਮਲ ਹੋ ਕੀ ਰਿਹਾ, ਮੈਨੂੰ ਸਮਝ ਨਹੀਂ ਆ ਰਹੀ। ਗਲਤੀ ਦੀ ਸਜ਼ਾ ਭੁਗਤ ਰਹੇ, ਹੋਰ ਕੀ? ਗਲਤੀ ਕਿਹਦੀ ਸੀ? ਉਹਦੀ ਜਿਹੜਾ ਹੁਣ ਵੀ ਗਲਤੀ ਕਰ ਰਿਹਾ, ਜਿਹਨੇ ਸਾਨੂੰ ਨਹੀਂ ਮਿਲਣ ਦਿੱਤਾ ਤੇ ਹੁਣ ਬਸ ਮੇਰੀ ਗਰੀਬੀ ਦਾ ਫਾਇਦਾ ਉਠਾ ਗਿਆ ਤੇ ਮੈਂ ਵੀ ਉਹਦੀ ਗੱਲਾਂ 'ਚ ਆ ਗਈ ਸੀ। ਮੈਂ ਵੀ ਉਹਦੇ ਲਾਲਚ ਵਿੱਚ ਆ ਗਿਆ, ਬਾਹਰ ਜਾਣ ਦਾ ਲਾਲਚ। ਪਰ ਹੁਣ ਕੀ ਫਾਇਦਾ? ਆ ਹੁਣ ਕੀ ਹੋ ਸਕਦਾ? ਪਰ ਹੁਣ ਸਭ ਕੁਝ ਹੋ ਸਕਦਾ ਹੈ। ਕੀ ਮਤਲਬ? ਉਹ ਕਹਿੰਦੇ ਹਨ ਨਾ ਕਿ ਪਿਆਰ ਔਰ ਜੰਗ ਵਿੱਚ ਸਭ ਕੁਝ ਜਾਇਜ਼ ਹੈ। ਕਮਲ, ਕਿਦਾਂ ਦੀ ਗੱਲ ਕਰ ਰਹੀ ਹੈ? ਸਾਡਾ ਆਪਣਾ ਆਪਣਾ ਟੱਬਰ ਹੈ, ਆਪਣੇ ਬੱਚੇ ਨੇ, ਮਤਲਬ। ਹਾਂ ਹੈ, ਤੇ ਮੈਂ ਵੀ ਬੱਚਿਆਂ ਦੀ ਗੱਲ ਕਰ ਰਹੀ ਹਾਂ। ਅੱਛਾ ਅੱਛਾ, ਮੈਂ ਤੇ ਡਰ ਹੀ ਗਿਆ ਸੀ। ਡਰਨ ਦੀ ਆਦਤ ਗਈ ਨਹੀਂ ਹਜੇ ਤੱਕ। ਆਪਣੇ ਮਾਮਲੇ 'ਚ ਤਾਂ ਮੈਂ ਹੁਣ ਤੱਕ ਵੀ ਬਹੁਤ ਡਰਦਾ ਹਾਂ। ਅੱਛਾ, ਤੇ ਬੱਚਿਆਂ ਦੇ ਮਾਮਲੇ 'ਚ? ਲੈ, ਬੱਚਿਆਂ ਦੇ ਮਾਮਲੇ ਮੈਂ ਚੱਕ ਦੂੰ ਫੱਟੇ, ਮੈਂ ਕੈਨੇਡਾ ਤੋਂ ਆਇਆ। ਤੇ ਫਿਰ ਕੈਨੇਡਾ ਤੋਂ ਆਉਣ ਵਾਲੇ ਹੋ, ਕਦੋਂ ਚੁੱਕੋਗੇ ਫੱਟੇ? ਬਸ ਇਸੇ ਕਰਕੇ ਡਰਦਾ ਵੀ ਉਹ ਪਿਓ ਹੈ ਕੁੜੀ ਦਾ, ਪ੍ਰੀਤੀ ਉਹਦੀ ਧੀ ਹੈ। ਤੇ ਪ੍ਰੀਤੀ ਮੇਰੀ ਵੀ ਧੀ ਹੈ। ਤੇ ਰਾਹੁਲ ਮੇਰਾ ਮੁੰਡਾ। ਹਾਂ, ਤੇ ਬਸ ਫਿਰ ਮੀਆਂ ਬੀਬੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ? ਕਿਹੜੀ ਮੀਆਂ ਬੀਬੀ, ਕਿਹੜਾ ਕਾਜ਼ੀ? ਓਹੋ, ਮੈਂ ਆਪਣੀ ਕੁੜੀ ਪ੍ਰੀਤੀ ਤੇ ਤੁਹਾਡੇ ਮੁੰਡੇ ਰਾਹੁਲ ਦੀ ਗੱਲ ਕਰ ਰਹੀ ਹਾਂ। ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਮਿਲਾ ਕੇ ਰਵਾਂਗੇ। ਹਾਂ ਹਾਂ, ਅਸੀਂ ਆਪਣੇ ਬੱਚਿਆਂ ਨਾਲ ਬਿਲਕੁਲ ਨਹੀਂ ਹੋਣ ਦਿਆਂਗੇ ਜੋ ਇਸ ਬੰਦੇ ਨੇ ਸਾਡੇ ਨਾਲ ਕੀਤੀ ਹੈ। ਹਾਂ, ਪ੍ਰੋਮਿਸ, ਗੋਡ ਪ੍ਰੋਮਿਸ।
ਓਏ ਹੱਥ ਕਿਦਾਂ ਮਿਲਾ ਰਿਹਾ ਸੀ ਇਹ ਡਿੱਗਦੀ ਪਈ ਸੀ ਝੀਲ ਚ ਮੈਂ ਤੈਨੂੰ ਬਚਾਇਆ ਖਬਰਦਾਰ ਅਗਰ ਸਾਡੇ ਕਿਸੇ ਘਰ ਦੇ ਡਿੱਗਦੇ ਹੋਏ ਬੰਦੇ ਨੂੰ ਬਚਾਇਆ ਤਾਂ ਸਮਝਿਆ ਕਿ ਨਹੀਂ ਆਈ ਡੋਨਟ ਕੇਅਰ ਥੈਂਕ ਯੂ ਗਲਤੀ ਹੋ ਗਈ ਅਗਰ ਚੌਲ ਨਹੀਂ ਨਾ ਪਾਏ ਤਾਂ ਚੱਲ ਲੈ ਚੱਲੀਏ ਘਰ ਜਾ ਕੇ ਖੀਰ ਬਣਾਉਂਦੇ ਆ ਚੌਲ ਤੇ ਬਾਅਦ ਤੇ ਮੈਂ ਓਹੋ ਉਹ ਕੁੜੀ ਤਾਂ ਵੈਸੇ ਪੁਲਿਸ ਵਾਲਿਆਂ ਨੇ ਲੱਭਤੀ ਸੀ ਚੱਲ ਤੇ ਮੁੰਡਾ ਇਹਨਾਂ ਦਾ ਉਹ ਦਫਾ ਕਰ ਰਹਿੰਦੇ ਰਹਿੰਦੇ ਕਮਲ ਮੈਂ ਆਪਣੇ ਚੌਲ ਆਪੇ ਪਾਲਾਂਗਾ ਉਹ ਲੱਭਣਾ ਫੇਰ ਵੀ ਨਹੀਂ ਜਾ ਕੇ ਘਰ ਖੀਰ ਹੀ ਖਾ ਮੈਂ ਖੀਰ ਹੀ ਖਾਵਾਂਗਾ ਕਹਿ ਦਿਓ ਮੈਡਮ ਨੂੰ ਪੂਰੀ ਤਿਆਰੀ ਹੈ ਆ ਰਹੇ ਜਨਾਬ ਘੋੜੀ ਦੇ ਬਰਾਤ ਲੈ ਕੇ ਲਓ ਜਨਾਬ ਮੁੰਡਾ ਸਿਹਰਾ ਬੰਨ ਕੇ ਬਿਲਕੁਲ ਤਿਆਰ ਹੈ ਜੀ ਨਾਲੇ ਬਾਹਰ ਘੋੜੀ ਵੀ ਆ ਗਈ ਜੀ ਕੁੜੀ ਆ ਗਈ ਬੜੀ ਕਾਲੀ ਲੱਗਦੀ ਹੈ ਕੁੜੀ ਜਨਾਬ ਕੁੜੀ ਨਹੀਂ ਘੋੜੀ ਆ ਗਈ ਘੋੜੀ ਉਹ ਘੋੜੀ ਆ ਗਈ ਵੈਰੀ ਗੁੱਡ ਚਲੋ ਫਿਰ ਤਿਆਰੀ ਕਰੋ ਓ ਮੇਰੇ ਰਾਜਾ ਘੋੜੀ ਕਿੱਥੇ ਮਨਾਏ ਪਰ ਕੋੜੀ ਕਿਤੋਂ ਨਾ ਆਏ।
ना समझी सिद्धे जट कुड़े साडी लोक मिसालां दिंदे ने साडी लोक मिसालां दिंदे ने असीं कढ दिंदे आ वट कुड़े आए पणता चौकरी मार के बैठा है छेती कर पढ़ जड़े आपके चार पुतड़िंग पड़िंग पढ़नी चाहिए। ओ यजमान लड़की का पल्ला लड़के के हाथ में तो पकड़ाओ। ओ पंडित जी पल्ला पुला कोई नहीं है? और ठहर 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 मेरे को आएगा पल्ला हाथों 25,000 तो थैंक यू दादा साहब। हाँ चलो खड़े हो जाओ बेटा खड़े हो जाओ अब फेरे लगाओ आप आगे हो जाओ। आप बेटे आप आगे हो जाओ आप पीछे हो जाओ बेटा। थैंक यू पंडित जी। इधर लेफ्ट लेफ्ट हाँ चलो भी बना करो छेत छेती हार पाओ एक दूजे दे ले ले माफ करो थानेदार साहब आज संभालो पाप फटाफट आंसर यू छेती कर ओए एक ही हो रहा है एक ही हो रहा है ओए अभियान नहीं हो सकता ਇਹ ਸਰਕਾਰੀ ਸ਼ਗਨ ਹੋ ਰਿਹਾ ਤੇ ਇਹ ਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਚੱਲਣੀ। ਇੱਕ ਮਿੰਟ ਕਮਾਲ ਹੋ ਗਈ ਯਾਰ ਅਸੀਂ ਆਪਣੇ ਮੁੰਡੇ ਦੇ ਕੁੜੀ ਨੂੰ ਲੱਭਣ ਵਾਸਤੇ ਰਿਪੋਰਟ ਲਿਖਾਈ ਸੀ ਤੁਸੀਂ ਇਹਨਾਂ ਦਾ ਵਿਆਹ ਹੀ ਕਰਾਤਾ ਇਹ ਗਲਤ ਹੈ ਇਹ ਗੈਰ ਕਾਨੂੰਨੀ ਹੈ ਮੈਂ ਵਿਜੇਨਗਰ ਤੋਂ ਆਇਆ ਇਹ ਸਭ ਇਹਦੀ ਡਰਾਮੇਬਾਜ਼ੀ ਹੈ ਸਭ ਇਹਦਾ ਚੱਕਰ ਹੈ ਯਾਰ ਮੇਰਾ ਕਾਹਦਾ ਚੱਕਰ ਹੈ ਤੂੰ ਪੁਲਿਸ ਨੂੰ ਵਿਚਰ ਲਾ ਕੇ ਤੇ ਆਪਣੀ ਕੁੜੀ ਦਾ ਦਾਜ ਬਚਾ ਲਿਆ ਦਾਜ ਦੇ ਬੱਚੇ ਆ ਨਿਆਣਿਆਂ ਨੂੰ ਵੇਚਦਾ ਫਿਰਦਾ ਹੈ ਕੇਸ ਬਣਾ ਕੇ ਅੰਦਰ ਕਰ ਦਾਂਗਾ ਮਾ ਚੱਲੋ ਉਹ ਇਹਨੂੰ ਅੰਦਰ ਕਰੋ ਜੀ ਉਹ ਡੰਡਾ ਮੈਨੂੰ ਫੜਾ ਮੈਂ ਦੇਖਦਾ ਉਹ ਕਾਨੂੰਨ ਹੱਥ 'ਚ ਨਾ ਲੈ ਉਹ ਮੈਨੂੰ ਨਹੀਂ ਪਤਾ ਸੀਗਾ ਕਿ ਸਾਰਾ ਕਾਨੂੰਨ ਡੰਡੇ 'ਚ ਹੀ ਹੈ ਓਏ ਸਸਤਾ ਇਹਨੂੰ ਅੰਦਰ ਕਰ ਅੰਦਰ ਕਰ ਇਹਨੂੰ ਜਨਾਬ ਹਵਾਲਾ 'ਚ ਵਿਆਹ ਹੋ ਰਿਹਾ ਨਾਲੇ ਜਨਾਨਾ ਥਾਣਾ ਜਨਾਬ ਉਹਨੇ ਨਹੀਂ ਜਨਾਨਾ ਥਾਣੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤਾਂ ਜੰਮੇ ਜਨਾਨਾ ਵਾਰਡ 'ਚ ਸੀ ਚੱਪਵਾਓ ਘਗਰਾ ਕਰਾਓ ਮੁਜਰਾ ਨਹੀਂ ਨਹੀਂ ਮੇਰਾ ਮਤਲਬ ਮੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈਗਾ ਮੁੰਡੇ ਦਾ ਪਿਓ ਰਾਜੀ ਹੈ ਕੁੜੀ ਦੀ ਮਾਂ ਰਾਜੀ ਹੈ ਉਹ ਇਹਨੂੰ ਹੀ ਇਤਰਾਜ਼ ਹੈ ਜਿਹੜਾ ਬਾਰ ਬਾਰ ਇਤਰਾਜ਼ ਕਰਦਾ ਇਹਨੂੰ ਚੁੱਕੇ ਅੰਦਰ ਪਾਓ ਉਹ ਨਹੀਂ 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 ਮੈਂ ਤਾਂ ਮੰਨਿਆ ਪਿਆ ਮੇਰੇ ਤਾਂ ਬੱਚੇ ਹੈ ਐਸੀ ਕਿਹੜੀ ਗੱਲ ਹੈ ਤੂੰ ਬੱਚੇ ਬਣ ਗਏ ਤੇ ਯਾਰ ਤੂੰ ਉਹ ਆਸ਼ੀਰਵਾਦ ਲੈ ਫਟਾਫਟ ਮਸਤ ਹਾਂ ਹਾਂ ਜੀਂਦੇ ਰਹੋ ਬੇਟਾ ਜੀਂਦੇ ਰਹੋ ਔਰ ਤੂੰ ਵੀ ਆਸ਼ੀਰਵਾਦ ਤੇ ਚੱਲ ਵੱਡਾ ਰੈਡੀਮੇਡ ਦਿੱਤਾ ਯਾਰ ਦਿੱਤਾ ਤੂੰ ਆਇਆ ਮੈਂ ਤੇ ਕੈਨੇਡਾ ਤੋਂ ਆਇਆ ਚਲੋ ਹੁਣ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਮੈਨੂੰ ਇੱਕ ਇਤਰਾਜ਼ ਹੈ ਕੀ ਵਿਆਹ ਤੋਂ ਬਾਅਦ ਇਹ ਕਦੇ ਵੀ ਮੇਰੇ ਘਰ ਨਹੀਂ ਆਏਗਾ ਪਰ ਮੈਂ ਆਪਣੀ ਧੀ ਨੂੰ ਮਿਲਣ ਤੇ ਜਾ ਸਕਦੀ ਹਾਂ ਨਹੀਂ ਨਾ ਆਪਣੀ ਧੀ ਨੂੰ ਨਾ ਆਪਣੇ ਜਵਾਈ ਨੂੰ ਨਾ ਇਹਦੇ ਪਿਓ ਨੂੰ ਤਾਂ ਬਿਲਕੁਲ ਹੀ ਨਹੀਂ ਅੱਛਾ ਬਾਬਾ ਨਹੀਂ ਮਿਲੇਗੀ ਚੰਗਾ ਜੀ ਕੋਈ ਗੱਲ ਨਹੀਂ ਓਏ ਇਹ ਕੀ ਕਰ ਰਿਹਾ ਮੁਬਾਰਕ ਤਾਂ ਦੇ ਰਿਹਾ ਹਾਂ ਮੁਬਾਰਕ ਕਿੱਧਰ ਦੇਣਾ ਇੱਧਰ ਆ ਤੇ ਤੂੰ ਦੇਂਗਾ ਅੱਗੇ ਹਾਂ ਚਲ ਠੀਕ ਆ ਲੈ ਮੁਬਾਰਕ ਹੋ ਗਈ ਲੈ ਮੇਰੇ ਵੱਲ ਮੁਬਾਰਕ ਸ਼ਿੰਕ ਹੋ ਗਈ ਆ ਓਏ ਛੱਡੋ ਇਹਨਾਂ ਨੂੰ ਸਾਡੀ ਮੁਬਾਰਕ ਕੋਈ ਸ਼ਰਿੰਕ ਨਹੀਂ ਜੇ ਹੋਈ ਉਹ ਪਗੜੇ ਪਾ ਮੁੰਡਿਆ ਮਾਰੀ ਜਾਂਦੇ ਰਹੇ ਪੁੱਤ ਜੱਟਾਂ ਦੇ ਬਣਾਉਂਦੇ ਬੱਕਰੇ ਲੱਸੀ ਪੀ ਕੇ ਪੁੱਤ ਜੱਟਾਂ ਦੇ ਬਣਾਉਂਦੇ ਬੱਕਰੇ ਲੱਸੀ ਪੀ ਕੇ ਸ਼ਗਨਾ ਦਾ